ਜਪ। ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦ ਸੱਚ ਜੁਗਾਦ ਸੱਚ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਿਵ ਸੱਚਿਆਰਾ ਹੋਈਐ ਕਿਵ ਸੱਚਿਆਰਾ ਹੋਈਐ ਕਿਵ ਸੱਚਿਆਰਾ ਕਿਵ ਸੱਚਿਆਰਾ ਕਿਵ ਸੱਚਿਆਰਾ ਹੋਈਐ ਕਿਵ ਉੜੈ ਟੁੱਟੈ ਸੱਚਿਆਰਾ ਹੋਈਐ ਉੜੈ ਟੁੱਟੈ ਪਾਲ ਕਿਉ ਕੂੜੈ ਹੁਕਮ ਰਜ਼ਾਈ ਚੱਲਣਾ ਹੁਕਮ ਰਜ਼ਾਈ ਚੱਲਣਾ ਹੁਕਮ ਰਜ਼ਾਈ ਚੱਲਣਾ ਹੁਕਮ ਰਜ਼ਾਈ ਚੱਲਣਾ 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 ਹੁਕਮ ਰਜ਼ਾਈ ਚੱਲਣਾ ਹੁਕਮ ਰਜ਼ਾਈ ਚੱਲਣਾ
ਲਿਖਿਆ ਨਾ ਕਿਵੇਂ ਸਚਿਆਰਾਂ ਹੋਈਐ ਕਿਵੇਂ ਸਚਿਆਰਾਂ ਹੋਈਐ ਉੜੈ ਟੁੱਟੈ ਹੁਕਮ ਰਜ਼ਾਈ ਚੱਲਣਾ ਹੁਕਮ ਨਾਨਕ ਲਿਖਿਆ ਨਾਨਕ ਲਿਖਿਆ ਨਾ ਸਚਿਆਰਾ ਹੋਈਐ ਕਿਵੇਂ ਸਚਿਆਰਾ ਹੋਈਐ ਕਿਵੇਂ ਕੂੜੈ ਟੁੱਟੈ ਪਾਰ ਕਿਵੇਂ ਕੂੜੈ ਟੁੱਟੈ ਕਿਵੇਂ ਸਚਿਆਰਾ ਸਚਿਆਰਾ ਕਿਵੇਂ ਸਚਿਆਰਾ ਕਿਵੇਂ ਸਚਿਆਰਾ ਹੋਈਐ ਸੋਚੈ ਸੋਚ ਨਾ ਹੋਵਈ ਸੋਚੈ ਸੋਚ ਨਾ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਚੁੱਪੈ ਚੁੱਪ ਨਾ ਹੋਵ ਜੇ ਲਾਏ ਰਹਾਂ ਭੁੱਖਿਆ ਭੁੱਖ ਨਾ ਉਤਰੀ ਭੁੱਖਿਆ ਭੁੱਖ ਨਾ ਜੇ ਬੰਨਾ ਪੂਰੀਆ ਪਾਰ ਜੇ ਬੰਨਾ ਪੂਰੀਆ ਪਾਰ ਸਹਿ ਸਿਆਣ ਪਾਲਖ ਹੋਏ ਤਾਂ ਇੱਕ ਨਾ ਚੱਲੈ ਨਾ ਤਾਂ ਇੱਕ ਨਾ ਚੱਲੈ ਨਾ ਕਿਵੇਂ ਸਚਿਆਰਾਂ ਹੋ ਕਿਵੇਂ
ਸਚਿਆਰਾ ਹੋ ਕਿਮ ਕੂੜੈ ਕਿਵ ਕੂੜੈ ਹੁਕਮ ਰਜ਼ਾਈ ਚੱਲਣਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ ਨਾਨਕ ਲਿਖਿਆ ਨਾ ਕਿਉਂ ਸਚਿਆਰਾ ਹੋਈਐ ਕਿਉਂ ਸਚਿਆਰਾ ਕਿਉਂ ਸਚਿਆਰਾ ਕਿਉਂ ਸਚਿਆਰਾ ਪਿਆਰੀ ਸਤਸੰਗਤ ਜੀ ਅਸੀਂ ਜਪੁਜੀ ਸਾਹਿਬ ਦੀ ਵਿਚਾਰ ਸਾਂਝ ਕਰ ਰਹੇ ਹਾਂ ਬਿਲਕੁਲ ਮੁੱਢ ਤੋਂ ਬੇਸਿਕ ਤੋਂ ਜਿਸ ਤਰ੍ਹਾਂ ਕੋਈ ਬੱਚਾ ਊੜਾ ਐੜਾ ਸਿੱਖਦਾ ਹੈ ਪਿਛਲਾ ਜੋ ਕੁਛ ਪਤਾ ਸੀ ਉਹ ਸਭ ਕੁਛ ਵਿਸਾਰ ਕੇ ਫੋਰ ਦਾ ਟਾਈਮ ਬੀਂਗ ਬਿਲਕੁਲ ਇਨੋਸੈਂਟਲੀ ਇੱਕ ਨਵੇਂ ਨਰੋਏ ਬੱਚੇ ਵਾਂਗੂ ਅਸੀਂ ਜਪੁਜੀ ਸਾਹਿਬ ਦੀ ਵਿਚਾਰ ਸਾਂਝ ਕਰਨ ਦਾ ਯਤਨ ਕਰ ਰਹੇ ਹਾਂ ਮੇਨ ਟਾਸਕ ਹੈ ਸਵਾਲ ਹੈ ਸਚਿਆਰਾ ਕਿਵੇਂ ਬਣਿਆ ਜਾਏ ਕਿਉਂ ਸਚਿਆਰਾ ਹੋਈ ਹੈ ਇਹ ਜਪੁਜੀ ਸਾਹਿਬ ਦਾ ਸਵਾਲ ਇਸ ਦੇ ਇਰਦ ਗਿਰਦ ਪੂਰੀ ਜਪੁਜੀ ਸਾਹਿਬ ਦੀਆਂ 38 ਪੌੜੀਆਂ ਅਤੇ ਦੋਨੋਂ ਸਲੋਕ ਆਦਿ ਸਤ ਯੁਗਾਦ ਸਚ ਅਤੇ ਆਖੀਰ ਵਿੱਚ ਸਲੋਕ ਪਵਨ ਗੁਰੂ ਪਾਣੀ ਪੀਤਾ ਇਹ ਸਾਰਾ ਸਚਿਆਰਾ ਬਣਨ ਦੇ ਸਵਾਲ ਕਰਨ ਵਾਲੇ ਮਨ ਨੂੰ ਯਾਤਰਾ ਕਰਵਾਈ ਹੈ ਉਸਨੂੰ ਰੀਅਲਾਈਜ਼ ਕਰਵਾਇਆ ਕੂੜ ਕੀ ਹੁੰਦੀ ਹੈ ਕੂੜ ਕੀ ਪਾਲ ਕੀ ਹੁੰਦੀ ਹੈ ਉਸਦੇ ਸਿੰਪਟਮਸ ਕੀ ਨੇ ਉਸਨੂੰ ਹਟਾਉਂਦੇ ਕਿਸ ਤਰ੍ਹਾਂ ਨੇ ਜਦੋਂ ਕੂੜ ਕੀ ਪਾਲ ਖਤਮ ਹੋ ਜਾਂਦੀ ਹੈ ਇਸ ਮਨ ਨੂੰ ਜਿਸਨੇ ਸਵਾਲ ਪੁੱਛਿਆ ਸੀ ਮੈਂ ਕੂੜਾ ਹਾਂ ਮੈਂ ਮੈਲਾ ਹਾਂ ਮੇਰੀ ਹਉਮੈ ਈਗੋ ਹੈ ਮੇਰੇ ਅਵਗੁਣ ਹਨ ਮੈਂ ਖੁਆਰ ਅਪਸੈਟ ਹੁੰਦਾ ਹਾਂ ਮੈਂ ਡਿਸਟਰਬ ਰਹਿੰਦਾ ਹਾਂ ਮੈਂ ਬੇਚੈਨ ਅਸ਼ਾਂਤ ਰਹਿੰਦਾ ਹਾਂ ਮੈਂ ਇਸ ਅਵਸਥਾ ਤੋਂ ਛੁੱਟਣਾ ਚਾਹੁੰਦਾ ਹਾਂ ਹਰ ਬਿਸਰਤ ਸਦਾ ਖੁਆਰੀ ਮੈਂ ਵਿਸਾਰ ਚੁੱਕਾ ਹੋਇਆ ਸਾਰਾ ਸੱਚ ਖੁਆਰ ਹੋ ਰਿਹਾ ਤਾਂ ਕੋ ਧੋਖਾ ਕਹਾਂ ਵਿਆਪੈ ਮੈਨੂੰ ਧੋਖਾ ਲੱਗ ਚੁੱਕਾ ਹੋਇਆ ਮੈਨੂੰ ਤਾਂ ਧੋਖਾ ਵਿਆਪ ਰਿਹਾ ਮੈਨੂੰ ਭਰਮ ਹਨੇਰਾ ਵਿਆਪ ਰਿਹਾ ਤਾਂ ਕੋ ਧੋਖਾ ਜਾਂ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ ਮੈਂ ਹੁਣ ਤੁਹਾਡੀ ਓਟ ਲੈਣ ਆਇਆ ਹਾਂ ਮੈਂ ਧੋਖੇ ਵਿੱਚ ਹਾਂ ਆਈ ਐਮ ਅਪਸੈਟ ਆਈ ਐਮ ਕਨਫਿਊਜ਼ਡ ਆਈ ਐਮ ਇਨ ਡਿਲੈਮਾ ਡਿਲੈਮਾ ਵਾਲਾ ਕਨਫਿਊਜ਼ਡ ਕਹਿੰਦਾ ਬੜੀ ਮੁਸ਼ਕਿਲ ਮੈਂ ਹੂੰ ਇੱਧਰ ਜਾਊਂ ਕਿ ਇੱਧਰ ਜਾਊਂ ਪਤਾ ਨਹੀਂ ਹੈ ਡੁਐਲਿਟੀ ਦੁਬਿਧਾ ਹਨੇਰੇ ਵਿੱਚ ਗੁਆਚਿਆ ਹੋਇਆ ਜਿਹੜੇ ਲੋਕ ਵਿਆਹ ਨਹੀਂ ਨਾ ਕਰਾਉਂਦੇ ਨੇ
ਉਹਨਾਂ ਦਾ ਨਾਂ ਅਸੀਂ ਹਜ਼ਾਰਾਂ ਸਾਲਾਂ ਤੋਂ ਬ੍ਰਹਮਚਾਰੀ ਰੱਖਿਆ ਹੋਇਆ ਜਿਹੜੇ ਵਿਆਹ ਨਾ ਕਰਾਉਣ। ਫਿਰ ਅਸੀਂ ਸੋਚ ਲਿਆ ਇਹਨਾਂ ਨੇ ਕਿਉਂਕਿ ਵਿਆਹ ਨਹੀਂ ਕਰਾਇਆ, ਇਸ ਕਰਕੇ ਜਿਹੜੀ ਗੱਲ ਇਹ ਕਰਨਗੇ ਉਹ ਧਰਮ ਦੀ ਗੱਲ ਹੋਏਗੀ, ਇਹ ਕਸਵੱਟੀ ਸਾਡਾ ਕ੍ਰਾਈਟੇਰੀਆ ਗਲਤ ਹੋ ਗਿਆ। ਖੈਰ ਉਹ ਜਦੋਂ ਆ ਕੇ ਸਾਨੂੰ ਕਹਿੰਦੇ ਨੇ ਮੈਂ ਤਾਂ ਗ੍ਰਸਥੀ ਹੈ ਨਹੀਂ, ਮੈਂ ਤਾਂ ਇਸਤਰੀ ਨੂੰ ਹੱਥ ਲਾਉਂਦਾ ਨਹੀਂ, ਇਸ ਕਰਕੇ ਮੈਨੂੰ ਮਾਇਆ ਕਮਾਉਣ ਜਾਣਾ ਨਹੀਂ ਪੈਂਦਾ, ਮਾਇਆ ਨੂੰ ਵੀ ਹੱਥ ਲਾਉਂਦਾ ਨਹੀਂ, ਮਾਇਆ ਨੂੰ ਹੱਥ ਨਹੀਂ ਲਾਉਂਦਾ, ਸੋਨਾ ਖਰੀਦਣਾ ਨਹੀਂ ਪੈਂਦਾ, ਸੋਨੇ ਨੂੰ ਹੱਥ ਮੈਂ ਲਾਉਂਦਾ ਨਹੀਂ। ਇਹ ਸਾਰੀਆਂ ਗੱਲਾਂ ਉਹ ਸਾਨੂੰ ਰਿਅਲਾਈਜ਼ ਕਰਾਉਂਦਾ ਤੁਸੀਂ ਗ੍ਰਸਥੀ, ਤੁਸੀਂ ਕਾਮ ਕ੍ਰੋਧ ਦੋ ਮੋਚ ਖੱਚਤ, ਤੁਸੀਂ ਮਾਇਆ ਦੇ ਵਿੱਚ ਦਿਨ ਰਾਤ ਖੱਚਤ ਰਹਿੰਦੇ, ਇਸ ਕਰਕੇ ਤੁਹਾਡਾ ਸਭ ਕੁਛ ਮੈਂ ਸਵਾਰਾਂਗਾ। ਇਸ ਕਰਕੇ ਇੱਕ ਫਿਲੋਸਫੀ ਆਉਂਦੀ ਹੈ ਰੱਬ ਜੀ ਦਾ ਨਾਂ ਲਵੋ, ਲੇਕਿਨ ਉਹ ਰੱਬ ਜੀ ਦਾ ਨਾਂ ਮੈਨੂੰ ਬ੍ਰਹਮ ਗਿਆਨੀ ਸਮਝੋ, ਮੈਂ ਤੁਹਾਨੂੰ ਜਪਵਾਵਾਂਗਾ। ਕੋਈ ਨਾ ਕੋਈ ਬ੍ਰਹਮ ਗਿਆਨੀ ਚਾਹੀਦਾ ਰੱਬ ਦਾ ਨਾਂ ਜਪਵਾਉਣ ਵਾਸਤੇ ਐਜ਼ ਏ ਮਿਡਲਮੈਨ। ਅਤੇ ਅਸੀਂ ਉਸਨੂੰ ਵੇਖ ਕੇ ਨਾ ਕਨਫਿਊਜ਼ ਹੋ ਜਾਂਦੇ ਹਾਂ, ਬਈਆ ਤਾਂ ਦੇਖੋ ਅਸੀਂ ਤਾਂ ਗ੍ਰਸਥੀ, ਅਸੀਂ ਤਾਂ ਧੀਆਂ ਪੁੱਤਰਾਂ ਵੋਟੀ ਬੱਚਿਆਂ ਦੇ ਮੋਹ ਮਾਇਆ 'ਚ ਫਸੇ ਹੋਏ ਹਾਂ। ਅਤੇ ਅਸੀਂ ਜਦੋਂ ਕਨਫਿਊਜ਼ ਹੋ ਜਾਂਦੇ ਹਾਂ ਅਸੀਂ ਡੁਐਲਿਟੀ 'ਚ ਰਹਿੰਦੇ ਹਾਂ, ਅਸੀਂ ਦੁਬਿਧਾ 'ਚ ਰਹਿੰਦੇ ਹਾਂ, ਆਪਣੇ ਆਪ ਨੂੰ ਗਿਲਟੀ ਫੀਲ ਕਰਦੇ ਹਾਂ, ਪਾਪੀ ਫੀਲ ਕਰਦੇ ਹਾਂ, ਪਸ਼ਚਾਤਾਪ ਕਰਦੇ ਰਹਿੰਦੇ ਹਾਂ, ਫਿਰ ਮੁੜ ਕੇ ਆਪਣੇ ਆਪ ਨੂੰ ਹੀਣਾ ਸਮਝ ਰਹਿੰਦੇ ਹਾਂ, ਉਹਨਾਂ ਵਾਂਗੂ ਮੁੜ ਕੇ ਅਸੀਂ ਕੁਆਰੇ ਨਹੀਂ ਹੋ ਸਕਦੇ ਹਾਂ, ਉਹਨਾਂ ਵਾਂਗੂ ਸਾਡੇ ਬੱਚੇ ਨਾ ਹੋਣ, ਐਸਾ ਮੁੜ ਕੇ ਸਾਡਾ ਜੀਵਨ ਨਹੀਂ ਬਣ ਸਕਦਾ ਹੈ, ਉਹਨਾਂ ਵਾਂਗੂ ਸਾਨੂੰ ਪਾਲਣ ਵਾਲੇ ਕੋਈ ਮਾਈਆਂ ਬੀਬੀਆਂ ਆ ਕੇ ਬਦਾਮ ਛੁਆਰੇ ਦੁੱਧ ਦਿੰਦੀਆਂ ਨਹੀਂ ਨੇ। ਇਸ ਕਰਕੇ ਅਸੀਂ ਸਾਰੇ ਆਪਣੇ ਆਪ ਨੂੰ ਕਨਫਿਊਜ਼ਡ ਸਮਝ ਲੈਂਦੇ ਹਾਂ, ਮੈਨੂੰ ਧੋਖਾ ਲੱਗ ਚੁੱਕਾ ਹੋਇਆ ਹੈ, ਤਾਂ ਕੋ ਧੋਖਾ ਕਹਾਂ ਵਿਆਪੈ, ਮੈਂ ਡੁਐਲਿਟੀ ਵਿੱਚ ਹਾਂ, ਗੁਆਚਿਆ ਹੋਇਆ ਹਾਂ, ਮੈਨੂੰ ਤੁਹਾਡੀ ਹੁਣ ਓਟ ਹੈ, ਤੁਹਾਡੀ ਓਟ ਲੈਣ ਆਇਆ ਹਾਂ, ਤੁਹਾਡੀ ਓਟ ਬਾਹਰੋਂ ਨਹੀਂ ਮਿਲੇਗੀ, ਤੁਹਾਡੀ ਓਟ ਮੈਨੂੰ ਅੰਦਰੋਂ ਮਿਲੇਗੀ, ਕਿਉਂਕਿ ਤੁਸੀਂ ਅੰਦਰ ਰਹਿੰਦੇ ਹੋ। ਜਿਸ ਰੱਬ ਦੀਆਂ ਗੱਲਾਂ ਬਾਹਰ ਕੀਤੀਆਂ ਜਾਂਦੀਆਂ, ਗੁਰੂ ਸਾਹਿਬ ਕਹਿੰਦੇ ਨੇ ਉਹ ਰੱਬ ਤੇਰੇ ਹਿਰਦੇ ਵਿੱਚ ਵਸਦਾ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਸ਼ਰਤ ਇੱਕੋ ਰਹੇਗੀ ਜੋ ਖੋਜੈ ਸੋ ਪਾਵੈ। ਹੁਣ ਇਹਦਾ ਮਤਲਬ ਅਸੀਂ ਪੂਰੀ ਜਪਜੀ ਸਾਹਿਬ ਨੂੰ ਵਿਚਾਰਨ ਵੇਲੇ ਬਾਹਰ ਵਾਲੇ ਰੱਬ ਜੀ ਦੀ ਗੱਲ ਨਹੀਂ ਕਰਾਂਗੇ, ਅਸੀਂ ਨੇੜਾ ਹੈ ਦੂਰ ਨਹੀਂ ਰਹੇ, ਜਿਹੜਾ ਹੱਥ ਪੈ ਨੇੜੇ ਹੱਥ ਤੋਂ ਵੀ ਨੇੜੇ ਮੇਰੇ ਅੰਦਰ ਵਸਦਾ, ਵਸੀ ਰੱਬ ਹਿਆਲੀ ਹੈ, ਉਸ ਵਾਲੇ ਰੱਬ ਜੀ ਦੀ ਗੱਲ ਕਰਾਂਗੇ। ਸੋ ਹੁਣ ਗੱਲ ਸ਼ੁਰੂ ਹੋਏਗੀ, ਬਾਹਰ ਵਾਲੇ ਭਗਵਾਨ ਜੀ ਇਹ ਸ੍ਰਿਸ਼ਟੀ ਬਣਾਤੇ ਹੈ, ਪਰ ਅਸੀਂ ਦੋ ਦਿਨਾਂ ਤੋਂ ਇਹ ਵਿਚਾਰ ਕਰ ਰਹੇ ਹਾਂ ਮੇਰੇ ਅੰਦਰ ਵਾਲੇ ਰੱਬ ਜੀ, ਅੱਛਾ ਮੇਰੇ ਅੰਦਰ ਵਾਲੇ ਰੱਬ ਜੀ ਵੀ ਇੱਕ ਸ੍ਰਿਸ਼ਟੀ ਬਣਾਤੇ ਹੈ, ਮੇਰੀ ਮੇਰੇ ਮਨ ਦੀ ਜਗ ਰਚਨਾ ਝੂਠੀ ਨੂੰ ਸੁਮਤ ਬਖਸ਼ ਕੇ ਮੇਰੀ ਜਗ ਰਚਨਾ ਸੱਚੀ ਕਰਦੇ ਨੇ।
ਜਿਵੇਂ ਬਾਹਰਲੇ ਸੂਰਜ ਪਾਣੀ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾਂਤ। ਇਹ ਸਾਰੇ ਧਰਤੀ ਅੱਗ ਪਾਣੀ ਹਵਾ ਆਕਾਸ਼ ਸਾਰੇ ਬਾਹਰਲੇ ਜਿਸ ਜਿਸ ਰੱਬ ਜੀ ਦੇ ਲਾਅ ਨਿਯਮ ਅਨੁਸਾਰ ਉਸ ਨਿਯਮ ਵਿੱਚ ਚੱਲਦੇ ਹਨ, ਉਸ ਅਧੀਨ ਚੱਲਣਾ ਭੈ ਵਿੱਚ, ਡਰ ਕੇ ਨਹੀਂ, ਉਸ ਅਧੀਨ ਚੱਲਣਾ ਮੀਨਸ ਉਸ ਨਿਯਮ ਨੂੰ ਫੋਲੋ ਕਰਦੇ ਨੇ। ਇੰਝ ਗੁਰੂ ਪਾਤਸ਼ਾਹ ਮੈਨੂੰ ਕਹਿੰਦੇ ਨੇ, ਇਸ ਦੇਹੀ ਮੈਂ ਖੰਡ ਮੰਡਲ ਪਤੌਲਾ। ਅੱਛਾ, ਮੇਰੇ ਅੰਦਰ ਵੀ ਖੰਡ ਮੰਡਲ ਪਤੌਲਾ ਹੈ? ਹਾਂ। ਅੱਛਾ, ਇੱਕ ਤਾਂ ਬਾਹਰਲੀ ਸ੍ਰਿਸ਼ਟੀ ਬਣਾਈ ਜਾਂਦੀ ਹੈ ਨਾ, ਇੱਕ ਮੇਰੇ ਅੰਦਰ ਦੀ ਸ੍ਰਿਸ਼ਟੀ ਬਣਾਈ ਜਾਂਦੀ ਹੈ। ਇਸ ਦੇਹੀ ਮੈਂ ਪਾਪ ਪੁੰਨ ਦੋਏ ਪਾਈ, ਫਿਰ ਕੀ ਹੁੰਦਾ, ਦੋਹੀ ਮਿਲ ਕੇ ਸ੍ਰਿਸ਼ਟ ਪਾਈ। ਅੱਛਾ, ਮੈਂ ਤਾਂ ਬਾਹਰਲੀ ਸ੍ਰਿਸ਼ਟੀ ਦੀਆਂ ਹੀ ਗੱਲਾਂ ਕਰਦਾ ਰਹਿੰਦਾ ਸੀ। ਮੇਰੇ ਅੰਦਰ ਵੀ ਕੋਈ ਪਾਪ ਪੁੰਨ ਵਾਲੇ ਵਿਚਾਰ ਹਨ। ਪੁੰਨ ਵਾਲੇ ਵਿਚਾਰਾਂ ਨੂੰ ਆਕਾਸ਼ ਕਹਿੰਦੇ ਨੇ, ਪਾਪ ਵਾਲੇ ਮੰਦੇ ਖਿਆਲਾਂ ਨੂੰ ਪਤਾਲ ਕਹਿੰਦੇ ਨੇ। ਇਸ ਕਰਕੇ ਹੀ ਦੁਨੀਆਂ ਵਿੱਚ ਗੱਲ ਬਣ ਗਈ, ਜੋ ਲੋਕ ਮੰਦੇ ਕੰਮ ਕਰਦੇ ਨੇ ਉਹ ਛੁਪ ਜਾਂਦੇ ਨੇ, ਕਹਿੰਦੇ ਨੇ ਫਲਾਣਾ ਅੰਡਰਗਰਾਊਂਡ ਹੋ ਗਿਆ ਪਾਤਾਲ, ਅਤੇ ਜੋ ਮੰਦੇ ਕੰਮ ਕਰਦੇ ਨੇ ਉਹਨਾਂ ਦਾ ਨਾਂ ਰੱਖ ਦਿੱਤਾ ਗਿਆ ਅੰਡਰਵਰਲਡ ਵਾਲੇ, ਪਾਤਾਲੀ ਖਿਆਲੋਂ ਵਾਲੇ। ਜੇ ਮੇਰੇ ਅੰਦਰ ਦੀ ਸ੍ਰਿਸ਼ਟੀ ਦੀ ਗੱਲ ਚੱਲ ਰਹੀ ਹੈ ਤਾਂ ਮੇਰੇ ਅੰਦਰ ਦੇ ਪਾਤਾਲਾਂ ਪਾਤਾਲ ਲੱਖਾਂ ਗਾਸ਼ਾਂ ਗਾਸ਼ ਦੀ ਗੱਲ ਹੋਏਗੀ, ਕਿਉਂਕਿ ਇਸ ਦੇ ਹੀ ਮੈਂ ਖੰਡ ਮੰਡਲ ਪਾਤਾਲਾ। ਸਤਸੰਗ ਜੀ, ਇਹ ਉਹ ਬਾਰੀਕ ਨੁਕਤਾ ਹੈ ਜਿਸ ਦੇ ਬੇਸ 'ਤੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਸਿੱਧ ਜੋਗੀ ਗੋਡੇ ਟੇਕ ਜਾਂਦੇ ਨੇ, ਆਪਣੀ ਸਾਰੀ ਫਿਲੋਸਫੀ ਨੂੰ ਸਾਈਡ 'ਤੇ ਰੱਖ ਕੇ ਆਪਸ ਗੱਲਾਂ ਕਰਦੇ ਨੇ, ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਇਹ ਗੁਰੂ ਨਾਨਕ ਸਾਡੇ ਸਾਹਮਣੇ ਨਵਾਂ ਨਵਾਂ ਆਇਆ, ਇਹਦੀ ਗੱਲ ਤਾਂ ਬੜੀ ਨਿਰਾਲੀ ਹੈ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਉਹ ਨਿਰਮਲ ਪੰਥ ਕੀ ਹੈ? ਗੁਰੂ ਨਾਨਕ ਸਾਹਿਬ ਜੀ ਦੀ ਵਿਲੱਖਣ ਫਿਲੋਸਫੀ, ਐਕਸਕਲੂਸਿਵ, ਡਿਫਰੈਂਟ ਫਰੋਮ ਦਾ ਹੋਲ ਵਰਲਡ। ਮੈਂ ਇਸ ਕਰਕੇ ਨਹੀਂ ਕਹਿ ਰਿਹਾ ਹਾਂ ਕਿ ਮੈਂ ਸਿੱਖ ਪਰਿਵਾਰ ਵਿੱਚ ਜੰਮਿਆ ਹਾਂ ਅਤੇ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਇਸ ਕਰਕੇ ਨਹੀਂ ਕਹਿ ਰਿਹਾ ਹਾਂ। ਵੱਡੇ ਵੱਡੇ ਸਕਾਲਰ, ਵੱਡੇ ਵੱਡੇ ਸਿਆਣੇ, ਕੁਨਿੰਗਮ, ਪਰਲ ਐਸ ਬਕ ਔਰ ਬਰਟਨ ਰਸਲ, ਇਹ ਦੁਨੀਆ ਭਰ ਦੇ ਵੱਡੇ ਵੱਡੇ ਸਕਾਲਰਸ ਕਹਿੰਦੇ ਨੇ, ਗੁਰੂ ਨਾਨਕ ਨੇ ਬੜੀ ਨਵੀਂ ਖਰੀ ਗ੍ਰੇਟ ਗੱਲ ਕੀਤੀ ਹੈ। ਹੁਣ ਗੁਰੂ ਨਾਨਕ ਸਾਹਿਬ ਨੇ ਨਵੀਂ ਖਰੀ ਗ੍ਰੇਟ ਗੱਲ ਕਿੱਥੋਂ ਸ਼ੁਰੂ ਕੀਤੀ? ਕਹਿੰਦੇ ਨੇ, ਸਨ ਕਾਦਿਕ ਨਾਰਿਦ ਮੁਨ ਸੇਖਾ, ਤਿੰਨ ਵੀ ਤਨ ਮੈਂ ਮਨ ਨਹੀਂ ਵੇਖਾ। ਮਨ ਦੀ ਤਾਂ ਗੱਲ ਉਹਨਾਂ ਕੀਤੀ ਨਹੀਂ, ਆਪਣੇ ਮਨ ਨੂੰ ਤਾਂ ਤੂੰ ਜਿੱਤ ਨਹੀਂ ਪਾਇਆ।
ਦੁਨੀਆ ਨੂੰ ਜਿੱਤਣ ਤੁਰ ਪਿਆ। ਗੁਰੂ ਸਾਹਿਬ ਕਹਿੰਦੇ ਮਨ ਜੀਤੈ ਜਗ ਜੀਤ, ਇਹ ਮੇਰਾ ਜੱਗ, ਇਹ ਮੇਰੀ ਸ੍ਰਿਸ਼ਟੀ, ਇਹ ਮੇਰੇ ਕਾਮ ਕ੍ਰੋਧ ਲੋਮਹੰਕਾਰ ਨੂੰ ਹੰਡਾਉਣ ਵਾਲੇ ਇੰਦਰੇ ਗਿਆਨਿੰਦਰੇ। ਇੱਥੋਂ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਸਾਰੀ ਦੁਨੀਆ ਨਾਲੋਂ ਅਲੱਗ ਹੋ ਜਾਂਦੀ ਹੈ। ਸਾਰੀ ਦੁਨੀਆ ਦਸਮ ਦੁਆਰ ਸਿਰ ਵਿੱਚ ਸਮਝਦੀ ਸੀ, ਗੁਰੂ ਨਾਨਕ ਸਾਹਿਬ ਕਹਿੰਦੇ ਤੇਰੇ ਮਨ ਦੇ ਕਪਾਟ ਖੁੱਲ ਜਾਣ, ਮਾਨੋ ਦਸਮ ਦੁਆਰ ਖੁੱਲ ਗਿਆ। ਸਾਰੀ ਦੁਨੀਆ ਅਨਹਦ ਨਾਲ ਸੁਣਦੀ ਸੀ, ਗੁਰੂ ਸਾਹਿਬ ਕਹਿੰਦੇ ਨੇ ਜੇ ਤੇਰਾ ਮਨ ਲਗਾਤਾਰ ਸਤਿਗੁਰ ਦੀ ਮੱਤ ਵਿਦਆਊਟ ਇੰਟਰਪਸ਼ਨ ਬਿਨਾਂ ਹੱਦ ਤੋਂ ਲਗਾਤਾਰ ਸੱਚ ਨਾਲ ਜੁੜ ਜਾਏ, ਉਹਨੂੰ ਕਹਿੰਦੇ ਨੇ ਅੱਖੀਂ ਤਾਰ ਲਗਨ, ਲਗਾਤਾਰ ਸੱਚ ਦੇ ਨਾਲ ਜੁੜੇ ਰਹਿਣਾ। ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਅਨਹਦ ਨਾਦ ਹੈ। ਮਾਂ ਦੇ ਹਿਰਦੇ 'ਚ ਵਸ ਵੱਜਦਾ ਹੈ ਅਨਹਦ ਨਾਦ। ਕਿਸ ਤਰ੍ਹਾਂ? ਇਹ ਮੇਰਾ ਬੱਚਾ, ਪਹਿਲਾਂ 9 ਮਹੀਨੇ ਪੇਟ 'ਚ ਸੀ ਤਾਂ ਸੰਭਲ ਸੰਭਲ ਕੇ ਚਲਦੀ ਹੈ, ਨਾਦ ਵੱਜ ਰਿਹਾ ਨਾ ਮੇਰਾ ਬੱਚਾ, ਉਹਦੇ ਭਲੇ ਵਾਸਤੇ ਮੈਨੂੰ ਨੱਚਣਾ ਕੁੱਦਣਾ ਨਹੀਂ ਹੈ, ਮੈਨੂੰ ਉਛਲਣਾ ਨਹੀਂ ਹੈ। ਫਿਰ ਬੱਚਾ ਪੈਦਾ ਹੋ ਗਿਆ ਅਤੇ ਲੈ ਕੇ ਮਾਂ ਆਪਣੇ ਆਖਰੀ ਸਵਾਸ ਤੱਕ ਬੱਚੇ ਦਾ ਭਲਾ ਮੰਗਦੀ ਹੈ, ਭਲਾ ਲੋਚਦੀ ਹੈ। ਅੱਜ ਮੇਰੇ ਬੀਜੀ ਅਮੈਰੀਕਾ 89 ਦੇ ਹੋ ਗਏ ਨੇ, ਹੋਸਪਿਟਲ ਨੇ, ਸਵੇਰੇ ਫੋਨ 'ਤੇ ਗੱਲ ਹੋਈ, ਆਪਣੇ ਗਲੇ ਦਾ ਧਿਆਨ ਰੱਖਦਾ, ਗਰਾਰੀ ਕਰਦਾ, ਸੋ ਗਿਆ ਸੀ, ਨਾਦ ਹੀ ਵੱਜੀ ਜਾ ਰਿਹਾ ਉਹਦੇ ਅੰਦਰ, ਮੇਰਾ ਬੱਚਾ ਮੈਂ ਇਸਦਾ ਭਲਾ ਲੋਚਦੀ ਹਾਂ। ਰੀਅਲ ਲਵ, ਸੱਚ ਦੇ ਨਾਲ, ਆਪਣੇ ਪ੍ਰੀਤਮ ਦੇ ਨਾਲ, ਆਪਣੇ ਪਿਆਰੇ ਦੇ ਨਾਲ ਹਮੇਸ਼ਾ ਮਨ ਕਰਕੇ ਜੁੜੇ ਰਹਿਣਾ। ਗੁਰੂ ਸਾਹਿਬ ਕਹਿੰਦੇ ਅਨਹਦ ਨਾਦ ਹੈ, ਔਰ ਕੁਛ ਨਹੀਂ, ਹੱਲ ਵਿਹਲੇ ਹੋ ਜਾਓ, ਆਖੇ ਬੰਦ, ਕੰਨ ਬੰਦ, ਕੁਛ ਅੰਦਰ ਵੱਜਦਾ ਰਹਿੰਦਾ, ਬਿਨਾਂ ਵਜਾਇਆ ਵੀ ਵੱਜਦਾ ਰਹਿੰਦਾ। ਦੈਟ ਇਜ਼ ਜਿਹੜੇ ਛੈਣੇ ਢੋਲਕੀ ਵੱਜਦੇ ਰਹਿੰਦੇ ਹੈ ਔਰ ਬਿਨਾਂ ਵਜਾਇਆ ਵੱਜਦੇ ਰਹਿੰਦੇ ਹੈ, ਉਹ ਸਿੱਧਾ ਜੋਗੀਆਂ ਦਾ ਅਨਹਦ ਨਾਦ ਸੀ। ਲਗਾਤਾਰ ਮਨ ਨੂੰ ਧੁਨ ਮੈਂ ਧਿਆਨ ਰਹਿਣਾ, ਅਨਹਦ ਨਾਦ ਸੱਚ ਸੁਣਦੇ ਰਹਿਣਾ। ਇਸੀ ਕਰਕੇ ਜਦੋਂ ਅਸੀਂ ਅਨੰਦ ਸਾਹਿਬ ਪੜ੍ਹਦੇ ਹਾਂ, ਉਹਦੀ 40ਵੀਂ ਪੌੜੀ ਤੁਸੀਂ ਪੜ੍ਹੋਗੇ, ਉੱਥੇ ਅਨੰਦ ਸੁਣੋ ਵਡਭਾਗੀ ਉਹ ਨਹੀਂ ਹੈ, ਅਨਹਦ ਉਹਦੇ ਉੱਤੇ ਟਿੱਪੀ ਨਹੀਂ ਲੱਗੀ ਹੋਈ, ਅਨਹਦ ਸੁਣੋ ਭਾਵ ਅਨਹਦ ਸੁਣੋ। ਅੱਛਾ, ਸੱਚ ਦੀ ਗੱਲ ਸੁਣੀ ਜਾਂਦੀ ਹੈ ਅਤੇ ਆਨੰਦ ਮਾਣਿਆ ਜਾਂਦਾ ਹੈ। ਸੋ ਸੱਚ ਦੀ ਗੱਲ ਲਗਾਤਾਰ ਸੁਣਨਾ ਗੁਰੂ ਨਾਨਕ ਸਾਹਿਬ ਦਾ ਧੁਨਮੈ ਧਿਆਨ ਹੈ, ਅਨਹਦ ਨਾਦ ਹੈ। ਸੋ ਆਨੰਦ ਸੁਣੋ ਵਡਭਾਗੀਓ, ਬਦਲੇ ਅਸੀਂ ਉਸਨੂੰ ਪੜ੍ਹਾਂਗੇ ਅਨਹਦ ਸੁਣੋ ਵਡਭਾਗੀਓ। ਅਨਹਦ ਨਾਦ ਸੱਚ ਦਾ ਸੁਣਿਆ ਲਗਾਤਾਰ ਸੁਣਿਆ ਜਾਂਦਾ, ਪਰ ਸ਼ੁਰੂ ਅਸੀਂ ਕੀ ਕਰਦੇ ਹਾਂ? ਮਹਿਲਾ ਤੀਜਾ, ਰਾਮਕਲੀ ਮਹਿਲਾ ਤੀਜਾ, ਆਨੰਦ ਕੀ ਪੜ੍ਹਦੇ ਹਾਂ? ਆਨੰਦ ਪਿਆ ਮੇਰੀ ਮਾਏ, ਆਨੰਦ ਪਿਆ ਮੀਨਸ ਆਨੰਦ ਮਹਿਸੂਸ ਹੋਇਆ ਮੈਨੂੰ, ਸਮਥਿੰਗ ਹੈਪਨਡ ਔਨ ਮੀ, ਕੁਛ ਮੈਨੂੰ ਮਹਿਸੂਸ ਹੋ ਰਿਹਾ। ਆਨੰਦ ਪਿਆ ਕਿਵੇਂ? ਆਨੰਦ ਪਿਆ ਜਦੋਂ ਮੈਂ ਸਤਿਗੁਰ ਦਾ ਅਨਹਦ ਨਾਦ ਸੁਣਿਆ, ਸਤਿਗੁਰੂ ਮੈਂ ਪਾਇਆ। ਉੱਥੇ ਅਨਹਦ ਸੁਣੋ ਵਡਭਾਗੀਓ।
ਸਗਲ ਮਨੋਰਥ ਪੂਰੇ। ਮੇਰਾ ਮਨੋਰਥ ਕੀ ਹੈ? ਪੂਰੇ ਦਾ ਮਤਲਬ ਹੁੰਦਾ ਸਗਲ ਮਨੋਰਥ, ਢੇਰ ਸਾਰੇ ਮਨੋਰਥ ਪੂਰੇ ਕਰ ਦਿੱਤੇ। ਉਹ ਪੂਰੇ ਦਾ ਮਤਲਬ ਹੈ ਪੂਰ ਦਿੱਤਾ, ਪੂਰਾ ਕਰ ਦਿੱਤਾ, ਮਨੋਰਥ ਮੇਰਾ ਫੁਲਫਿਲ ਕਰ ਦਿੱਤਾ। ਮਨੋਰਥ ਕੀ ਹੈ? ਸਾਨੂੰ ਘੁਮਾ ਹੀ ਦਿੱਤਾ ਇਹ ਦੱਸ ਕੇ ਕਿ ਤੁਹਾਡਾ ਮਨੋਰਥ ਹੈ ਤੁਹਾਡੀ ਧੀ ਦਾ ਵਿਆਹ। ਕਹੋ ਬੇਨੰਤੀ ਆਪਣੇ ਸਤਿਗੁਰ ਭਾਏ ਕਾਜ ਤੁਮਾਰੇ ਦੇ ਨਿਭਾਏ। ਤੁਹਾਡਾ ਮਕਾਨ ਬਣਨਾ, ਕਰੋ ਬੇਨੰਤੀ ਆਪਣੇ ਸਤਿਗੁਰ ਭਾਏ ਕਾਜ ਤੁਮਾਰੇ ਦੇ ਨਿਭਾਏ। ਤੁਹਾਡਾ ਵਿਆਹ ਹੈ, ਕੀਤਾ ਲੋੜੀਏ ਕੰਮ ਸੁਹਾਰ ਪਿਆ, ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਆਖੀਆ। ਇਹ ਸਾਰੀਆਂ ਗੱਲਾਂ ਨਾਲ ਸਾਨੂੰ ਕਾਰਜ ਮਨੋਰਥ ਭੁੱਲ ਗਿਆ। ਗੁਰੂ ਸਾਹਿਬ ਕਹਿੰਦੇ ਨੇ ਕਾਰਜ ਸਗਲ ਅਰੰਭਿਓ ਘਰ ਕਾ। ਮੈਂ ਆਪਣੇ ਘਰ ਦਾ ਕਾਰਜ ਸ਼ੁਰੂ ਕੀਤਾ ਹੈ, ਮੇਰੇ ਘਰ ਦੀ ਨਾਲੀ ਖਰਾਬ ਹੋਵੇ, ਮੇਰੇ ਘਰ ਦੀ ਬਾਰੀ ਖਰਾਬ ਹੋਵੇ, ਮੇਰੇ ਘਰ ਦੇ ਪੇਂਟਸ ਖਰਾਬ ਹੋਣ, ਮੇਰੇ ਘਰ ਦਾ ਨਲਕਾ ਖਰਾਬ ਹੋਵੇ, ਮੇਰੇ ਘਰ ਦਾ ਬਾਥਰੂਮ, ਮੇਰੇ ਘਰ ਦਾ ਫਲੱਸ਼ ਖਰਾਬ ਹੋਵੇ, ਜਿੱਥੋਂ ਐਗਜ਼ਿਟ ਹੋਣਾ ਸਾਰਾ ਗੰਦ ਬਾਹਰ ਨਿਕਲਣਾ ਉਹ ਗਟਰ ਖਰਾਬ ਹੋਵੇ। ਇਹ ਸਾਰਾ ਬਾਹਰਲਾ ਮਕਾਨ ਦਾ ਕੰਮ ਹੈ, ਪਰ ਮੇਰੇ ਘਰ ਦੇ ਇਹ ਵਾਲੇ ਸਾਰੇ ਨਲਕੇ ਬਾਰੀਆਂ ਬੂਹੇ ਖਰਾਬ ਹੋ ਗਏ ਹਨ, ਮੈਂ ਇਹਨਾਂ ਨੂੰ ਫਿਕਸਅਪ ਕਰਾਉਣਾ ਹੈ, ਇਹਨਾਂ 'ਤੇ ਕੂੜ ਲੱਗ ਗਈ ਹੈ, ਇਹ ਵੀ ਨਾਲੀ ਬਲੋਕ ਹੋ ਗਈ ਹੈ, ਇਹ ਵੀ ਨਾਲੀ ਬਲੋਕ ਹੋ ਗਈ ਹੈ, ਇਹ ਵੀ ਨਾਲੀ ਬਲੋਕ ਹੋ ਗਈ ਹੈ। ਮੇਰੇ 'ਚੋਂ ਖੁਸ਼ਬੂ ਹੀ ਕੋਈ ਨਹੀਂ ਆਉਂਦੀ ਹੈ, ਧੂਪ ਮੱਲਿਆਣ ਲਓ ਪਵਣ ਚਵਰੋ ਕਰੇ ਦੀ ਕੋਈ ਖੁਸ਼ਬੂ ਨਹੀਂ ਆਉਂਦੀ ਹੈ, ਬਦਬੂ ਪੈ ਗਈ ਹੈ, ਕੂੜ ਪੈ ਗਈ ਹੈ। ਮੈਂ ਕੂੜ ਤੋਂ ਛੁੱਟਣਾ ਚਾਹੁੰਦਾ, ਜਿਹੜਾ ਕਹਿੰਦਾ ਪਿਆ ਉਹ ਕੂੜ ਤੋਂ ਛੁੱਟ ਕੇ ਵਿਰਲਾ ਬਣਨਾ ਚਾਹੁੰਦਾ ਹੈ। ਜਿਸ ਦਿਨ ਇਸ ਦੀ ਪੂਰੀ ਸਾਰੀਆਂ ਬੂਹੇ ਬਾਰੀਆਂ ਫਿਕਸਅਪ ਹੋ ਜਾਣਗੀਆਂ, ਕਾਰਜ ਸਗਲ ਅਰੰਭਿਓ ਘਰ ਕਾ, ਉਹਨੂੰ ਕਹਿੰਦੇ ਨੇ ਸਤਿਗੁਰ ਦੀ ਗੱਲ ਮੈਂ ਸੁਣੀ, ਸਗਲ ਮਨੋਰਥ ਪੂਰੇ। ਇਹ ਜਿਸ ਦਿਨ ਪੂਰਨ ਤੌਰ 'ਤੇ ਕੰਪਲੀਟ ਪਰਫੈਕਟ ਬਣ ਜਾਏਗਾ ਵਿਰਲਾ, ਮੰਨ ਲਿਆ ਇੱਥੋਂ ਲੈ ਕੇ ਇੱਥੇ ਤੱਕ ਦੀ ਇਹਦੀ ਯਾਤਰਾ, ਇੱਥੇ ਇਸੇ ਨੇ ਬੇਨਤੀ ਕੀਤੀ ਹੈ, ਜਿਹੜਾ ਵਿਰਲਾ ਬਣ ਗਿਆ ਹੈ, ਪਰ ਪਹਿਲਾਂ ਇਹ ਵਿਰਲਾ ਨਹੀਂ ਸੀ। ਫਰਜ਼ ਕਰੋ ਮੈਂ ਪਹਿਲਾਂ ਸ਼ਰਾਬ ਪੀਂਦਾ ਸੀ, ਇਹੀ ਭੁਪਿੰਦਰ ਸੀ, ਇਹੀ ਜ਼ਬਾਨ, ਇਹੀ ਅੱਖਾਂ, ਇਹੀ ਹੱਥ ਗਲਾਸ ਫੜਦੇ ਸਨ, ਇਹੀ ਟੰਗਾਂ ਨਸ਼ੇ ਵਿੱਚ ਡਗਮਗਾਉਂਦੀਆਂ ਸੀ। ਇਹ ਇਸ ਅਵਸਥਾ 'ਤੇ ਸਰ ਮੈਂ ਸ਼ਰਾਬ ਸੇ ਨਸ਼ੇ ਸੇ ਛੂਟਣਾ ਚਾਹਤਾ, ਹੁਣ ਸਾਰਾ ਇਲਾਜ ਕੀਤਾ ਗਿਆ, ਇਹਦੀ ਸ਼ਰਾਬ ਛੁੱਟ ਗਈ, ਇਹੀ ਭੁਪਿੰਦਰ ਸਿੰਘ, ਇਹੀ ਜ਼ਬਾਨ, ਇਹੀ ਅੱਖਾਂ, ਇਹੀ ਹੱਥ, ਇਹੀ ਪੈਰ, ਬਟ ਟ੍ਰਾਂਸਫੋਰਮਡ ਹੋ ਗਿਆ। ਇਹਦਾ ਮਤਲਬ ਸਰੀਰਕ ਤੌਰ 'ਤੇ ਅਸੀਂ ਦੇਖਣ ਨੂੰ ਉਂਝ ਹੀ ਲੱਗਦੇ ਹਾਂ, ਇਹੀ ਵਿਰਲਾ ਮਨ ਜਿਹੜਾ ਫਾਈਨਲੀ ਸਗਲ ਮਨੋਰਥ ਜੀ ਦੇ ਪੂਰੇ ਹੋਏ ਕਹਿੰਦਾ ਸਰ ਮੇਰਾ ਘਰ ਠੀਕ ਹੋ ਗਿਆ, ਮੇਰਾ ਘਰ ਠੀਕ ਹੋ ਗਿਆ, ਮੈਂ ਤੁਹਾਡੇ ਕੋਲ ਆਇਆ ਸੀ, ਮੇਰਾ ਘਰ ਠੀਕ ਕਰ ਦਿਓ। ਸਤਿਗੁਰੂ ਜੀ ਮੈਂ ਆਪਣੇ ਘਰ ਦਾ ਕਾਰਜ ਕਰਾਉਣ ਆਇਆ ਸੀ, ਤੁਸੀਂ ਠੀਕ ਕਰ ਦਿੱਤਾ, ਮੈਨੂੰ ਆਪਣੇ ਨਾਲ ਜੋੜ ਲਿਆ, ਸਗਲ ਮਨੋਰਥ ਪੂਰੇ। ਕੀ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਸਾਰੀ ਕੂੜ ਉਤਰ ਗਈ। ਮੈਨੂੰ ਸ਼ਿਕਾਇਤਾਂ ਕਰਨ ਦੀ ਆਦਤ ਸੀ, ਗਿਲੇ ਸ਼ਿਕਵੇ ਕਰਨ ਦੀ ਆਦਤ ਸੀ, ਟੌਂਟ ਕਰਨ ਦੀ ਆਦਤ ਸੀ, ਗੱਲ ਗੱਲ 'ਤੇ ਰੁੱਸ ਜਾਣ ਦੀ ਆਦਤ ਸੀ, ਨਫ਼ਰਤ ਦੀ ਆਦਤ ਸੀ, ਵਿਤਕਰੇ ਦੀ ਆਦਤ ਸੀ, ਚਿੰਤਾ ਫਿਕਰ ਰਹਿੰਦੇ ਸੀ, ਉਤਰੇ ਸਗਲ ਵਿਸੂਰੇ, ਸਾਰੀ ਕੂੜ ਉਤਰ ਗਈ।
ਸਿੰਸ ਆਈ ਮੈਟ ਯੂ, ਮੈਂ ਸਰ ਜੀ ਨਿਹਾਲ ਹੋ ਗਿਆ ਹਾਂ, ਮੇਰੇ ਰੱਬ ਜੀ, ਮੇਰੇ ਸਤਿਗੁਰੂ ਜੀ, ਮੈਂ ਨਿਹਾਲ ਹੋ ਗਿਆ। ਇਹੀ ਮਨ ਜਦੋਂ ਕਹਿ ਰਿਹਾ ਸੀ ਕੂੜ ਕਿਵੇਂ ਹੱਟੇ, ਪੂਰੀ 38 ਪੌੜੀਆਂ 'ਚ ਯਾਤਰਾ ਕਰਾ ਕੇ ਇਹਨੇ ਅੰਦਰ ਉੱਥੇ ਜਾ ਕੇ ਦੇਖਿਆ, ਅੱਛਾ ਤੁਸੀਂ ਮੇਰੇ ਅੰਦਰ ਰਹਿੰਦੇ ਹੋ, ਸੱਚਖੰਡ ਵਸਿਆ ਨਿਰੰਕਾਰ। ਹੁਣ ਦਿਖਾਈ ਦੇ ਰਿਹਾ ਜਿਹੜਾ ਅਲੱਖ ਰੱਬ ਜੀ ਸੀ ਨਾ, ਅਲੱਖ ਪ੍ਰਭ ਲੱਖ ਹੀ ਹੈ। ਕਦੋਂ? ਜਦੋਂ ਭੈ ਭੰਜਨ ਕੀਤਾ, ਭੈ ਭੰਜਨ ਨਿਰਵਾਨ ਦਾਸ ਕੀ ਰਾਖਿਆ, ਜੋ ਇਹ ਡਰ ਦੀ ਕੂੜ ਮੇਰੇ ਉੱਤੇ ਉਤਾਰੀ, ਮੈਨੂੰ ਨਿਰਭਉ ਬਣਾਇਆ, ਵੈਰ ਦੀ ਕੂੜ ਉਤਾਰੀ, ਇਹ ਸਾਰਾ ਕੁਝ ਕਰਕੇ ਜਦੋਂ ਉਤਾਰਿਆ ਨਾ, ਹੁਣ ਮੈਂ ਸੁਖੀ ਹੋ ਗਿਆ। ਇਹਨੂੰ ਕਹਿੰਦੇ ਨੇ ਸਗਲ ਮਨੋਰਥ ਪੂਰੇ, ਨਾਨਕ ਨਦਰੀ ਨਦਰ ਨਿਹਾਲ। ਮੇਰੇ ਬਾਬਾ ਜੀ, ਮੇਰੇ ਸਤਿਗੁਰੂ ਜੀ, ਮੈਂ ਨਿਹਾਲ ਹੋ ਗਿਆ। ਦਰਅਸਲ ਮੇਰੀ ਸਾਰੀ ਕੂੜ ਤੁਸੀਂ ਖਤਮ ਪਤਾ ਕਿਸ ਤਰ੍ਹਾਂ ਕੀਤੀ ਹੈ? ਮੈਂ ਆਪਾ ਵਾਰਿਆ, ਮੈਂ ਆਪਣਾ ਆਪ ਤੁਹਾਡੇ ਅੱਗੇ ਰੱਖਿਆ, ਮੈਂ ਆਪਣਾ ਸਾਰਾ ਕੂੜਾ ਮਨ ਰੱਖ ਦਿੱਤਾ। ਮੈਂ ਪਤਾ ਹੀ ਕੀਤਾ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ, ਉਤਰੇ ਸਗਲ ਵਿਸੂਰੇ, ਸਾਰੀ ਮੇਰੀ ਮੈਂ ਹਾਂ ਮੈਂ ਗਈ। ਸਤਸੰਗਤ, ਇਹ ਉਹਨੇ ਨਾ ਬੇਸਿਕ ਪ੍ਰੀਫੇਸ 'ਤੇ ਗੱਲ ਚੱਲ ਰਹੀ ਹੈ, 38 ਪੌੜੀਆਂ ਦੀ ਯਾਤਰਾ ਕਰਾਂਗੇ ਤਾਂ ਜਾਏਗੀ। ਮੇਰੀ ਹਾਂ ਮੈਂ ਹੂੰ ਮੈਂ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਮੈਂ ਤੁਹਾਡੇ ਵਿੱਚ ਗੁਆਚ ਹੀ ਗਿਆ ਵਾਂ, ਮੈਂ ਜੀਵਤਿਆਂ ਮਰ ਰਹੀ ਕਰ ਚੁੱਕਾ ਵਾਂ, ਆਪਣਾ ਸਿਰ ਤੁਹਾਡੇ ਅੱਗੇ ਰੱਖ ਚੁੱਕਾ, ਜਤ ਦੇਖਾਂ ਤਤ ਤੂੰ ਦਾ ਮੈਨਾ ਬਾਹਰ ਵਾਲੇ ਕਰਦੇ ਹਾਂ ਨਾ ਤਾਂ ਗੜਬੜ ਹੋ ਜਾਂਦੀ ਹੈ, ਪਹਿਲਾਂ ਅੰਦਰ ਵਾਲੇ ਕਰਨੇ ਪੈਣਗੇ। ਹੁਣ ਮਨ ਨੇ ਰੋਮ ਰੋਮ ਇੰਦਰੇ ਗਿਆਨ ਇੰਦਰੇ ਸਭ ਨੂੰ ਸੁਮਤ ਬਖਸ਼ ਦਿੱਤੀ, ਭਗਤ ਅਵਸਥਾ ਅਤੇ ਸਾਰਿਆਂ ਨੂੰ ਸਭ ਜਗ੍ਹਾ ਰੱਬ ਜੀ ਦਾ ਨਿਯਮ ਵਾਪਰਦਾ, ਸਾਰੇ ਨਿਯਮ ਵਿੱਚ ਰਹਿੰਦੇ ਨੇ। ਇਹਨੂੰ ਕਹਿੰਦੇ ਨੇ ਜਤ ਦੇਖਾਂ ਤਤ ਤੂੰ। ਅਤੇ ਜਦੋਂ ਇਹ ਜਾਚ ਆ ਜਾਂਦੀ ਹੈ, ਮਨ ਦੀ ਅਵਸਥਾ ਬਣ ਜਾਂਦੀ ਹੈ, ਤਾਂ ਇਹਨਾਂ ਅੱਖਾਂ ਦੇ ਨਾਲ ਅਸੀਂ ਸਾਰਿਆਂ ਨੂੰ ਹੀ ਜਤ ਦੇਖਾਂ ਤਤ ਤੂੰ, ਹਰ ਹਿਰਦੇ ਵਿੱਚ ਵਸਿਆ ਹੋਇਆ ਸ਼ਾਹ ਬਹਿਰਾਮ, ਮੇਰਾ ਪ੍ਰੀਤਮ, ਮੇਰਾ ਬਿਲਵਟ, ਮੇਰਾ ਸੱਜਣ, ਮੇਰਾ ਮਿੱਤਰ ਮਹਿਸੂਸ ਹੁੰਦਾ ਹੈ। ਦੋਏ ਦੋਏ ਲੋਚਨ ਦੇਖਾ ਹਉ ਹਰ ਬਿਨ ਅਵਰ ਨਾ ਦੇਖਾ। ਇਹ ਵੀ ਸੰਸਾਰ ਤੁੰਬ ਦੇਖਦੇ, ਇਹ ਹਰ ਕਾ ਰੂਪ ਹੈ। ਪਰ ਜਿਨ੍ਹਾਂ ਨੂੰ ਇਹ ਹਰ ਕਾ ਰੂਪ ਨਜ਼ਰ ਨਹੀਂ ਨਾ ਆਉਂਦਾ, ਉਹ ਅਰਥ ਕੀ ਕਰਦੇ ਨੇ? ਉਹ ਅਰਥ ਕਰਦੇ ਨੇ ਮਾਤ ਪਿਤਾ ਭਾਈ ਸੁਤ ਬੰਧ ਪੀਏ, ਸਭ ਮਾਇਆ ਹੈ, ਸਭ ਝੂਠ ਹੈ, ਇਨਸੇ ਨੇ ਮਤ ਲਗਾਇਆ ਕਰੋ। ਗੁਰੂ ਸਾਹਿਬ ਕਹਿ ਰਹੇ ਹਰ ਕਾ ਰੂਪ ਹੈ। ਕਿਤਨਾ ਕੰਟਰਾਡਿਕਸ਼ਨ, ਕਿਤਨਾ ਬੇਸਿਕ ਤੋਂ ਦੂਰ ਚਲੇ ਗਏ। ਕਿਹਨੇ ਉਹ ਵਾਲੇ ਅਰਥ ਕੀਤੇ? ਮਾਤ ਪਿਤਾ ਭਾਈ ਸੁਤ ਬੰਧਪ, ਉਹੀ ਸੋ ਕਾਢ ਬ੍ਰਹਮਚਾਰੀ ਜੀ ਨੇ। ਮੈਨੂੰ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗ੍ਰਸਥੀ ਹੋਣਾ ਚਾਹੀਦਾ, ਵਿਆਹ ਕਰਾਉਣਾ ਚਾਹੀਦਾ, ਪਰ ਮੈਨੂੰ ਹੰਕਾਰ ਹੋ ਗਿਆ ਕਿ ਮੈਂ ਤਾਂ ਇਸਤਰੀ ਨੂੰ ਹੱਥ ਨਹੀਂ ਲਾਉਂਦਾ, ਮੈਂ ਵਿਆਹ ਨਹੀਂ ਕਰਾਇਆ, ਮੈਂ ਬ੍ਰਹਮਚਾਰੀ ਹਾਂ, ਕਿਉਂਕਿ ਮੈਂ ਰੱਬ ਜੀ ਦਾ ਸਿੱਧਾ ਠੇਕੇਦਾਰ ਹਾਂ ਧਰਮ ਦਾ। ਮੈਨੂੰ ਜੇ ਭੁਲੇਖਾ ਪੈ ਗਿਆ ਕਿ ਮੈਂ ਬ੍ਰਹਮਚਾਰੀ ਹਾਂ,
ਤਾਂ ਮੈਂ ਡਾਇਰੈਕਟਲੀ ਆਪਣੀ ਮਾਂ ਦੀ ਨਿੰਦਾ ਕਰ ਰਿਹਾ ਜਿਸ ਨੇ ਆਪਣਾ ਕੀਮਤੀ ਵੈਲਿਊਏਬਲ ਜੋਬਨ ਹਾਰ ਕੇ ਮੈਨੂੰ ਪੈਦਾ ਕੀਤਾ ਸੀ। ਜੇ ਮੇਰੀ ਮਾਂ ਆਪਣਾ ਜੋਬਨ ਨਾ ਵਾਰਦੀ ਤਾਂ ਮੈਂ ਬ੍ਰਹਮਚਾਰੀ ਪੈਦਾ ਹੀ ਨਹੀਂ ਸੀ ਹੋਣਾ। ਅਤੇ ਅੱਜ ਮੈਂ ਇਸਤਰੀ ਨੂੰ ਨਿੰਦ ਰਿਹਾ ਹਾਂ। ਇੱਥੋਂ ਧਰਮ ਦੀ ਦੁਨੀਆ ਵਿੱਚ ਲੋਕਾਂ ਨੇ ਡਿਸਕ੍ਰਿਮੀਨੇਸ਼ਨ ਸ਼ੁਰੂ ਕੀਤੀ ਇਸਤਰੀ ਨਾਲ। ਸਭ ਤੋਂ ਜ਼ਿਆਦਾ ਧਰਮ ਮੰਨਣ ਵਾਲਿਆਂ ਨੇ ਇਸਤਰੀ ਨਾਲ ਧੱਕਾ ਕੀਤਾ। ਇਸਤਰੀ ਇਹ ਨਹੀਂ ਕਰ ਸਕਦੀ, ਇਸਤਰੀ ਇਹ ਨਹੀਂ ਕਰ ਸਕਦੀ, ਇਸਤਰੀ ਇਹ ਨਹੀਂ ਕਰ ਸਕਦੀ, ਇਸਤਰੀ 40 ਦਿਨ ਵਾਸਤੇ ਅਪਵਿੱਤਰ ਹੋ ਗਈ, ਇਸਤਰੀ ਮੰਥਲੀ ਅਪਵਿੱਤਰ ਹੋ ਗਈ, ਧਰਮ ਦੀ ਦੁਨੀਆ ਜਾ ਨਹੀਂ ਸਕਦੀ, ਧਾਰਮਿਕ ਸਥਾਨ 'ਤੇ ਜਾ ਨਹੀਂ ਸਕਦੀ, ਚੌਕੇ ਵੜ ਨਹੀਂ ਸਕਦੀ, ਬੱਚਾ ਜੰਮ ਦਿੱਤਾ 40 ਦਿਨ ਨਹੀਂ ਜਾ ਸਕਦੀ, ਅਪਵਿੱਤਰ ਹੋ ਗਈ ਹੈ। ਅਸੀਂ ਆਪਣੀ ਕੂੜ ਉਤਾਰਨ ਵਾਸਤੇ ਆਪਣੇ ਘਰ ਦਾ ਕਾਜ ਆਰੰਭਣਾ ਹੈ। ਘਰ ਦਾ ਕਾਜ ਆਰੰਭਣ ਵਾਸਤੇ ਮੈਨੂੰ ਉਹ ਵਿਰਲਾ ਮਨ ਬਣਨਾ ਪਏਗਾ ਜਿਹਦੀ ਕੱਲ੍ਹ ਤੱਕ ਗੱਲ ਅਸੀਂ ਕਰ ਚੁੱਕੇ ਹਾਂ। ਵਿਰਲਾ ਮਨ ਜੋ ਸਾਡੀ ਪੁਸਤਕ ਸਚਿਆਰਾ ਕਿਵੇਂ ਬਣੀ ਵਿੱਚ ਅਸੀਂ ਇੱਕ ਲਫ਼ਜ਼ ਘੜਿਆ, ਬਾਰ ਬਾਰ ਤੁਹਾਨੂੰ ਪੜ੍ਹਨ ਨੂੰ ਮਿਲੇਗਾ। ਵਿਰਲਾ ਮਨ ਸੱਚ ਨਾਲ ਜੁੜ ਜਾਣ ਦੀ ਤਾਂਗ ਵਾਲਾ, ਰੱਬੀ ਮਿਲਣ ਦੀ ਪ੍ਰਾਪਤੀ ਦੀ ਤਾਂਗ ਵਾਲਾ, ਆਪਣੀ ਕੂੜ ਨੂੰ ਛੱਡਣ ਦੀ ਬਰਨਿੰਗ ਡਿਜ਼ਾਇਰ ਵਾਲਾ। ਪਹਿਲਾਂ ਕੂੜ ਮੰਨੋ ਤਾਂ ਸਹੀ। ਮੈਨੂੰ ਫਿਰ ਗੱਲ ਯਾਦ ਆਉਂਦੀ, ਅੱਜ ਤੋਂ 2 ਸਾਲ ਪਹਿਲਾਂ ਮੇਰੀ ਭੈਣ ਦਾ ਪੋਤਰਾ ਨਿਊਯਾਰਕ, ਉਹਨੂੰ ਬੁਖਾਰ ਚੜਿਆ ਹੋਇਆ, ਬ੍ਰੌਂਕਾਈਟਿਸ ਤੋਂ ਅੱਗੇ ਉਹਦਾ ਗਲਾ ਹੋਰ ਜ਼ਿਆਦਾ ਬੁਰੀ ਤਰ੍ਹਾਂ ਖਰਾਬ ਹੋ ਚੁੱਕਾ, ਸਾਹ ਉਹਨੂੰ ਆ ਨਹੀਂ ਰਿਹਾ, ਔਰ ਅਸੀਂ ਹਿਊਮਿਡੀਫਾਇਰ ਵੀ ਲਗਾਇਆ ਹੋਇਆ। ਪਰ ਜੋ ਹੀ ਅਸੀਂ ਉਹਨੂੰ ਕਹਿੰਦੇ ਹਾਂ ਕਿ ਤੂੰ ਡਾਕਟਰ ਕੋਲ ਚੱਲ, ਉਹ ਚੀਕਾਂ ਮਾਰਦਾ, ਡਾਕਟਰ ਕੋਲ ਨਹੀਂ ਜਾਵਾਂਗਾ, ਔਰ ਸਨੋਅ ਦੇ ਦਿਨਾਂ ਵਿੱਚ ਕਹਿ ਰਿਹਾ ਮੈਨੂੰ ਆਈਸਕ੍ਰੀਮ ਖਵਾਓ। ਮੈਂ ਉਹਦੇ ਵੱਲ ਦੇਖ ਕੇ ਉਸ ਵੇਲੇ ਸੋਚਣ ਲੱਗ ਪਿਆ, ਜੇ ਇਹ ਬੱਚਾ ਮੰਨੇਗਾ ਕਿ ਮੈਂ ਬਿਮਾਰ ਹਾਂ ਤਾਂ ਡਾਕਟਰ ਕੋਲ ਜਾਏਗਾ ਨਾ। ਬਿਲਕੁਲ ਇਹ ਅਵਸਥਾ ਮੇਰੀ, ਮੈਂ ਮੰਨਦਾ ਹੀ ਨਹੀਂ ਕਿ ਮੈਨੂੰ ਕੂੜ ਹੈ, ਮੈਂ ਮੰਨਦਾ ਹੀ ਨਹੀਂ ਕਿ ਮੇਰਾ ਮਨ ਮੈਲਾ ਹੈ, ਮੈਂ ਮੰਨਦਾ ਹੀ ਨਹੀਂ ਕਿ ਮੈਨੂੰ ਮੰਦੇ ਫੁਰਨੇ ਆਉਂਦੇ ਹਨ, ਅਤੇ ਮੈਂ ਸਤਿਗੁਰੂ ਵੈਦ ਕੋਲ ਜਾਂਦਾ ਹੀ ਨਹੀਂ। ਇਹਦਾ ਮਤਲਬ ਫਸਟ ਏਜ ਐਵੇਂ ਕਿ ਮੈਨੂੰ ਮੰਨਣਾ ਪਵੇਗਾ ਕਿ ਮੈਂ ਬਿਮਾਰ ਹਾਂ, ਕੋਈ ਮੈਨੂੰ ਧੱਕੇ ਨਾਲ ਨਹੀਂ ਮਨਾ ਸਕਦਾ। ਉਹ ਗੱਲ ਸੁਣੀ ਹੈ ਕਿ ਘਰ ਆ ਕੇ ਪਿਤਾ ਕਹਿੰਦਾ ਮੈਂ ਅੱਜ ਸ਼ਰਤ ਲਗਾ ਕੇ ਆਇਆ 5 ਲੱਖ ਰੁਪਏ ਦੀ। ਕੀ ਸ਼ਰਤ? ਖਰਗੋਸ਼ ਦੀਆਂ 3 ਟੰਗਾਂ ਹੁੰਦੀਆਂ। ਨਿੱਕਾ ਜਿਹਾ ਬੱਚਾ ਆਪਣੀ ਡਰਾਇੰਗ ਦੀ ਪੁਸਤਕ ਕੱਢ ਕੇ ਖੜ੍ਹਾ ਸੀ, ਕਹਿੰਦਾ ਪਾਪਾ ਤੁਸੀਂ, ਦਾਦਾ ਜੀ ਤੁਸੀਂ ਸ਼ਰਤ ਹਾਰ ਜਾਓਗੇ। ਇਹ ਕਿਉਂ? ਇਹ ਇੱਥੇ ਬੰਨਿਆ ਹੋਇਆ ਖਰਗੋਸ਼ ਦੀਆਂ 4 ਟੰਗਾਂ ਹੁੰਦੀਆਂ। ਫਿਰ ਉਸ ਬੱਚੇ ਦੇ ਮਾਂ ਪਿਓ ਨੇ ਵੀ ਕਿਹਾ ਹਾਂ ਤੁਸੀਂ ਪਾਪਾ ਜੀ ਸ਼ਰਤ ਹਾਰ ਜਾਓਗੇ। ਫਿਰ ਉਹਦੀ ਬੁੱਢੀ ਪਤਨੀ ਨੇ ਵੀ ਕਿਹਾ ਤੁਸੀਂ ਸ਼ਰਤ ਹਾਰ ਜਾਓਗੇ। ਕਹਿੰਦਾ ਮੈਂ ਸ਼ਰਤ ਨਹੀਂ ਹਾਰਾਂਗਾ। ਪੁੱਛਿਆ ਗਿਆ ਕਿਉਂ ਨਹੀਂ ਹਾਰੋਗੇ? ਫੋਟੋ ਵੀ ਬਣੀ ਹੋਈ ਹੈ ਔਰ ਸਾਰੀ ਦੁਨੀਆ ਨੂੰ ਪਤਾ ਖਰਗੋਸ਼ ਦੀਆਂ 4 ਟੰਗਾਂ ਹੁੰਦੀਆਂ। ਕਹਿੰਦਾ ਹਾਰਾਂਗਾ ਤੇ ਮੈਂ ਤਾਂ ਨਾ ਜੇ ਮੈਂ ਮੰਨਾਂਗਾ। ਮੈਂ ਮੰਨਾਂਗਾ ਹੀ ਨਹੀਂ। ਉਹਨੂੰ ਕਹਿੰਦੇ ਨੇ ਮੈਂ ਨਾ ਮਾਨੂੰ ਦੀ ਬਿਰਤੀ। ਸਾਡੀ ਸਭ ਦੀ ਮੈਂ ਨਾ ਮਾਨੂੰ ਦੀ ਬਿਰਤੀ ਹੈ ਕਿ ਮੈਨੂੰ ਕੂੜ ਹੈ ਹੀ ਨਹੀਂ, ਮੈਂ ਮੈਲਾ ਹੈ ਹੀ ਨਹੀਂ, ਮੈਂ ਬਿਮਾਰ ਹੈ ਹੀ ਨਹੀਂ। ਉਹ ਵਿਰਲਾ ਮਨ ਆਪਣੀ ਕੂੜ ਤੋਂ ਛੁੱਟਣਾ ਚਾਹੁੰਦਾ ਹੈ।
ਉਸ ਵਿਰਲੇ ਮਨ ਦੀ ਅਸੀਂ ਕੱਲ ਤੱਕ ਗੱਲ ਕਰ ਚੁੱਕੇ ਹਾਂ ਕਿ ਉਹ ਰੱਬੀ ਗੁਣ ਜੇ ਲੈ ਲਵੇ ਤਾਂ ਰੱਬ ਜੀ ਦੇ ਨਾਲ ਇੱਕਮਿਕ ਹੋ ਜਾਏਗਾ। ਉੱਥੇ ਮਰਜ ਹੋ ਜਾਏਗਾ। ਉਹਨੂੰ ਕਹਿੰਦੇ ਨੇ ਜੋ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ। ਸਤਸੰਗ ਹੁਣ ਇਹ ਜਿਹੜਾ ਸਿਰ ਦੀਜੈ ਕਾਣ ਨਾ ਕੀਜੈ ਨਾ, ਹੁਣ ਕੋਈ ਲੜਾਈ ਨਹੀਂ ਹੋ ਰਹੀ, ਕੋਈ ਦੋ ਦੇਸ਼ ਨਹੀਂ ਲੜ ਰਹੇ, ਕੋਈ ਦੋ ਗੁਰੂ ਪਾ ਕੇ ਇੱਕ ਦੂਜੇ ਨੂੰ ਮਾਰਨ ਨਹੀਂ ਆ ਗਏ ਨੇ। ਗੁਰੂ ਨਾਨਕ ਸਾਹਿਬ ਪ੍ਰੇਮ ਖੇਲਣ ਦੀ ਗੱਲ ਕਰ ਰਹੇ ਨੇ। ਫਿਰ ਕਿਹੜਾ ਸਿਰ ਦਿੱਤਾ ਜਾਂਦਾ? ਹੋ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸ਼ਾ, ਹੋ ਸਿਰ ਅਰਪੀ ਤਿਸ ਮੀਤ ਪਿਆਰੇ ਜੋ ਪ੍ਰਭ ਦੇ ਸੰਦੇਸ਼ਾ। ਸਿਰ ਅਰਪੀ, ਇਹ ਤਾਂ ਉਹਨੇ ਕੋਈ ਲੜਾਈ ਨਹੀਂ ਹੋਈ। ਜਿਨ੍ਹਾਂ ਵਿਕਾਰਾਂ ਵਾਲੇ ਸਿਰ ਦੀ ਮੇਰੀ ਲੜਾਈ ਹੁੰਦੀ ਪਈ ਹੈ, ਅੰਦਰ ਮੇਰੇ ਸਾਰਾ ਤੂਫਾਨ ਚੱਲ ਰਿਹਾ, ਮੈਂ ਉਹ ਵਾਲਾ ਸਿਰ ਰੱਖਣ ਨੂੰ ਤਿਆਰ ਹਾਂ। ਤੁਸੀਂ ਆਪਣੀ ਸੁਮਤ ਮੈਨੂੰ ਬਖਸ਼ ਦਿਓ, ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ, ਮੈਨੂੰ ਐਸੀ ਅਕਲ ਸੁਮਤ ਵਿਵੇਕ ਬੁੱਧੀ ਐਸੀ ਸੂਰਮੇ ਵਾਲੀ ਮਤ ਬਖਸ਼ ਦਿਓ ਕਿ ਮੈਂ ਅੰਦਰ ਦੇ ਵਿਕਾਰਾਂ ਨਾਲ ਲੜ ਸਕਾਂ। ਅੰਦਰ ਦੇ ਵਿਕਾਰਾਂ ਕਾਰਨ ਮੇਰੇ ਮਨ ਉੱਤੇ ਮੈਲ ਲੱਗ ਗਈ ਹੈ, ਮੇਰਾ ਮਨ ਮੈਲਾ ਹੋਣ ਕਾਰਨ ਨਾ ਸਭ ਕੁਛ ਮੈਲਾ ਹੋ ਗਿਆ। ਉਹਨੂੰ ਕਿਹਾ ਗੁਰਪ੍ਰਸਾਦ ਰੱਬ ਜੀ ਦਾ ਗੁਣ ਹੈ ਕਿ ਰੱਬ ਜੀ ਗੁਰ ਦੀ ਪ੍ਰਸਾਦ ਬਖਸ਼ਿਸ਼ ਕਰਦੇ ਰਹਿੰਦੇ ਨੇ, ਬਾਰਿਸ਼ ਕਰਦੇ ਰਹਿੰਦੇ ਨੇ। ਮਨ ਨੂੰ ਵੀ ਇਹ ਸਮਝ ਆ ਜਾਂਦੀ ਹੈ, ਇਹ ਰੱਬ ਜੀ ਨਾਲ ਇੱਕਮਿਕ ਹੋ ਕੇ ਆਪਣੀ ਮਨ ਮਰਜ਼ੀ ਛੱਡ ਦਿੰਦਾ, ਮਨ ਕੀ ਮਤ ਅਤੇ ਸਤਿਗੁਰ ਦੀ ਮਤ ਦੀ ਗੁਰ ਦੀ ਪ੍ਰਸਾਦ ਆਪਣੇ ਇੰਦਰੇ ਗਿਆਨ ਇੰਦਰੇ ਨੂੰ ਵੰਡਣਾ ਸ਼ੁਰੂ ਕਰ ਦਿੰਦਾ। ਦੈਟ ਇਜ਼ ਕਾਲਡ ਪਵਨ ਗੁਰੂ। ਸਾਡੇ ਹਾਰਟ ਵਿੱਚ ਬਾਹਰੋਂ ਪਵਨ ਆਉਂਦੀ ਹੈ, ਆਕਸੀਜਨ ਬਲੱਡ ਸਾਫ਼ ਕਰਦੀ ਹੈ ਅਤੇ ਇਸ ਤਰ੍ਹਾਂ ਅਸੀਂ ਸਵਾਸ ਲੈਂਦੇ ਰਹਿੰਦੇ ਹਾਂ। ਇਸ ਤਰ੍ਹਾਂ ਮੇਰਾ ਮਨ ਸਤਿਗੁਰ ਦੀ ਮਤ ਰੂਪੀ ਪਵਨ ਲੈਂਦਾ ਹੈ, ਵਿਵੇਕ ਬੁੱਧੀ ਲੈ ਕੇ ਇੰਦਰੇ ਗਿਆਨ ਇੰਦਰੇ ਰੋਮ ਰੋਮ ਨੂੰ ਵੰਡਦਾ ਹੈ। ਭਗਤ ਅਵਸਥਾ, ਇਸ ਨੂੰ ਭਗਤ ਐਕਸਰਸਾਈਜ਼ ਕਹਿੰਦੇ ਨੇ, ਭਗਤ ਅਵਸਥਾ ਕਿ ਵੰਡਦਾ ਹੈ ਗੁਰਪ੍ਰਸਾਦ। ਕੱਲ੍ਹ ਅਸੀਂ ਸਮਝ ਲਿਆ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਹੁਣ ਉਸਦੇ ਅਸੀਂ ਸਿੰਪਲੀ ਜੋ ਸਾਡੀ ਪੁਸਤਕ ਵਿੱਚ ਅਸੀਂ ਵਨ ਲਾਈਨ ਮੀਨਿੰਗ ਕੰਕਲੂਡ ਕਰ ਲਈ ਹੈ, ਉਸ ਤੋਂ ਅੱਗੇ ਅੱਜ ਹੁਣ ਟੁਰੀਏ। ਰੱਬ ਜੀ ਇੱਕ ਉਹ ਅੰਕਾਰ ਸਾਰੇ ਸਰੀਰ 'ਚ ਸਭ ਜਗ੍ਹਾ ਇੱਕ ਰੱਬ ਜੀ ਦੀ ਕਾਰ ਹੁਕਮ ਨਿਯਮ ਮੇਰੇ ਸਰੀਰ 'ਤੇ ਚੱਲ ਰਿਹਾ ਹੈ, ਬਾਹਰ ਦੀ ਗੱਲ ਹੁਣ ਨਹੀਂ ਕਰ ਰਿਹਾ। ਸਤਨਾਮ ਸਾਰੇ ਸਰੀਰ ਉੱਤੇ ਰੱਬੀ ਹੁਕਮ ਨਿਯਮ ਦਾ ਨਾਮਣਾ ਲਾਗੂ ਹੁੰਦਾ ਹੈ, ਸਦੀਵੀ ਸੱਚੇ ਨਾਮ ਦਾ ਲਖਾਇਕ। ਕਰਤਾ ਪੁਰਖ, ਰੱਬੀ ਨਿਯਮ ਅਧੀਨ ਮੇਰੀ ਕਾੜਤ ਹੁੰਦੀ ਹੈ, ਉਹ ਕਰਤਾ ਪੁਰਖ ਨੇ ਨਾ, ਕ੍ਰੀਏਟਰ ਨੇ, ਰੱਬੀ ਨਿਯਮ ਤਾਂ ਹੁੰਦੀ ਹੈ ਅਤੇ ਮਨੁੱਖ ਦਾ ਮਨ ਚੰਗੇ ਗੁਣਾਂ ਦੇ ਆਕਾਰ ਰੂਪੀ ਸ੍ਰਿਸ਼ਟੀ ਪ੍ਰਾਪਤ ਕਰਦਾ ਹੈ। ਕਰਤਾ ਪੁਰਖ, ਹਰੇਕ ਚੰਗੇ ਗੁਣ ਰੱਬੀ ਗੁਣ ਪੰਜ ਤੱਤ ਦੀ ਰਚਨਾ ਨਾਲ ਮਨ ਰੂਪੀ ਤਨ ਦੀ ਰਚਨਾ ਕੀਤੀ ਜਾਂਦੀ ਹੈ। ਚੰਗੇ ਗੁਣਾਂ ਦੇ ਤੱਤਾਂ ਨਾਲ ਬਾਹਰਲੀ ਜਿਹੜੀ ਸ੍ਰਿਸ਼ਟੀ ਹੈ ਨਾ, ਇਹ ਅੱਗ ਪਾਣੀ ਧਰਤੀ ਹਵਾ ਵਗੈਰਾ, ਇਹ ਸਾਰੀਆਂ ਗੱਲਾਂ ਦੇ ਤੱਤ ਬਿਆਨ ਕੀਤੇ ਜਾਂਦੇ ਸਨ। ਗੁਰੂ ਪਾਤਸ਼ਾਹ ਕਹਿੰਦੇ ਨੇ ਤੇਰੇ ਮਨ ਦੀ ਜਿਹੜੀ ਸ੍ਰਿਸ਼ਟੀ ਹੈ, ਤੇਰੇ ਮਨ ਦੀ ਜਿਹੜੀ ਜਗ ਰਚਨਾ ਹੈ, ਇਹ ਵੀ ਪੰਜ ਤੱਤ ਕਰ ਸ੍ਰਿਸ਼ਟ ਸਭ ਸਾਜੀ ਹੋਏਗੀ। ਇਹਨੂੰ ਪੰਜ ਤੱਤ ਕਰ ਤਨ ਰਚਿਓ, ਜਾਨੋ ਚਤੁਰ ਸੁਜਾਨ, ਤਾਂ ਇਹ ਮੰਨਿਆ ਜਾਏਗਾ ਤਨ, ਵਰਨਾ ਇਹ ਤਨ ਹੀ ਨਹੀਂ ਹੈ। ਇਹ ਮੇਰੀ ਜਿਹੜੀ ਬਾਡੀ ਹੈ ਨਾ, ਇਹ ਬਾਹਰਲੀ ਬਾਡੀ ਹੈ, ਇਹ ਮੇਰੇ ਮਾਤਾ ਪਿਤਾ ਤੋਂ ਪ੍ਰਾਪਤ ਹੋਈ ਹੈ, ਪਰ ਜੇ ਮੈਂ ਰੱਬ ਜੀ ਦੇ ਚੰਗੇ ਗੁਣ ਲੈ ਕੇ ਦੁਰਲੱਭ ਦੇ ਸਵਾਰ ਨਹੀਂ ਕੀਤਾ ਨਾ,
ਤਾਂ ਮੈਂ ਚੰਗੇ ਗੁਣਾਂ ਦੇ ਪੰਜ ਤੱਤ ਲਏ ਹੀ ਨਹੀਂ, ਉਹਨੂੰ ਦਇਆ, ਧਰਮ, ਸੰਤੋਖ, ਸ਼ੀਤਲਤਾ, ਹਲੀਮੀ, ਨਮਰਤਾ ਵਾਲੇ ਤੱਤ, ਉਹਨਾਂ ਨਾਲ ਸ੍ਰਿਸ਼ਟੀ ਸਾਜੀ ਜਾਂਦੀ ਹੈ। ਰੋਮ ਰੋਮ ਰੱਬੀ ਗੁਣ ਦੀ ਹਾਜ਼ਰ ਨਾਜ਼ਰਤਾ ਇੱਕ ਰਸ ਵਿਆਪਕਤਾ ਕਹਿਲਾਉਂਦੀ ਹੈ। ਨਿਰਭਉ ਰੱਬ ਜੀ ਨਿਰਭਉ ਨੇ, ਨਿਰਭਉ ਰੱਬ ਜੀ ਦੇ ਨਾਲ ਮੇਰਾ ਮਨ ਇਕਮਿਕ ਹੋ ਗਿਆ, ਹੁਣ ਨਿਰਭਉ ਹੋ ਗਿਆ। ਰੱਬ ਜੀ ਨਿਰਵੈਰ ਨੇ, ਕਿਸੇ ਨਾਲ ਵੈਰ ਨਹੀਂ ਕਰਦੇ ਨੇ, ਇਸ ਕਰਕੇ ਮਨ ਵੀ ਕਿਸੇ ਨਾਲ ਵੈਰ ਨਹੀਂ ਕਰਦਾ। ਮਨ ਇਹ ਨਹੀਂ ਕਹਿੰਦਾ ਗੋਡੇ ਟੰਗਾਂ ਮੈਂ ਤੁਹਾਨੂੰ ਵਿਜਡਮ ਨਹੀਂ ਦੇਣੀ, ਮਨ ਨਹੀਂ ਕਹਿੰਦਾ ਅੱਖਾਂ ਮੈਂ ਤੁਹਾਨੂੰ ਵਿਜਡਮ ਨਹੀਂ ਦੇਣੀ, ਮੈਂ ਸਤਿਗੁਰ ਦੀ ਮਤ ਜੀਭ ਜੀ ਤੁਹਾਨੂੰ ਨਹੀਂ ਦੇਣੀ। ਉਹ ਜੀਭ ਨੂੰ ਵੀ ਕਹਿੰਦਾ ਇਹ ਰਸਨਾ ਤੂੰ ਅਨਰਸ ਰਾਜ ਸੀ ਤੇਰੀ ਪਿਆਸ ਨਾ ਦੇ, ਅੱਖਾਂ ਨੂੰ ਵੀ ਕਹਿੰਦਾ ਇਹ ਨੇਤਰੋ ਮੇ ਅੜ ਤੁਮ ਮੈਂ ਜੋ ਤੇਰੀ ਹਰ ਵੀ ਨਾ ਦੇਖੋ ਕੋਈ, ਕੰਨਾਂ ਨੂੰ ਵੀ ਕਹਿੰਦਾ ਇਹ ਸ਼ਰਵਣੋ ਮੇਰੇ ਸਾਚਾ ਸੁਣਨ ਨੂੰ ਪਠਾਏ। ਸਾਰੇ ਰੋਮ ਰੋਮ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਹੈ, ਇਹ ਵਾਲੀ ਜਾਂਚ ਬਣ ਜਾਂਦੀ ਨਾ ਫਿਰ ਬਾਹਰ ਵੀ ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਅਸੀਂ ਹਮੇਸ਼ਾ ਹਰ ਗੱਲ ਸਿੱਖਾਂਗੇ ਅੰਦਰੋਂ ਬਾਹਰ ਜਾਣੀ, ਪਰ ਸਾਡਾ ਕੰਮ ਪੁੱਠਾ ਹੋ ਗਿਆ, ਬਾਹਰੋਂ ਬਾਹਰੋਂ ਤੱਕਦੇ ਰਹਿੰਦੇ ਆ, ਅੰਦਰ ਜਾਣਾ ਸਾਨੂੰ ਜਾਂਚ ਨਹੀਂ ਹੈ। ਗੁਰੂ ਪਾਤਸ਼ਾਹ ਐਸੀ ਮਤ ਨੂੰ ਉਲਟੀ ਮਤ ਦੇ ਬਦਲਾਅ ਕਰਦੇ ਨੇ। ਰੱਬ ਜੀ ਅਕਾਲ ਨੇ, ਕਦੀ ਵੀ ਬਿਨਸਦੇ ਨਹੀਂ ਨੇ। ਇਸ ਤਰ੍ਹਾਂ ਹੀ ਮੈਨੂੰ ਵੀ ਰੱਬ ਜੀ ਦੀ ਮਤ ਲੈ ਕੇ ਮਨ ਨੂੰ ਆਤਮਕ ਮੌਤ ਪਲ ਪਲ ਨਹੀਂ ਆਉਂਦੀ ਹੈ। ਅਕਾਲ ਮੂਰਤ ਆ ਜੂਨੀ ਰੱਬ ਜੀ ਜਾਨਵਰਾਂ ਜੀਆਂ ਜਨਤਾ ਪਸ਼ੂਆਂ ਵਾਲੀ ਜੂਨੀਆਂ ਵਿੱਚ ਨਹੀਂ ਪੈਂਦੇ ਨੇ, ਭਾਵ ਉਹਨਾਂ ਨੂੰ ਉਹ ਜੂਨੀਆਂ ਵਾਲੇ ਔਗੁਣ ਨਹੀਂ ਆਉਂਦੇ ਨੇ, ਪਰ ਉਹਨਾਂ ਜੂਨੀਆਂ ਵਿੱਚ ਜਿਹੜੇ ਗੁਣ ਨੇ ਉਹ ਰੱਬ ਜੀ ਦੇ ਗੁਣ ਨੇ। ਇਸ ਕਰਕੇ ਮੈਂ ਵੀ ਕੀ ਕਰਦਾ, ਮੈਂ ਵੀ ਸਤਿਗੁਰ ਦੀ ਮਤ ਲੈ ਕੇ ਮੇਰਾ ਮਨ ਆਜੂਨੀ ਹੋ ਜਾਂਦਾ ਹੈ, ਪਲ ਪਲ ਕੁੱਤੇ ਵਾਲੇ ਨੈਗੇਟਿਵ ਸੁਭਾਅ ਨਹੀਂ ਜੀਂਦਾ ਹੈ, ਪਲ ਪਲ ਉਹਨਾਂ ਵਾਲੇ ਸਾਰੇ ਸੁਭਾਅ, ਉਹ ਅਸੀਂ ਅੱਗੇ ਚੱਲ ਕੇ ਹੁਣ ਡਿਟੇਲ ਕਰਾਂਗੇ। ਗੁਰਪ੍ਰਸਾਦ, ਸਤਿਗੁਰ ਦੀ ਮਤ ਲੈਣਾ, ਹੁਣ ਉਸ ਬਾਣੀ ਦਾ ਨਾਂ ਸ਼ੁਰੂ ਹੋਏਗਾ ਜਿਹਦਾ ਨਾਂ ਹੈ ਜਪ, ਜਿੱਥੇ ਤੱਕ ਅਸੀਂ ਰਾਤੀ ਪਹੁੰਚੇ, ਉਸ ਜਪ ਦੀ ਵਿਚਾਰ ਹੁਣ ਸ਼ੁਰੂ ਹੋਏਗੀ। ਜਪ ਮਤਲਬ ਤੂੰ ਵਾਕਈ ਠੀਕ ਹੋਣਾ ਚਾਹੁੰਦਾ ਹੈ, ਤੂੰ ਸੁਚਿਆਰ ਬਣਨਾ ਚਾਹੁੰਦਾ ਹੈ, ਪੂਰੀ ਪੇਸ਼ੈਂਸ ਨਾਲ ਸੁਣੇਗਾ, ਹੈ ਇਤਨੀ ਪੇਸ਼ੈਂਸ? ਸਤਸੰਗਤ ਆਪਣੀ ਪੇਸ਼ੈਂਸ ਚੈੱਕ ਕਰਨਾ, ਵਿਆਹ ਸ਼ਾਦੀ 'ਤੇ ਅਸੀਂ ਪੰਜ ਪੰਜ ਘੰਟੇ ਬੈਠ ਸਕਦੇ ਹਾਂ, ਡਾਂਸ ਚੱਲਦਾ ਰਹੇ ਅਸੀਂ ਬੈਠ ਸਕਦੇ ਹਾਂ, ਕਿਸੇ ਦੀ ਨਿੰਦਾ ਸੁਣਾਈ ਜਾਏ ਸੁਣ ਸਕਦੇ ਹਾਂ, ਸੀਰੀਅਲ ਅਸੀਂ ਲਗਾਤਾਰ ਦੇਖ ਸਕਦੇ ਹਾਂ, ਟੀਵੀ ਅਸੀਂ ਲਗਾਤਾਰ ਦੇਖ ਸਕਦੇ ਹਾਂ। ਜਿਉਂ ਹੀ ਗੁਰਮਤ ਦੀ ਗੱਲ ਸ਼ੁਰੂ ਹੋਏਗੀ ਸਾਨੂੰ ਨੀਂਦ ਆ ਜਾਏਗੀ, ਜਿਉਂ ਹੀ ਗੁਰਮਤ ਦੀ ਗੱਲ ਸ਼ੁਰੂ ਹੋਏਗੀ ਸਾਨੂੰ ਧੀਆਂ ਪੁੱਤਰ ਯਾਦ ਆ ਜਾਣਗੇ, ਜਿਉਂ ਹੀ ਗੁਰਮਤ ਦੀ ਗੱਲ ਸ਼ੁਰੂ ਹੋਏਗੀ ਸਾਨੂੰ ਘਰ ਦੇ ਕੰਮ ਯਾਦ ਆ ਜਾਣਗੇ, ਜਿਉਂ ਹੀ ਗੁਰਮਤ ਦੀ ਗੱਲ ਸ਼ੁਰੂ ਹੋਏਗੀ ਸਾਡਾ ਅੰਦਰੋਂ ਚਿੱਤ ਨਹੀਂ ਨਾ ਪਸੰਦ ਕਰਦਾ ਉਹਨੂੰ, ਪਤਾ ਕੀ ਕਰੇਗਾ, ਉਹ ਭਾਂਡੇ ਚੁੱਕੋ ਰੋਲਾ ਪੈ ਜਾਏਗਾ, ਉਹ ਕਹੇਗਾ ਮੈਂ ਚੁੱਕਦਾ, ਸਾਰੇ ਸੁਣਨ ਵਾਲੇ ਕੋਈ ਪਲੇਟ ਚੁੱਕਣ ਲੱਗ ਪਏਗਾ, ਥਾਲੀ ਚੁੱਕਣ ਲੱਗ ਪਏਗਾ, ਉਹ ਚੁੱਕੋ ਚੁੱਕੋ ਸਾਰਾ ਰੋਲਾ ਪਾ ਦਿਆਂਗੇ ਅਸੀਂ। ਪਰ ਜਿਸ ਨੂੰ ਇਹ ਵੈਲਿਊਏਬਲ ਲੱਗੇਗਾ ਉਹ ਕਹੇਗਾ ਵੈਰੀ ਇੰਪੋਰਟੈਂਟ, ਕਹਿ ਸਾਹਿਬ ਕੀ ਬਾਤ ਜੇ ਆਖਿਆ ਕੌਣ ਨਾਨਕ ਕਿਆ ਦੀਜੇ, ਸੀਸ ਵੱਡੇ ਘਰ ਬੈਸਣ ਦੀਜੇ, ਵਿੰਡ ਸਿਰ ਸੇਵ ਕਰੀ ਜੇ, ਐਵੇਂ ਤਾਂ 24 ਘੰਟੇ ਰੋਜ਼ ਵਕਤ ਨਹੀਂ ਮਿਲਦਾ। ਅੱਜ ਕੁਦਰਤੀ ਚਾਂਸ ਹੈ, ਰਤਨ ਜੁਆਰ ਮਾਣਿਕ ਦੀ ਗੱਲ ਚੱਲ ਰਹੀ ਹੈ, ਇਹਦੇ ਵਾਸਤੇ ਤਾਂ ਮੈਂ ਆਪਣਾ ਤਨ ਮਨ ਅਰਪੋ ਪੂ ਚੜਾਵੋ ਕਰਨ ਵਾਸਤੇ ਤਿਆਰ ਸੀ, ਅੱਜ ਮੈਨੂੰ ਫ੍ਰੀ ਮਿਲ ਰਹੀ ਹੈ। ਪਰ ਸਾਡਾ ਧਿਆਨ ਕਿਧਰੇ ਚਲਾ ਹੀ ਜਾਂਦਾ ਹੈ। ਟੌਪ ਪ੍ਰਿਓਰਿਟੀ ਵਾਲੇ ਮਨ ਨੂੰ ਕਿਹਾ ਜਾ ਰਿਹਾ ਤੂੰ ਸਤਿਗੁਰ ਦੀ ਮਤ ਲੈ, ਸੁਣ,
ਦ੍ਰਿੜ ਕਰਕੇ ਆਪਣੇ ਅਵਗੁਣਾਂ ਦੇ ਸਿੰਪਟਮਸ ਨੂੰ ਪਛਾਣ ਅਤੇ ਉਹਨਾਂ ਤੋਂ ਛੁੱਟ। ਇਹਨੂੰ ਜਪ ਕਹਿੰਦੇ ਨੇ। ਸਤਿਕਾਰ ਨਾਲ ਇਸ ਪੂਰੀ ਜਿਹੜੀ ਗੱਲ ਸਮਝਾਈ ਗਈ ਹੈ ਪੂਰੇ ਜਪਜੀ ਸਾਹਿਬ ਵਿੱਚ, ਅਸੀਂ ਇਸ ਦਾ ਨਾਂ ਜਪ ਜੀ ਸਾਹਿਬ ਕਹਿੰਦੇ ਹਾਂ। ਬਾਣੀ ਦਾ ਨਾਂ ਜਪ ਹੈ। ਹੁਣ ਕਹਿੰਦੇ ਨੇ ਅੰਦਰ ਦੀ ਸ੍ਰਿਸ਼ਟੀ ਦੀ ਗੱਲ ਸ਼ੁਰੂ ਹੋਈ ਹੈ ਨਾ, ਸੱਚ ਨੂੰ ਦ੍ਰਿੜ ਕਰਕੇ ਸਮਝਣਾ ਉਸਦਾ ਬੀਂਗ ਬਣ ਜਾ। ਹੁਣ ਤੱਕ ਅਸੀਂ ਸੁਣਿਆ ਸੀ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਉਸ ਵੀ ਸੱਚ। ਭਗਵਾਨ ਸ਼ੁਰੂ ਸੇ ਸੱਚਾ ਹੈ, ਆਦਿ ਸੱਚ, ਜੁਗਾਦ ਸੱਚ, ਜੁਗੋਂ ਸੇ ਸੱਚਾ ਹੈ, ਹੈ ਵੀ ਸੱਚ, ਆਪ ਵੀ ਸੱਚਾ ਹੈ, ਨਾਨਕ ਉਸ ਵੀ ਸੱਚ, ਆਖਿਰ ਤੱਕ ਸੱਚਾ ਰਹੇਗਾ। ਹੁਣ ਮੈਨੂੰ ਤਾਂ ਇਹਦੇ ਬਾਰੇ ਕੁਝ ਸਮਝ ਹੀ ਨਹੀਂ ਆਉਂਦੀ, ਪਰ ਜਿਉਂ ਹੀ ਸਾਰੀ ਗੱਲ ਗੁਰੂ ਪਾਤਸ਼ਾਹ ਨੇ ਜੋ ਬ੍ਰਹਿਮੰਡੇ ਸੋਈ ਪਿੰਡੇ ਮੇਰੇ ਅੰਦਰ ਲਿਆਏ ਔਰ ਮੈਨੂੰ ਕਿਹਾ ਤੇਰੀ ਸੱਚ ਦੀ ਰਚਨਾ ਹੋ ਸਕਦੀ ਹੈ ਚੰਗੇ ਚੰਗੇ ਤੱਤਾਂ ਦੇ ਨਾਲ। ਪੰਚ ਡਸ ਨੋਟ ਮੀਨ ਫਾਈਵ, ਪੰਚ ਮਤਲਬ ਚੁਣ ਕੇ ਚੰਗੇ 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 ਗੁਣ, ਪੰਚ ਪਰਵਾਨ, ਚੰਗੇ ਚੰਗੇ ਗੁਣ ਰੱਬ ਜੀ ਦੀ ਦਰਗਾਹ 'ਚ ਪ੍ਰਵਾਨ ਹੁੰਦੇ ਹਨ। ਰੱਬ ਜੀ ਦੀ ਦਰਗਾਹ ਇੱਕ ਤਾਂ ਲੋਕ ਵਾਰ ਵਾਰ ਹੀ ਮੰਨਦੇ ਨੇ, ਜਬ ਮਰ ਜਾਏਂਗੇ ਤਬ ਇੱਕ ਦਰਗਾਹ ਹੋਗੀ, ਉਸਮੇ ਹਮ ਜਾਏਂਗੇ, ਵਹਾਂ ਪਰ ਲੇਖਾ ਜੋਖਾ ਹੋਗਾ। ਹੁਣ ਗੱਲ ਅਸੀਂ ਅੰਦਰ ਦੀ ਕਰ ਰਹੇ ਹਾਂ, ਇਹਦਾ ਮੇਰੇ ਅੰਦਰ ਕੋਈ ਦਰਗਾਹ ਹੈ, ਮੇਰੇ ਅੰਦਰ ਰੱਬ ਜੀ ਦੀ ਕੋਈ ਕਚਹਿਰੀ ਕਸਵੱਟੀ, ਕੋਈ ਬੈਲੈਂਸ ਲੱਗੀ ਹੋਈ ਹੈ, ਕੋਈ ਤਰੱਕੜੀ ਲੱਗੀ ਹੋਈ ਹੈ। ਉਹਨੂੰ ਕਹਿੰਦੇ ਨੇ ਲੈ ਕੇ ਤੱਕੜੀ ਤੋਲਣ ਲਾਗਾ ਘੱਟ ਹੀ ਮੈਂ ਵਣਜਾਰਾ। ਅੰਦਰ ਵੀ ਕੋਈ ਤੱਕੜੀ ਹੈ, ਹਾਂ ਅੰਦਰ ਰਾਜਾ ਤਖ਼ਤ ਹੈ, ਆਪੇ ਕਰੇ ਨਿਆਉ। ਅੱਛਾ ਹੁਣ ਤੱਕ ਦੁਨੀਆ ਸਮਝਦੀ ਸੀ ਮਰਨੇ ਕੇ ਬਾਅਦ ਕੋਈ ਲੇਖਾ ਜੋਖਾ ਹੋਗਾ, ਅੰਦਰ ਨਾਲ ਨਾਲ ਲੇਖਾ ਹੁੰਦਾ ਹੈ। ਪਾਵਣ ਗੁਰੂ ਪਾਣੀ ਪਿਤਾ ਵਿੱਚ ਇਹ ਵਾਲਾ ਸਿਸਟਮ ਸਮਝਾਇਆ। ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖੇਲਾ ਸਗਲ ਜਗਤ। ਅੰਦਰ ਜਿਹੜੇ ਤੱਕੜੀ ਲੱਗੀ ਨਾ, ਚੰਗਿਆਈਆਂ ਬੁਰਿਆਈਆਂ ਵੱਚ ਹੈ, ਧਰਮ ਹਦੂਰ। ਅੰਦਰ ਧਰਮ ਦੀ ਤਰੱਕੜੀ ਲੱਗੀ ਹੋਈ ਹੈ, ਉਸ ਧਰਮ ਦੀ ਤਰੱਕੜੀ ਨੂੰ ਧਰਮ ਰਾਜ ਧਰਮ ਰਾਏ ਕਹਿੰਦੇ ਨੇ। ਬਾਹਰ ਕੋਈ ਮਰਨੇ ਕੇ ਬਾਅਦ ਧਰਮ ਰਾਜ ਚਿਤਰਗੁਪਤ ਕੀ ਬਾਤ ਨਹੀਂ ਚੱਲ ਰਹੀ ਹੈ, ਅੰਦਰ ਰਾਜਾ ਤਖ਼ਤ ਹੈ ਉਹਦੀ ਗੱਲ ਚੱਲ ਰਹੀ ਹੈ। ਉਹ ਰਾਜਾ ਤਖ਼ਤ ਧਰਮ ਹੈ, ਉਸ ਧਰਮ ਨੂੰ ਧਰਮ ਰਾਜ ਗੁਰੂ ਮਤ ਅਨੁਸਾਰ ਕਹਿੰਦੇ ਨੇ। ਜਿਹੜੇ ਅੰਦਰ ਦੀ ਤਰੱਕੜੀ ਦੀ ਗੱਲ ਚੱਲ ਰਹੀ ਹੈ ਨਾ, ਇਸ ਅੰਦਰ ਦੀ ਤਰੱਕੜੀ ਦੇ ਨਾਲ ਜੈਸੀ ਤੂੰ ਕਰਨੀ ਕਰਦਾ ਇਹ ਮਨ ਜੈਸਾ ਸੇਵੇਂ ਤੈਸੋ ਹੋਏ ਤੈਸੇ ਕਰਮ ਕਮਾਏ, ਕਰਮੀ ਆਪੋ ਆਪਣੀ ਕੇ ਨੇੜੇ। ਜੇ ਰੱਬ ਜੀ ਦੇ ਨੇੜੇ ਹੋਏਗਾ ਉਹ ਸੁਮਤ ਬਖਸ਼ਣਗੇ, ਤੇਰੀ ਨਵੀਂ ਸ੍ਰਿਸ਼ਟੀ ਰਚ ਦੇਣਗੇ। ਜੇ ਰੱਬ ਜੀ ਤੋਂ ਦੂਰ ਹੋ ਜਾਏ, ਪਹਿਲੇ ਦਿਨ ਸਮਝ ਸਕ ਚੁੱਕੇ ਹਾਂ, ਦੂਰ ਮਤਲਬ ਡਰ, ਡਰ ਮਰਤੇ ਜਬ ਜਾਣੀਆ ਦੂਰ, ਦੂਰ ਮਤਲਬ ਡਰ ਵਰਗਾ ਇੱਕ ਮੈਲ ਆ ਗਈ, ਡਰ ਦਾ ਭਾਵ ਜਲ, ਡਰ ਦਾ ਭਾਉ ਦਾ ਨਿੱਕੀ ਨਿੱਕੀ ਬੂੰਦ ਮਿਲਾ ਕੇ ਸਮੁੰਦਰ, ਭੈ ਦਾ ਸਾਗਰ, ਇੱਕ ਮੈਲ ਲੱਗ ਗਈ, ਇੱਕ ਕੂੜ, ਕ੍ਰੋਧ ਦੀ ਕੂੜ, ਨਿਰਵੈ ਵੈਰ ਦੀ ਕੂੜ, ਡਰ ਦੀ ਕੂੜ, ਇਹ ਸਾਰੀਆਂ ਕੂੜ ਤੋਂ ਛੁੱਟਣਾ ਚਾਹੁੰਦਾ ਤਾਂ ਹੁਣ ਨਾ ਮਨ ਨੂੰ ਇਹ ਸਮਝ ਆ ਗਈ ਕਿ ਮੇਰੀ ਸੱਚ ਦੀ ਸ੍ਰਿਸ਼ਟੀ ਦੀ ਰਚਨਾ ਸੱਚ ਨੂੰ ਫੋਲੋ ਕਰਕੇ ਬਣੇਗੀ, ਉਹ ਰਾਈਟ ਫਰੋਮ ਬਿਗਨਿੰਗ ਨਵੀਂ ਹੋਏਗੀ, ਆਦ ਸੱਚ। ਜਿਹੜਾ ਫਾਈਨਲੀ ਵਿਰਲਾ ਬਣੇਗਾ ਨਾ, ਉਹ ਰੱਬ ਜੀ ਦੇ ਨਾਲ ਇਕਮਿਕ ਹੋਏਗਾ, ਉਹਨੂੰ ਇਹ ਗੱਲ ਸਮਝਾਈ ਗਈ ਹੈ। ਬੀਂਗ ਤੋਂ ਸੱਚ ਦੇ ਅਧੀਨ ਕਾੜਤ, ਬਿਗਨਿੰਗ ਤੋਂ, ਸ਼ੁਰੂ ਤੋਂ ਇਹਨੂੰ ਸਮਝ ਆ ਰਹੀ ਹੈ। ਮੈਂ ਪੁੱਛਿਆ ਨਾ ਸਚਿਆਰਾ ਕਿਵੇਂ ਬਣਾ, ਜੁਗਾਦ ਸੱਚ, ਜੁਗ
ਦੁਨੀਆ ਬਾਹਰਲੇ ਯੁੱਗ ਬਣਦੀ ਹੈ। ਹੁਣ ਇਹ ਸਾਡੀ ਪੁਸਤਕ ਇੱਕ ਆਈ ਗਈ, ਉਹਦੇ ਵਿੱਚ ਅਸੀਂ ਯੁੱਗ ਸਮਝਾਂਗੇ। ਮੈਂ ਸਤਿਯੁਗ ਅਵਸਥਾ ਵਿੱਚ ਹਾਂ ਜੇ ਮੈਂ ਰੱਬ ਜੀ ਦੇ ਨਾਲ ਇੱਕ ਮਿੱਕ ਹਾਂ। ਮੀਨਸ ਜਦੋਂ ਮੈਂ ਪੈਦਾ ਹੋਇਆ ਸੀ ਮੇਰਾ ਨਿਰਮਲ ਮਨ ਸੀ, ਉਹਨੂੰ ਸਤਿਯੁਗ ਅਵਸਥਾ ਕਹਿੰਦੇ ਨੇ। ਮੈਂ ਹਿੰਦੂ ਮੁਸਲਮਾਨ ਅਮੀਰ ਗਰੀਬ ਗੋਰਾ ਕਾਲਾ ਕੋਈ ਵਿਤਕਰੇ ਵਾਲਾ ਮੇਰਾ ਮਨ ਨਹੀਂ ਹੈ, ਪਰ ਮਾਂ ਪਿਓ ਕੋਲੋਂ ਚਾਰੋਂ ਪਾਸੋਂ ਇਨਵਾਇਰਮੈਂਟ ਤੋਂ ਮੈਂ ਭੈੜੀ ਮੱਤ ਲਈ ਤਾਂ ਮੈਂ ਸਤਿਯੁਗ ਤੋਂ ਤ੍ਰੇਤਾ ਦੁਆਪਰ 'ਤੇ ਡਿੱਗਿਆ ਅਤੇ ਡਿੱਗ ਕੇ ਅਲਟੀਮੇਟਲੀ ਉਸ ਚੰਗੇ ਚੰਗੇ ਗੁਣ ਮੈਂ ਨਹੀਂ ਸੰਭਾਲੇ। ਮੁੜ ਕੇ ਵਾਪਸ ਸਤਿਯੁਗ ਵਾਲੀ ਅਵਸਥਾ ਨਹੀਂ ਮਾਣੀ, ਮਾਣ ਸਕਦਾ ਸੀ ਜਿਸ ਵੇਲੇ ਸਮਝ ਆ ਜਾਏ। ਮੰਨ ਲਿਆ ਮੈਂ ਇੱਕ ਤੋਂ ਦੋ 'ਤੇ ਢਹਿ ਪਿਆ ਤਾਂ ਦੋ ਤੋਂ ਮੈਂ ਇਕਦਮ ਵਾਪਸ ਆ ਸਕਦਾ, ਪਰ ਮੈਂ ਧਿਆਨ ਨਹੀਂ ਕੀਤਾ। ਮੈਂ 3 'ਤੇ ਢਹਿ ਪਿਆ, 3 ਤੋਂ 2 'ਤੇ ਆ ਕੇ ਵਾਪ 1 'ਤੇ ਆ ਸਕਦਾ ਸੀ, ਮੈਂ ਧਿਆਨ ਨਹੀਂ ਕੀਤਾ। ਮੈਂ 4 'ਤੇ ਢਹਿ ਪਿਆ, 4 ਇਜ਼ ਕਲਯੁੱਗ। 2 ਤੋਂ 1 'ਤੇ ਵਾਪਸ ਆ ਜਾਣਾ ਜਾਂ 3 ਤੋਂ 1 'ਤੇ ਵਾਪਸ ਆ ਜਾਣਾ ਜਾਂ 4 ਤੋਂ 1 'ਤੇ ਵਾਪਸ ਆ ਜਾਣਾ, ਇਹਨੂੰ ਕਹਿੰਦੇ ਨੇ ਯੁੱਗ ਯੁੱਗ ਫੇਰ ਵਟਾਈਆਂ। ਕਿਸ ਤਰ੍ਹਾਂ ਫੇਰ ਮੁੜ ਕੇ ਵਾਪਸ ਆ ਜਾਈਦਾ? ਗਿਆਨੀ ਬੁੱਝਿਆ ਤਾਂ ਇਹ ਸਤਿਗੁਰ ਦੀ ਮੱਤ ਲੈ ਕੇ ਵਾਪਸ ਆ ਜਾਈਦਾ ਹੈ। ਇਹਦਾ ਮਤਲਬ ਯੁੱਗ ਬਾਹਰਲੇ, ਹੁਣ ਯੁੱਗਾਂ ਦੀ ਗੱਲ ਨਹੀਂ ਚੱਲ ਰਹੀ ਜਿਸ ਨੂੰ ਲੋਕ ਬਿਆਨ ਕਰਦੇ ਨੇ। ਇਤਨੇ ਲੱਖੋਂ ਸਾਲੋਂ ਕਾ ਸਤਿਯੁਗ ਥਾ ਔਰ ਇਤਨੇ ਕਰੋੜੋਂ ਸਾਲੋਂ ਕਾ ਦੁਆਪਰ ਤ੍ਰੇਤਾ ਥਾ, ਅਬ ਪਤਾ ਨਹੀਂ ਕਿਤਨੇ ਸਾਲ ਤੱਕ ਕਲਯੁੱਗ ਰਹੇਗਾ। ਬਾਹਰਲੀ ਹੁਣ ਗੱਲ ਖਤਮ ਹੋ ਚੁੱਕੀ ਹੈ, ਬਾਰ ਬਾਰ ਮੈਨੂੰ ਇਹ ਰੀਇਨਫੋਰਸ ਕਰਨਾ ਪਏਗਾ। ਅੰਦਰ ਦੀ ਗੱਲ ਚੱਲ ਰਹੀ ਹੈ, ਮੇਰੇ ਮਨ ਦੀ ਅਵਸਥਾ ਨੂੰ ਕਲਯੁੱਗ ਕਹਿੰਦੇ ਹਨ। ਮੇਰੇ ਮਨ ਦੀ ਅਵਸਥਾ ਯੁੱਗ ਤੋਂ, ਸੱਚ ਤੋਂ, ਸ਼ੁਰੂ ਤੋਂ, ਯੁੱਗ ਆਦਿ ਸ਼ੁਰੂ ਤੋਂ, ਮੇਰੇ ਸੋਚਣੀ ਦਾ ਢੰਗ ਯੁੱਗ, ਯੁੱਗ ਆਦਿ, ਯੁੱਗ ਆਦਿ ਸੱਚ, ਰੋਮ ਰੋਮ ਇੰਦਰੇ ਗਿਆਨ ਇੰਦਰੇ ਦਾ ਥੋਟ ਪ੍ਰੋਸੈਸ ਸੱਚ ਦੇ ਅਧੀਨ ਕੀਤਾ ਜਾਵੇ ਤਾਂ ਮੇਰੀ ਕੂੜ ਦੀ ਪਾਲ ਉਤਰ ਸਕਦੀ ਹੈ। ਕਿਉਂਕਿ ਮੈਂ ਹੀ ਪੁੱਛਿਆ ਸਚਿਆਰਾ ਕਿਵੇਂ ਬਣਾ, ਸਚਿਆਰਾ ਬਣਾਉਣ ਵਾਸਤੇ ਨਹੀਂ ਕੋਈ ਨੁਕਤੇ ਸਮਝਾਏ ਜਾ ਰਹੇ ਨੇ, ਕੂੜ ਉਤਾਰਨ ਵਾਸਤੇ ਨੁਕਤੇ ਸਮਝਾਏ ਜਾ ਰਹੇ ਨੇ। ਇਹ ਜਪਜੀ ਪੜ੍ਹਦਿਆਂ ਜੇ ਗੱਲ ਸਮਝ ਆ ਜਾਏ ਬਹੁਤ ਕੀਮਤੀ ਪੁਆਇੰਟ ਸਾਡੇ ਪੱਲੇ ਪੈ ਜਾਏਗਾ। ਮੇਰੀ ਸਾਰੀ ਕਰੂਪਤਾ ਹਟਾਈ ਜਾ ਰਹੀ ਹੈ, ਮੇਰੀ ਸਾਰੀ ਮੈਲ, ਮੇਰੀ ਸਾਰੀ ਕੂੜ ਉਤਾਰੀ ਜਾ ਰਹੀ ਹੈ। ਜਬ ਸਾਰੀ ਕਰੂਪਤਾ ਔਰ ਕੂੜ ਹਟਾ ਦੋ ਤੋ ਨੀਚੇ ਸੇ ਪਤਾ ਕਿਆ ਨਿਕਲਤਾ ਹੈ, ਸੁੰਦਰਤਾ ਨੀਚੇ ਸੇ ਨਿਕਲਤਾ ਹੈ, ਇਹ ਮਨ ਸੁੰਦਰ ਆਪਣਾ, ਹਰ ਨਾਮ ਮਜੀਠੈ ਰੰਗਰੀ। ਹੈ ਵੀ ਸੱਚ, ਹੈ ਵੀ ਮੀਨਸ ਨਾਓ, ਹੁਣੇ ਮੇਰੇ ਮਨ ਇੰਜ ਸੱਚਾ ਹੋ ਸਕਦੇ ਹਾਂ। ਹੋ ਸੀ ਵੀ ਸੱਚ, ਹੋ ਸੀ ਵੀ ਮੀਨਸ ਹੋ ਜਾਏਗਾ ਨਹੀਂ, ਹੋ ਸਕਦਾ ਹੈ। ਹੈ ਵੀ ਸੱਚ, ਹੈ ਵੀ ਸੱਚ ਮੀਨਸ ਮੇਰੇ ਉੱਤੇ ਸੱਚ ਦਾ ਨਿਯਮ ਵਾਪਰ ਰਿਹਾ ਹੈ, ਮੈਂ ਇਸ ਨਿਯਮ ਅਨੁਸਾਰ ਰਹਿਣਾ। ਇਸਨੂੰ ਹੁਕਮ ਰਜ਼ਾ ਕਹਿੰਦੇ ਨੇ। ਅਸੀਂ ਮਿਸ ਹੈਪਨਿੰਗ ਦਾ ਨਾਂ, ਘਾਟਿਆਂ ਦਾ ਨਾਂ ਰਜ਼ਾ ਰੱਖਿਆ ਹੋਇਆ ਸੀ। ਹੁਕਮ, ਨਿਯਮ, ਸਿਸਟਮ, ਦ ਲਾਜ਼ ਆਫ ਨੇਚਰ ਇਜ਼ ਦਾ ਵਿਲ ਆਫ ਗੋਡ, ਉਹ ਹੈ ਵੀ ਸੱਚ ਨਾਨਕ, ਹੋ ਸੀ ਵੀ ਸੱਚ ਨਾਨਕ। ਪਦ ਦੇ ਅਰਥ ਸਮਝਣ ਵੇਲੇ ਸਾਨੂੰ ਇਹ ਸਮਝਣਾ ਹੈ, ਗੁਰੂ ਨਾਨਕ ਪਾਤਸ਼ਾਹ ਨਾਨਕ ਪਦ ਆਪਣੇ ਵਾਸਤੇ ਬਾਣੀ ਵਿੱਚ ਵਰਤਦੇ ਨੇ। ਉਹਦਾ ਮਤਲਬ ਹੁੰਦਾ ਜਿਸ ਨੇ ਇਹ ਬਾਣੀ ਉਚਾਰੀ। ਇਹ ਤਾਂ ਹੋ ਗਿਆ ਪੋਇਟਿਕ ਲੈਂਗੁਏਜ ਵਿੱਚ, ਲੇਕਿਨ ਜਿਸ ਨੇ ਉਚਾਰੀ ਨਾਨਕ ਦਾ ਮਤਲਬ ਹੁੰਦਾ ਜਿਹੜਾ ਦੁਐਤ ਤੋਂ ਇੱਕ ਹੋ ਜਾਏ, ਡੁਐਲਿਟੀ ਤੋਂ ਮੁੱਕ ਜਾਏ। ਅਦੁਐਤ ਅਵਸਥਾ ਨੂੰ ਨਾਨਕ ਕਹਿੰਦੇ ਨੇ।
ਨਾਨਕ ਜੀ ਆਪਣੇ ਮਨ ਨੂੰ ਕਹਿ ਰਹੇ ਨੇ, ਓਏ ਮੇਰੇ ਮਨ, ਇੰਜ ਸੱਚ ਹੋ ਸਕਦਾ ਹੈ, ਤੂੰ ਵੀ ਸੱਚਾ ਹੋ ਸਕਦਾ ਹੈ। ਜਿਹੜੇ ਹੈ ਵੀ ਸੱਚ ਨਾਲ ਨਹੀਂ ਜੁੜਦੇ ਨੇ ਉਹਨਾਂ ਨੂੰ ਪਹਿਲੀ ਪੌੜੀ ਵਿੱਚ ਵਿਚਾਰਾਂਗੇ। ਹੈ ਵੀ ਸੱਚ ਨਾਲ ਨਹੀਂ ਜੁੜੇ ਨਾ, ਉਹ ਪੁਰਾਤਨ ਗੱਲਾਂ ਕਰਨਗੇ। ਮੇਰੇ ਇਤਨੇ ਮਕਾਨ ਸੀ, ਸਾਡੀਆਂ ਇਤਨੀਆਂ ਪ੍ਰਾਪਰਟੀਆਂ ਸੀ, ਸਾਡਾ ਇਤਨਾ ਕੰਮਕਾਜ ਸੀ, ਮੈਂ ਫਲਾਣਿਆਂ ਦੀ ਇਤਨੀ ਹੈਲਪ ਕੀਤੀ ਸੀ, ਫਲਾਣੇ ਮੇਰੀ ਹੈਲਪ ਨਹੀਂ ਕਰਦੇ ਨੇ। ਹਮੇਸ਼ਾ ਪਾਸਟ ਵਿੱਚ ਰਹਿਣਗੇ, ਪਾਸਟ ਦੀਆਂ ਗੱਲਾਂ ਕਰਕੇ ਉਹ ਹੁਣ ਹੈ ਨਹੀਂ ਨੇ, ਉਹ ਹੁਣ ਸੱਚੀਆਂ ਨਹੀਂ ਨੇ। ਮੈਨੂੰ ਯਾਦ ਹੈ ਜਦੋਂ ਕਦੇ ਵੀ ਮੈਂ ਆਪਣੇ ਪੇਰੈਂਟਸ ਦੇ ਨਾਲ ਕੋਈ ਬਜ਼ੁਰਗਾਂ ਨਾਲ ਜਾ ਕੇ ਬੈਠਾਂ ਤਾਂ ਉਹ ਸਾਰੀ ਪਿੰਡੀ ਬਰਾਦਰੀ ਸੀ, ਤਾਂ ਪਿੰਡੀ ਬਰਾਦਰੀ ਵਾਲੇ ਕਹਿੰਦੇ ਸੀ ਜਿਉਂ ਦੇ 47 ਤੋਂ ਉਜੜ ਕੇ ਆਇਆ ਨਾ ਇੱਥੇ ਇੰਝ ਹੋ ਗਿਆ, ਵਰਨਾ ਅਸੀਂ ਪਾਕਿਸਤਾਨ ਵਿੱਚ ਬੜੇ ਅਮੀਰ ਹੁੰਦੇ ਸਾਂ। ਸੋ ਵਟ, ਉੱਥੇ ਹੁੰਦਾ ਸਿਆ ਹੁਣ ਉਹਦਾ ਮਤਲਬ ਕੀ ਕਰੀਏ, ਤੁਹਾਡਾ ਪਾਣੀ ਭਰੀਏ? ਵਟ ਯੂ ਆਰ ਟੂਡੇ ਇਟ ਮੈਟਰਸ, ਇਟ ਡਜ਼ਨਟ ਮੈਟਰ ਵਟ ਯੂ ਵਰ, ਹੈ ਨਾ। ਜੇ ਅੱਜ ਮੈਂ ਮਿਹਨਤ ਕਰਕੇ ਸੱਚ 'ਤੇ ਖੜ੍ਹਾ ਹਾਂ ਤਾਂ ਅੱਜ ਦੀ ਗੱਲ ਚੱਲ ਰਹੀ ਹੈ। ਨਾਓ ਹੁਣ ਵਰਤਮਾਨ ਵਿੱਚ ਵਰਤਦਾ ਹੋਵਣ ਹਾਰ ਸੋਈ ਪਰਵਾਨਾ, ਪ੍ਰੈਜੈਂਟ ਵਿੱਚ ਰਹਿਣ ਦੀ ਜਾਂਚ ਬੜੀ ਮੁਸ਼ਕਲ ਜਾਂਚ ਹੈ। ਹਰ ਵੇਲੇ ਪ੍ਰੈਜੈਂਟ ਵਿੱਚ ਰਹਿਣ ਵਾਸਤੇ ਸੱਚ ਹੋ ਸਕਦੇ ਹਾਂ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਨਾਨਕ ਜੀ ਆਖਦੇ ਹਨ ਸੱਚ ਹੋ ਹੀ ਜਾਈਦਾ ਹੈ ਜਦੋਂ ਗੁਰ ਪ੍ਰਸਾਦ ਨੂੰ, ਰੱਬ ਜੀ ਦੀ ਪ੍ਰਸਾਦ ਨੂੰ ਲੈ ਲਵੋ, ਉਹ ਹਮੇਸ਼ਾ ਅਵੇਲੇਬਲ ਹੈ। ਜੇ ਤੂੰ ਪੁਰਾਣੇ ਟਾਈਮ 'ਤੇ ਅਮੀਰ ਸੀ, ਪੁਰਾਣੇ ਟਾਈਮ 'ਤੇ ਤੇਰੇ ਕੋਲ ਪ੍ਰਾਪਰਟੀਆਂ ਸਨ, ਸਭ ਕੁਛ ਸੀ, ਅੱਜ ਵੀ ਤੂੰ ਸੱਚ ਨਾਲ ਜੁੜ ਕੇ ਸੱਚ ਦੇ ਖਜ਼ਾਨੇ ਦਾ ਅਮੀਰ ਹੋ ਸਕਦਾ ਹੈ। ਹੋ ਸਕਦਾ ਜਦੋਂ ਤੇਰੇ ਕੋਲ ਪੈਸੇ ਵੀ ਸੀ, ਪ੍ਰਾਪਰਟੀ ਵੀ ਸੀ, ਤੂੰ ਤਾਂ ਵੀ ਖੋਰੇ ਸੱਚਾ ਨਹੀਂ ਸੀ, ਲੇਕਿਨ ਤਾਂ ਤੇਰੇ ਕੋਲ ਦੁਨਿਆਵੀ ਧਨ ਸੀ ਪਰ ਮਾਨਸਿਕ ਤੌਰ 'ਤੇ ਤੇਰੇ ਕੋਲ ਔਗੁਣਾਂ ਵਾਲੀ ਮੱਤ ਦਾ ਕਾਚਾ ਧਨ ਸੀ। ਪਰ ਤੂੰ ਅੱਜ ਵੀ ਪੈਸੇ ਢੇਰ ਸਾਰੇ ਹੋਣ ਤਾਂ ਤੂੰ ਅੱਜ ਵੀ ਸੱਚਾ ਧਨ ਵਾਲੀ ਮੱਤ ਪ੍ਰਾਪਤ ਕਰ ਸਕਦਾ, ਪਰ ਜੇ ਤੇਰੇ ਕੋਲ ਪੈਸੇ ਨਾ ਹੋਣ, ਪ੍ਰਾਪਰਟੀਆਂ ਨਾ ਹੋਣ, ਤਾਂ ਵੀ ਤੂੰ ਅੱਜ ਸੱਚਾ ਧਨ ਪ੍ਰਾਪਤ ਕਰ ਸਕਦਾ। ਸਤਿਗੁਰ ਦੀ ਮੱਤ ਦਾ ਸੱਚਾ ਧਨ ਅਤੇ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਭਾਵੇਂ ਦਰਗਮਾਨ, ਪੰਚੇ ਸੋਹੈ ਦਰਾਜਾਨ, ਰੱਬ ਜੀ ਦੀ ਦਰਗਾਹ ਦੇ ਅੰਦਰ ਤਾਂ ਅਮੀਰ ਗਰੀਬ ਜਾ ਸਕਦੇ ਨੇ ਨਾ ਦੋਨੋਂ। ਰੱਬ ਜੀ ਦੀ ਦਰਗਾਹ ਛੋਟਾ ਵੱਡਾ ਵੀ ਜਾ ਸਕਦਾ, ਬਾਲਕ ਬਿਰਧ ਨਾ ਜਾਣੀ ਹੈ ਨੇ ਚਲਤੀ ਇਸ ਦਰਬਾਰ। ਰੱਬ ਜੀ ਤਾਂ ਛੋਟਾ ਵੱਡਾ ਨਹੀਂ ਵੇਖਦੇ, ਅਸੀਂ ਇਤਿਹਾਸ ਹੀ ਸੁਣਦੇ ਹਾਂ, ਪੰਜ ਸਾਲ ਦੇ 7 ਸਾਲ ਦੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ, 8 ਸਾਲ ਦੇ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਅਸੀਂ ਸਾਰਾ ਇਤਿਹਾਸ ਸੁਣਦੇ ਹਾਂ, ਪਰ ਅਸੀਂ ਇਸ ਪੱਖੋਂ ਨਹੀਂ ਨਾ ਸੁਣਦੇ ਹਾਂ ਕਿ ਮੈਨੂੰ ਕੀ ਇਹਦੇ 'ਚ ਜਾਂਚ ਮਿਲਣੀ ਆ। ਸਚਿਆਰ ਹੋ ਸਕਦੇ ਹਾਂ ਸਤਿਗੁਰ ਦੀ ਮੱਤ ਜੇ ਲੈ ਲਵੋ। ਇਸ ਤੋਂ ਬਾਅਦ ਗੱਲ ਸ਼ੁਰੂ ਹੋਈ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਸਾਡਾ ਅੱਜ ਦਾ ਜਿੱਥੋਂ ਟੌਪਿਕ ਸ਼ੁਰੂ ਹੈ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਵਾਸਤੇ ਮੈਨੂੰ ਸੱਚ ਦੀ ਪ੍ਰੀਤ ਕਰਨੀ ਪਏਗੀ। ਕੱਲ੍ਹ ਕਿਸੇ ਨੇ ਸਵਾਲ ਪੁੱਛਿਆ, ਵੀਰ ਜੀ ਤੁਸੀਂ ਕਿਹਾ ਕਿ ਪ੍ਰੇਮ ਭਗਤ ਜਿਨ ਜਾਨੀ, ਪ੍ਰੇਮਾ ਭਗਤੀ, ਪ੍ਰੇਮਾ ਭਗਤੀ ਦਾ ਮਤਲਬ ਹੁੰਦਾ ਮੈਂ ਪਹਿਲਾਂ ਰੱਬ ਬਾਹਰ ਸਮਝਦਾ ਸੀ, ਆਪਣਾ ਪ੍ਰੀਤਮ ਕਿਧਰੇ ਦੂਰ ਸਮਝਦਾ ਸੀ, ਹੁਣ ਮੇਰਾ ਪ੍ਰੀਤਮ ਮੇਰੇ ਵਸੀ, ਰੱਬ ਹਿਆਲੀ ਹੈ, ਕਹੋ ਨਾਨਕ ਹੋਮੈ ਪੀਤ ਗੁਰ ਖੋਈ, ਤੋ ਦਿਆਰ ਬੀਠ ਲਓ ਪਾਇਓ, ਮੇਰੇ ਨਾਲ ਹੀ ਸੇਜਾ ਅਤੇ ਮੈਨੂੰ ਮਿਲ ਗਿਆ, ਮੇਰਾ ਪ੍ਰੀਤਮ ਅੰਦਰ ਹੀ ਹੈ। ਮੇਰੇ ਪ੍ਰੀਤਮ ਦੀ ਲਗਾਤਾਰ ਗੱਲ ਸੁਣਨੀ, ਕੰਨ ਦੇ ਕੇ ਸੁਣਨੀ, ਉਹਨੂੰ ਕਹਿੰਦੇ ਨੇ ਪ੍ਰੀਤ।
ਲਗਾਤਾਰ ਸੁਣ ਕੇ ਮੀਤ ਕਰੈ ਸੋਈ ਹਮ ਮਾਨਾ, ਮੰਨਣਾ ਇਹ ਗੁਰਮਤ ਦੀ ਪ੍ਰੀਤ ਹੈ, ਇਹ ਪ੍ਰੇਮਾ ਭਗਤੀ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ। ਪ੍ਰੇਮ ਭਗਤੀ ਤਾਂ ਸ਼ੁਰੂ ਹੁੰਦੀ ਹੈ ਜਦੋਂ ਮੈਂ ਆਪਣੇ ਮਨ ਕੀ ਮੱਤ ਛੱਡ ਦਿੰਦਾ ਹਾਂ, ਮਨ ਕੀ ਮੱਤ ਦਾ ਸਿਰ ਤਲੀ 'ਤੇ ਰੱਖਿਆ, ਲਓ ਮੈਨੇ ਰੱਖ ਦਿਆ, ਇਹ ਗੰਦਾ ਹੈ, ਇਸਮੇ ਮੈਲ ਬਹੁਤ ਹੈ, ਇਸਮੇ ਅਕਲ ਬਿਲਕੁਲ ਨਹੀਂ ਹੈ, ਇਹ ਮੰਦੇ ਮੰਦੇ ਖਿਆਲ ਸੋਚਦਾ ਹੈ, ਇਹ ਵੈਰੀ ਰਹਿਤਾ ਹਮੇਸ਼ਾ, ਵਿਤਕਰਾ ਬੜੇ ਕਰਤਾ ਹੈ, ਮੈਂ ਲਓ ਯਾਰ ਸਿਰ ਰੱਖ ਲਓ, ਮੈਨੇ ਸਿਰ ਰੱਖ ਦਿਆ, ਪ੍ਰੇਮਾ ਭਗਤੀ ਸ਼ੁਰੂ ਹੋ ਗਈ। ਹੁਣ ਕਹਿੰਦੇ ਨੇ ਕਿ ਇਸ ਨੂੰ ਬਾਹਰਲੀ ਸ੍ਰਿਸ਼ਟੀ ਦੇ ਨਾਲ ਲਗਾ ਕੇ ਅੰਦਰ ਦੀ ਸ੍ਰਿਸ਼ਟੀ ਨੂੰ ਕੰਪੇਅਰ ਕਰਕੇ ਸਮਝਾਂਗੇ। ਸਾਨੂੰ ਕਿਹਾ ਗਿਆ ਇਹ ਸਾਰੀ ਰਚਨਾ ਸ੍ਰਿਸ਼ਟੀ ਝੂਠੀ ਹੈ। ਸਤਸੰਗਤ ਜੀ, ਜੇ ਮੈਂ ਕਿੱਥੇ ਗਲਤ ਸੁਣਿਆ, ਮੈਨੂੰ ਖਿਮਾ ਕਰਨਾ, ਤੁਸੀਂ ਸੁਣਿਆ ਕਿ ਨਹੀਂ ਸੁਣਿਆ। ਮੈਂ ਹਜ਼ਾਰਾਂ ਸਾਲ ਤਾਂ ਮੇਰੀ ਉਮਰ ਨਹੀਂ ਹੈ, ਪਰ ਹਜ਼ਾਰਾਂ ਸਾਲ ਦੀ ਫਿਲਾਸਫੀ ਪਿਛਲੇ ਆਪਣੀ ਜ਼ਿੰਦਗੀ ਦੇ 40 ਸਾਲਾਂ ਵਿੱਚ ਸੁਣੀ ਹੈ। ਇਹ ਸਾਰੀ ਸ੍ਰਿਸ਼ਟੀ ਝੂਠ ਹੈ, ਇਹ ਸਾਰੀ ਜਗ ਰਚਨਾ ਝੂਠ ਹੈ। ਇਹ ਪ੍ਰਚਾਰਕ ਸਾਨੂੰ ਕਹਿੰਦੇ ਨੇ ਨਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਹਿੰਦੇ ਨੇ, ਕਹਿੰਦੇ ਨਾ, ਇਹ ਵੋਟੀ ਬੱਚੇ ਸਭ ਮਾਇਆ ਹੈ, ਸਭ ਝੂਠ ਹੈ, ਇਹ ਕੱਪੜਾ ਸੋਨਾ ਸਭ ਝੂਠ ਹੈ, ਇਹ ਸਭ ਮਾਇਆ ਹੈ, ਇਹ ਮਾਤ ਪਿਤਾ ਭਾਈ ਸੁਤਬੰਧ ਇਹਨਾਂ ਨਾਲ ਪਿਆਰ ਨਾ ਲਗਾਓ, ਸਭ ਝੂਠ ਹੈ, ਇਹ ਹੀ ਕਹਿੰਦੇ ਨਾ। ਹੁਣ ਗੁਰੂ ਪਾਤਸ਼ਾਹ ਜੀ ਨੂੰ ਪੁੱਛੀਏ, ਹੁਣ ਗੁਰੂ ਪਾਤਸ਼ਾਹ ਆਦ ਸਤ ਜੁਗਾਦ ਸਤ, ਸਾਡੀ ਪੁਸਤਕ ਆਈ ਰੱਬੀ ਰਜ਼ਾ, ਰੱਬ ਜੀ ਦੀ ਰਜ਼ਾ ਦੇ ਅਨੁਸਾਰ ਸਭ ਕੁਛ ਬਣਿਆ ਹੈ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਵਾਹ, ਭਗਵਾਨ ਸੱਚਾ ਹੈ ਔਰ ਸੱਚੇ ਭਗਵਾਨ ਨੇ ਸਾਰੀ ਸ੍ਰਿਸ਼ਟੀ ਸੱਚੀ ਬਣਾਈ ਹੈ, ਉਸਕੀ ਉਤਪੱਤੀ ਸਾਰੀ ਸੱਚੀ ਹੈ। ਅਗਰ ਹਮ ਉਸਕੀ ਉਤਪੱਤੀ ਕੋ ਉਸਕੀ ਕ੍ਰੀਏਸ਼ਨ ਕੋ ਝੂਠ ਬੋਲੇਂਗੇ ਤੋ ਇਨਡਾਇਰੈਕਟਲੀ ਹਮ ਬਣਾਉਣੇ ਵਾਲੇ ਕੋ ਝੂਠ ਬੋਲ ਰਹੇ ਹਾਂ ਕਿ ਤੂੰ ਵੀ ਝੂਠਾ ਹੈ, ਕਿਉਂਕਿ ਝੂਠਾ ਝੂਠੀ ਕ੍ਰੀਏਸ਼ਨ ਕਰਦਾ ਹੈ, ਸੱਚਾ ਤਾਂ ਸੱਚੀ ਕ੍ਰੀਏਸ਼ਨ ਕਰਦਾ ਹੈ। ਅਤੇ ਸਾਡਾ ਹੀਆ ਕਿਵੇਂ ਪੈਂਦਾ ਸੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ, ਰੋਜ਼ ਪਾਠ ਕਰ ਕਰਕੇ ਕਹਿੰਦੇ ਹਾਂ ਸੋਈ ਸੋਈ ਸਦਾ ਸੱਚ, ਸਾਹਿਬ ਸੱਚਾ ਸਾਚੀ ਨਾਈ, ਇਹ ਸਾਰੀ ਨਾਈ, ਇਹ ਸਾਰੀ ਸ੍ਰਿਸ਼ਟੀ, ਇਹ ਸਾਰੀ ਸਿਰਜਣਾ ਉਹਦੀ ਸੱਚੀ ਹੈ, ਗੁਰੂ ਪਾਤਸ਼ਾਹ ਕਹਿ ਰਹੇ ਨੇ। ਫਿਰ ਗੁਰੂ ਪਾਤਸ਼ਾਹ ਕਹਿ ਰਹੇ ਨੇ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਧਰਤੀ ਥਾਪ ਰੱਖੀ ਧਰਮਸ਼ਾਲ, ਅਸੀਂ ਇਹਨੂੰ ਝੂਠ ਕਹੀ ਜਾ ਰਿਹਾ, ਸਾਰੀ ਗੱਲ ਗਲਤ ਹੋ ਗਈ ਨਾ, ਅਸੀਂ ਗਲਤ ਪੜ੍ਹਾਈ ਸਿੱਖ ਗਏ ਨਾ। ਗੁਰੂ ਸਾਹਿਬ ਕਹਿ ਰਹੇ ਨੇ ਸਭ ਕੁਛ ਸੱਚਾ ਹੈ, ਜੇ ਬਾਹਰਲੀ ਸ੍ਰਿਸ਼ਟੀ ਸੱਚ ਮੰਨੀਏ, ਮੰਨਣੀ ਹੀ ਪਏਗੀ ਸਾਨੂੰ, ਬਾਹਰਲੀ ਸ੍ਰਿਸ਼ਟੀ ਸੱਚ ਮੰਨਣੀ ਪਏਗੀ, ਇਹ ਮਨ ਵਿਰਲਾ ਬਣਨ ਵਾਲਾ ਮੰਨ ਗਿਆ ਹੈ, ਅਸੀਂ ਨਾ ਮੰਨੀਏ ਤਾਂ ਸਾਡੀ ਮਰਜ਼ੀ ਹੈ, ਉਹ ਮੰਨ ਗਿਆ, ਮਨ ਨੇ ਐਕਸੈਪਟ ਕਰ ਲਿਆ ਕਿ ਸਭ ਕੁਛ ਰੱਬ ਜੀ ਤੁਹਾਡਾ ਬਣਾਇਆ ਹੋਇਆ ਸੱਚ ਹੈ। ਆਪ ਸੱਤ ਕੀਆ ਸਭ ਸੱਤ, ਅਤੇ ਮਨ ਕਹਿੰਦਾ ਹੈ ਕਿ ਜੇਕਰ ਮੈਂ ਤੁਹਾਡੀ ਰਜ਼ਾ ਮੰਨ ਲਵਾਂ ਤਾਂ ਮੇਰੀ ਵੀ ਸ੍ਰਿਸ਼ਟੀ ਸੱਚੀ ਬਣ ਸਕਦੀ ਹੈ। ਪਰ ਮੈਂ ਮਨ ਕੀ ਮਤ ਦੇ ਨਾਲ ਜਗ ਰਚਨਾ ਸਭ ਝੂਠ ਬਣਾਈ ਹੋਈ ਹੈ। ਤੁਹਾਨੂੰ ਪੁੱਛਦਾ ਤਾਂ ਤੁਸੀਂ ਮੈਨੂੰ ਕਹਿੰਦੇ ਹੋ ਤੇਰੇ ਮਨ ਦੀ ਬਣਾਈ ਹੋਈ, ਓਏ ਮੇਰੇ ਮਿੱਤਰ ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ, ਤੇਰੇ ਮਨ ਦੇ ਖਿਆਲ ਜੈਸੇ ਜਲ ਤੇ ਬੁਦਬੁਦਾ ਨੇ
ਉਪਜੈ ਬਿਨਸੈ ਨੀਤ। ਕਦੇ ਚੰਗੇ ਖਿਆਲ ਆਉਂਦੇ ਨੇ ਚਲੇ ਜਾਂਦੇ ਨੇ, ਕਦੇ ਮੰਦੇ ਖਿਆਲ ਆਉਂਦੇ ਨੇ ਚਲੇ ਜਾਂਦੇ ਨੇ। ਤੂੰ ਇੰਝ ਬੁਲਬੁਲੇ ਵਾਂਗੂ ਤੇਰੇ ਮਨ ਦੇ ਖਿਆਲ, ਨਾਟ ਇਹ ਬਾਹਰਲੀ ਸ੍ਰਿਸ਼ਟੀ ਨਹੀਂ ਝੂਠੀ, ਤੇਰੇ ਅੰਦਰ ਦੀ ਰਚਨਾ ਝੂਠੀ ਹੈ। ਉਸ ਨੂੰ ਸੱਚਾ ਕਰਨ ਬਾਰੇ ਸਾਰੀ ਗੱਲ ਸ਼ੁਰੂ ਹੋ ਰਹੀ ਹੈ। ਉਹਦੇ ਵਾਸਤੇ ਇਹਨੂੰ ਕਿਹਾ, ਅਦਰਵਾਈਜ਼ ਸਭ ਕੁਛ ਕੂੜ ਹੋ ਜਾਂਦਾ ਹੈ। ਹੁਣ ਉਹਦੇ ਵਾਸਤੇ ਸਾਨੂੰ ਅੱਜ ਗੁਰਮਤਿ ਦਾ ਪਾਠ ਇਹ ਵਾਲਾ ਕਰਨਾ ਪਏਗਾ। ਸ਼ਲੋਕ ਮਹਿਲਾ ਪਹਿਲਾ, ਕੂੜ ਰਾਜਾ ਕੂੜ ਪਰ ਜਾ, ਕੂੜ ਸਭ ਸੰਸਾਰ, ਕੂੜ ਰਾਜਾ ਕੂੜ ਪਰ ਜਾ, ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਇਨਾ ਕੂੜ ਰੁੱਪਾ, ਕੂੜ ਪੈਨਣ ਹਾਰ, ਕੂੜ ਸੋਇਨਾ ਕੂੜ ਰੁੱਪਾ, ਕੂੜ ਪੈਨਣ ਹਾਰ, ਕੂੜ ਕਾਇਆ ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਕੱਪੜ ਕੂੜ ਰੂਪ ਅਪਾਰ, ਕੂੜ ਮੀਆਂ ਕੂੜ ਬੀਬੀ, ਕੂੜ ਖੱਪ ਹੋਏ ਖਾਰ, ਖੱਪ ਵਿਸਰਿਆ ਕਰਤਾ, ਲੱਗਾ ਵਿਸਰਿਆ ਕਰਤਾ, ਕਿਸ ਨਾਲ ਕੀ ਚੈ ਦੋਸਤੀ, ਸਭ ਜਗ ਚੱਲਣ ਹਾ, ਕਿਸ ਨਾਲ ਕੀ ਚੈ ਦੋਸਤੀ, ਸਭ ਜਗ ਚੱਲਣ ਹਾ, ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੇ ਵਖਾਣੇ, ਬੇਨਤੀ ਤੁਧ ਬਾਜ ਕੂੜੋ, ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ,
ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ। ਦੋ ਦਿਨਾਂ ਤੋਂ ਇਤਨੀ ਮਿਹਨਤ ਕੀਤੀ, ਮਹਿਸੂਸ ਹੁੰਦਾ ਹੈ ਕਿ ਹੁਣ ਸਮਝ ਪੈ ਰਹੀ ਹੈ ਕਿ ਨਾਨਕ ਵਖਾਣੈ ਬੇਨਤੀ ਤੁਧ ਬਾਜ। ਰੱਬ ਜੀ, ਜਦੋਂ ਮੈਂ ਤੁਹਾਨੂੰ ਐਬਸੈਂਟ ਕਰਦਾ ਨਾ, ਤੁਹਾਡੀ ਮੱਤ ਤੋਂ ਬਿਨਾਂ ਸਭ ਕੂੜ ਹੋ ਜਾਂਦਾ ਹੈ। ਮੇਰੇ ਮਨ ਦਾ ਰਾਜਾ ਕੂੜਾ ਰਾਜਾ, ਇਹਦੇ ਖਿਆਲ ਕੂੜ, ਪਰਜਾ ਕੂੜ, ਸਭ ਸੰਸਾਰ ਇਹਨੇ ਆਪਣੀ ਇੱਕ ਰਚਨਾ ਸੰਸਾਰ ਝੂਠੀ ਕੀਤੀ ਹੋਈ ਹੈ, ਕੂੜ ਬਣਾ ਲਈ ਹੈ। ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਇਹਨੇ ਸਭ ਕੁਛ ਬਣਾ ਬਣੂ ਕੇ ਆਪਣੇ ਤੰਬੂ ਲਾ ਲੂ ਕੇ ਆਪਣੇ ਖਿਆਲਾਂ ਦਾ, ਔਰ ਉਹਨਾਂ ਵਿੱਚ ਆ ਕੇ ਬੈਠ ਗਿਆ। ਰੱਬ ਜੀ ਨੇ ਤਾਂ ਸਾਰੀ ਸ੍ਰਿਸ਼ਟੀ ਬਣਾਈ ਸੀ ਸੱਚੀ, ਅਤੇ ਰੱਬ ਜੀ ਨੇ ਸਾਰਾ ਸ੍ਰਿਸ਼ਟੀ ਦੇ ਵਿੱਚ ਮੇਰਾ ਤਨ ਵੀ ਸੱਚ ਵਿੱਚ ਅਨੁਸਾਰ ਨਿਯਮਾਂ ਅਨੁਸਾਰ ਰਚਿਆ ਸੀ, ਪਰ ਗੜਬੜ ਕਿੱਥੋਂ ਹੋਈ? ਉੱਪਰ ਆਏ ਬੈਠੇ ਕੁੜਿਆਰ, ਕੁੜਿਆਰ ਮੇਰਾ ਮਨ ਆ ਕੇ ਬੈਠ ਗਿਆ। ਇਸਨੇ ਪਤਾ ਕੀ ਕੀਤਾ? ਕਲਯੁਗ ਰੱਥ ਅਗਨ ਕਾ, ਇਹਨੇ ਤ੍ਰਿਸ਼ਨਾ ਦੀ ਅੱਗ ਲਾ ਦਿੱਤੀ ਮੈਨੂੰ। ਕੂੜ ਅੱਗੇ ਰੱਥ, ਵਾਹ ਵਾਹ, ਇੱਕ ਤਾਂ ਮੇਰੇ ਵਾਸਤੇ ਸਾਰੀ ਕੂੜ ਕ੍ਰੀਏਟ ਕਰ ਦਿੱਤੀ ਚਾਰੋਂ ਪਾਸੇ ਮੇਰੇ ਮਨ ਨੇ, ਅਤੇ ਮੇਰੇ ਸਾਰੇ ਰੱਥ ਦਾ, ਮੇਰੇ ਸਰੀਰ ਦਾ ਚਾਲਕ ਇਹ ਕੂੜ ਬਣ ਗਿਆ। ਸਾਡਾ ਡਰਾਈਵਰ ਬੜਾ ਨਿਕੰਮਾ ਹੈ। ਜਿਹੜਾ ਡਰਾਈਵਰ ਨਿਕੰਮਾ ਹੋਵੇ ਨਾ, ਉਹ ਸ਼ੀਸ਼ੇ ਸੇ ਨਾ ਪਿੱਛੇ ਦੇਖਦਾ ਰਹਿੰਦਾ ਹੈ। ਉਸਕੋ ਸਵਾਰੀਆਂ ਬੋਲਤੀਆਂ, ਅਰੇ ਤੁਮ ਸਾਹਮਣੇ ਦੇਖੋ ਯਾਰ, ਸ਼ੀਸ਼ੇ ਪੇ ਪੀਛੇ ਕਿਆ ਦੇਖੇ ਜਾ ਰਹੇ ਹੋ, ਕਹਿੰਦੇ ਨਾ। ਇਸ ਕਰਕੇ ਸੇਇੰਗ ਬਣ ਗਈ, ਇਫ ਯੂ ਵਾਂਟ ਟੂ ਹੈਵ ਸੇਫ ਡਰਾਈਵਿੰਗ, ਡੋਂਟ ਲੁੱਕ ਐਟ ਬੈਕ ਵਿਊ ਮਿਰਰ, ਲੁੱਕ ਐਟ ਯੂਅਰ ਫਰੰਟ, ਸਾਹਮਣੇ ਦੇਖੋ। ਪਰ ਜਿਹੜੇ ਪਾਸਟ ਦੀਆਂ ਗੱਲਾਂ ਕਰਦੇ ਰਹਿਣ, ਉਹ ਬੈਕ ਵਿਊ ਮਿਰਰ ਤੋਂ ਪਿੱਛੇ ਹੀ ਦੇਖਦੇ ਰਹਿੰਦੇ ਨੇ। ਗੇਅਰ ਫਰੰਟ ਪਾਇਆ ਹੋਇਆ ਔਰ ਕਾਰ ਪ੍ਰੈਜੈਂਟ ਹੀ ਚੱਲ ਰਹੀ ਹੈ, ਕਿਤਨੀ ਵਿਡੰਬਨਾ ਹੈ। ਕੂੜ ਸੋਇਨਾ, ਕੂੜ ਰੁੱਪਾ, ਕੂੜ ਪਹਿਨਣ ਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕਿਹਨੇ ਕੀਤਾ? ਮੇਰੇ ਮਨ ਦੀ ਕੂੜ ਨੇ, ਮੇਰੇ ਮਨ ਦੇ ਖਿਆਲਾਂ ਨੇ। ਰੱਬ ਜੀ ਨੇ ਸਭ ਕੁਝ ਕੂੜਾ ਨਹੀਂ ਬਣਾਇਆ ਸੀ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਮੈਂ ਸਾਰੇ ਟੱਬਰ ਦੇ ਨਾਲ ਵਿਗਾੜ ਕੇ ਬੈਠਾ ਹੋਇਆ, ਕਿਉਂਕਿ ਮੇਰੇ ਅੰਦਰ ਦੇ ਸਾਰੇ ਮੈਂ ਮੀਆਂ ਬੀਬੀ ਜਿਹੜੇ ਬਣਾਏ ਹੋਏ ਸੀ, ਉਹ ਸਾਰੇ ਕੂੜੇ ਬਣਾਏ ਹੋਏ ਨੇ, ਖੱਪ ਹੋਏ ਖਾਰ, ਕੂੜ ਕੂੜੇ ਨੇ ਲੱਗਾ, ਮੇਰਾ ਕੂੜ ਨਾਲ ਨੇ ਲੱਗ ਜਾਂਦਾ। ਜਦੋਂ ਸਾਡਾ ਕੂੜ ਦੇ ਨਾਲ ਨੇ ਲੱਗਾ, ਮੈਂ ਆਪਣੇ ਨਾਲ ਵੀ ਪਿਆਰ ਨਹੀਂ ਕਰਦਾ, ਅਤੇ ਧੀਆਂ ਪੁੱਤਰਾਂ ਵੋਟੀ ਬੱਚਿਆਂ ਨਾਲ ਵੀ ਮੇਰਾ ਪਿਆਰ ਨਹੀਂ ਰਹਿੰਦਾ। ਗੱਲ ਗੱਲ 'ਤੇ ਮੈਨੂੰ ਲੜਨਾ ਪੈਂਦਾ, ਨਾਰਾਜ਼ਗੀ ਰਹਿੰਦੀ ਹੈ, ਗੱਲ ਗੱਲ 'ਤੇ ਮੈਨੂੰ ਕਹਿਣਾ ਪੈਂਦਾ, ਇੰਨਾ ਕਰੋਗੇ ਮੈਂ ਹਾਰਟ ਅਟੈਕ ਕਰ ਲਵਾਂਗਾ, ਇੰਨੀ ਕਰੋਗੇ ਮੈਂ ਸੁਸਾਈਡ ਕਰ, ਇੰਨੀ ਕਰੋ ਕਰੋ ਨੱਚਾਂਗਾ, ਇੰਝ ਹੀ ਕਹਿੰਦੇ ਆ ਨਾ, ਚਲਾ ਜਾਵਾਂਗਾ, ਕਿਧਰੇ ਆਵਾਂਗਾ ਹੀ ਨਹੀਂ, ਮੁੜ ਕੇ ਲੱਭਦੇ ਰਹੋਗੇ। ਕਿਸ ਨਾਲ ਕੀ ਚੈ ਦੋਸਤੀ, ਸਭ ਜਗ ਚੱਲਣ ਹਾਰ, ਕਿਹੜਾ ਜਗ ਚੱਲਣ ਹਾਰ, ਇਹ ਸਾਰੀ ਸ੍ਰਿਸ਼ਟੀ ਕੇ ਜਗ ਕੀ ਬਾਤ ਨਹੀਂ ਚੱਲ ਰਹੀ ਹੈ। ਕਿਸ ਨਾਲ ਕੀ ਚੈ, ਮੈਂ ਕੂੜੇ ਮਨ ਨਾਲ ਦੋਸਤੀ ਕਰ ਬੈਠਾ, ਇਸ ਕੂੜੇ ਮਨ ਦੇ ਖਿਆਲ ਤੇ ਆਉਣੇ ਜਾਵਣੇ ਨੇ, ਇਹ ਸੱਚ ਦਰਅਸਲ ਸੁਣਨਾ ਨਹੀਂ ਚਾਹੁੰਦਾ, ਝੂਠ ਨੂੰ ਸੰਭਾਲ ਸੰਭਾਲ ਕੇ ਰੱਖਦਾ। ਕਿਉਂ? ਇਹਨੂੰ ਪਤਾ ਹੈ ਅਗਰ ਸੱਚ ਕੀ ਲਾਈਟ ਜਲ ਗਈ ਤਾਂ ਮੇਰਾ ਹਨੇਰਾ ਗਾਇਬ ਹੋ ਜਾਏਗਾ, ਇਹ ਆਪਣੇ ਝੂਠ ਨੂੰ ਸਾਂਭ ਸਾਂਭ ਕੇ ਰੱਖਦਾ ਹੈ।
ਝੂਠ ਨੂੰ ਸੰਭਾਲ ਕੇ ਰੱਖਣ ਦੀ ਤੂਤੀ ਦਿਨ ਰਾਤ ਵਜਾਉਂਦਾ ਰਹਿੰਦਾ, ਉਹਨੂੰ ਅਸੀਂ ਪੜ੍ਹਿਆ ਸੀ। ਜਾ ਹਰ ਦਿਨ ਆਪਣੀ ਨੌਬਤ ਚਲੇ ਬਜਾਈ, ਚਾਰ ਦਿਨ ਆਪਣੀ ਨੌਬਤ ਚਲੇ ਬਜਾਈ, ਇਤਨਕ ਖੱਟੀਆ ਗੱਠੀਆ ਮੱਟੀਆ, ਇਤਨਕ ਖੱਟੀਆ ਗੱਠੀਆ ਮੱਟੀਆ, ਸੰਗ ਨਾ ਕੱਛ ਲੈ ਜਾਏ, ਸੰਗ ਨਾ ਕੱਛ ਜਾਏ। ਮਨ ਰੌਲਾ ਪਾਉਂਦਾ, ਡਰਦਾ ਸੱਚ ਨਾ ਆ ਜਾਏ। ਆਪਣੀ ਤੂਤੀ ਨੌਬਤ ਰੋਲਾ ਪਾਈ ਜਾਂਦਾ, ਸ਼ੋਰ ਪਾਈ ਜਾਂਦਾ, ਜ਼ੋਰ ਨਾ ਰਾਜ ਮਾਲ ਮਨ ਸ਼ੋਰ ਪਾਈ ਜਾਂਦਾ, ਚੁੱਪ ਨਹੀਂ ਕਰਦਾ, ਭੁੱਖਾ ਰਜਦਾ ਨਹੀਂ, ਮਨ ਸ਼ੋਰ ਪਾਈ ਜਾਂਦਾ। ਔਰ ਇਹ ਸ਼ੋਰ ਪਾਉਂਦਾ ਇਸ ਕਰਕੇ ਕਿਉਂਕਿ ਉਹ ਬੰਦੇ ਦੀ ਗੱਲ ਸੁਣੀ ਹੈ ਨਾ, ਬੜਾ ਪਤਲਾ ਜਿਹਾ ਕਮਜ਼ੋਰ ਜਿਹਾ ਇਨਸਾਨ, ਤਾਕਤਵਾਰ ਇੱਕ ਮੋਟੇ ਦੇ ਉੱਪਰ ਬੈਠਾ ਹੋਇਆ, ਉਹਨੂੰ ਮਾਰੀ ਵੀ ਜਾਏ ਔਰ ਕਹੇ ਹਾਏ ਬਚਾ ਲਓ ਬਚਾ ਲਓ ਬਚਾ ਲਓ, ਥੱਲੇ ਵਾਲੇ ਨੂੰ ਮਾਰੀ ਜਾਏ ਹਾਏ ਬਚਾ ਲਓ ਬਚਾ ਲਓ ਬਚਾ ਲਓ, ਲੋਕ ਆਏ ਤੂੰ ਇੱਕ ਤੂੰ ਇਨਕੋ ਮਾਰ ਰਹੇ ਹੋ, ਉੱਪਰ ਸੇ ਕਹਿ ਰਹੇ ਹੋ ਬਚਾ ਲਓ, ਕਹਿੰਦਾ ਉੱਠੇਗਾ ਤੇ ਮਾਰੇਗਾ ਨਾ। ਇੰਜ ਰੋਲਾ ਪਾਉਂਦਾ ਕਿ ਖੋਰੇ ਜੇ ਸੱਚ ਆ ਗਿਆ ਮੈਨੂੰ ਆਪਣਾ ਝੂਠ ਛੱਡਣਾ ਪੈ ਜਾਏਗਾ, ਇਸ ਕਰਕੇ ਰੋਲਾ ਪਾਉਂਦਾ। ਪਰ ਸੱਚ ਵਿੱਚ ਇਤਨੀ ਤਾਕਤ ਹੈ, ਛੁੱਪ ਨਹੀਂ ਸਕਦੀ, ਸੱਚਾਈ ਛੁੱਪ ਨਹੀਂ ਸਕਦੀ ਹੈ ਨਾ, ਤੇ ਖੁਸ਼ਬੂ ਛੁੱਪ ਨਹੀਂ ਸਕਦੀ, ਸੱਚ ਹੈ ਨਾ। ਲੱਖਾਂ ਕੰਡਿਆਂ ਦੇ ਸਾਹਮਣੇ ਇੱਕ ਗੁਲਾਬ ਦੀ ਕੀਮਤ ਜ਼ਿਆਦਾ, ਇੱਕ ਗੁਲਾਬ ਦੀ ਚਾਹਤ ਜ਼ਿਆਦਾ, ਇੱਕ ਗੁਲਾਬ ਨੂੰ ਦੇਖਣ ਵਾਲੀਆਂ ਅੱਖਾਂ ਢੇਰ, ਇੱਕ ਗੁਲਾਬ ਦੀ ਖੁਸ਼ਬੂ ਨਹੀਂ ਮੁੱਕਦੀ, ਕੰਡੇ ਜਿਤਨੇ ਮਰਜ਼ੀ ਹੋਣ, ਸੱਚ ਸਾਹਮਣੇ ਸਭ ਫਿੱਕੇ ਪੈ ਜਾਂਦੇ ਨੇ। ਇਹ ਆਪਣੇ ਸੱਚ ਝੂਠ ਨੂੰ ਰੋਕ ਰਿਹਾ ਸੀ, ਚਾਰ ਦਿਨ ਤੂਤੀ ਵਜਾਉਂਦਾ, ਚਾਰ ਦਿਨ ਆਪਣੀ ਨੌਬਤ ਚੱਲੇ ਵਜਾਏ, ਗਿਆ ਦਫਾ ਹੋ ਗਿਆ, ਮੰਨ ਗਿਆ। ਕਿਉਂ? ਕਿਉਂਕਿ ਇਸਨੇ ਜਿਹੜਾ ਮਾਲ ਇਕੱਠਾ ਕੀਤਾ ਹੋਇਆ ਸੀ, ਕੂੜ ਰਾਜਾ, ਕੂੜ ਪ੍ਰਜਾ, ਕੂੜ ਮੀਆਂ, ਕੂੜ ਬੀਬੀ, ਸਭ ਕੂੜ ਬਣਾ ਕੇ ਜਿਹੜਾ ਬੈਠਾ ਸੀ, ਉਹ ਇਤਨਕ ਖੱਟੀਆ ਨੇ ਜੋ ਖੱਟਿਆ ਹੋਇਆ ਸੀ ਝੂਠ ਕੂੜ, ਇਤਨਕ ਖੱਟੀਆ ਗੱਠੀਆ ਉਹਦੀ ਗੱਠੀਆ ਬਣਾ ਕੇ, ਗੱਠੜੀ ਮੱਟੀਆ ਸਭ ਮਿੱਟੀ, ਮੰਦੇ ਭੈੜੇ ਨਿਕੰਮੇ ਨੀਵੇਂ ਖਿਆਲ, ਇਤਨਕ ਖੱਟੀਆ ਗੱਠੀਆ ਮੱਟੀਆ, ਸੰਗ ਨਾ ਕੱਛ ਲੈ ਜਾਏ, ਕਿੱਥੇ ਸੰਗ ਨਾ ਲੈ ਜਾਏ। ਸਤਸੰਗ ਜੀ, ਜਿਹੜਾ ਇਨਸਾਨ ਸ਼ਰੀਫ ਹੋਵੇ, ਜਿਹੜਾ ਇਨਸਾਨ ਇਮਾਨਦਾਰੀ ਨਾਲ ਕਮਾਈਆਂ ਕਰੇ, ਔਰ ਇਮਾਨਦਾਰੀ ਨਾਲ ਕਮਾਈਆਂ ਕਰਕੇ ਵੀ ਅਮੀਰ ਹੋ ਜਾਏ, ਔਰ ਸ਼ਰੀਫ ਜ਼ਿਆਦਾ ਹੋਵੇ, ਆਈਡੀਅਲਸ ਵਾਲਾ ਹੋਵੇ, ਸੰਤ ਵਾਲੇ ਗੁਣ ਹੋਣ, ਉਹ ਵੀ ਤਾਂ ਇੱਥੋਂ ਕੁਛ ਨਹੀਂ ਲਿਜਾਂਦੇ। ਜਿਹੜਾ ਸੌ ਕਾਰਡ ਕਹਿੰਦੇ ਨੇ ਮਰਨ ਕੇ ਬਾਅਦ ਕੁਛ ਨਹੀਂ ਲਿਜਾਏਗੇ, ਅਮੀਰ ਵੀ ਨਹੀਂ ਲਿਜਾਂਦਾ, ਗਰੀਬ ਨਹੀਂ ਲਿਜਾਂਦਾ, ਸ਼ਰੀਫ ਨਹੀਂ ਲਿਜਾਂਦਾ, ਬਦਮਾਸ਼ ਨਹੀਂ ਲਿਜਾਂਦਾ, ਸਾਰੇ ਹੀ ਆ ਛੋੜ ਕੇ ਜਾਂਦੇ ਆ। ਫਿਰ ਮਨ ਨੂੰ ਕਿਉਂ ਕਿਹਾ ਹੈ? ਮਨ ਨੂੰ ਇਸ ਕਰਕੇ ਕਿਹਾ ਕਿ ਮੇਰੇ ਮਨ, ਤੂੰ ਨਿੱਜ ਕਰ ਅੰਤਰ ਆਤਮੇ ਦੇ ਅੰਦਰ ਜਿਹੜਾ ਜਾਣਾ ਚਾਹੁੰਦਾ ਨਾ, ਉੱਥੇ ਤੇਰੀ ਕੂੜ ਨਹੀਂ ਜਾ ਸਕਦੀ ਹੈ, ਸੰਗ ਨਾ ਕਿਛ ਲੈ ਜਾਏ। ਐਸੇਰੀ ਜਿਹੜੀ ਤੇਰੀ ਗੱਠੜੀ ਹੈ ਨਾ, ਭਾਰ ਗੰਦਗੀ ਦੀ, ਲੋਕ ਅਵਗਣਾ ਕੀ ਬੰਨੇ ਗੰਠੜੀ, ਇਹ ਤੈਨੂੰ ਨਾ ਬਾਹਰ ਰੱਖ ਕੇ ਆਉਣੀ ਪਏਗੀ, ਇਹਨੂੰ ਨਾਲ ਲੈ ਕੇ ਤੂੰ ਅੰਦਰ ਨਹੀਂ ਜਾ ਸਕਦਾ। ਇਸ ਕਰਕੇ ਜਿਹੜੇ ਲੋਕ ਬੇਈਮਾਨੀ, ਮੰਦੇ ਖਿਆਲ, ਝੂਠ, ਫਰੇਬ ਔਰ ਤੌਖਲਾ ਚਿੰਤਾ ਫਿਕਰ ਵਾਲੇ ਖਿਆਲ ਆਪਣੇ ਨਾਲ ਰੱਖਦੇ ਨੇ, ਇਹਨਾਂ ਕਾਰਨ ਉਹ ਰੱਬ ਜੀ ਨਾਲ ਇੱਕ ਮਿਕਤਾ, ਚੈਨ, ਅਮਨ, ਸ਼ਾਂਤੀ,
ਸੱਚਖੰਡ ਬੈਕੁੰਠ ਦੀ ਅਵਸਥਾ ਪ੍ਰਾਪਤ ਨਹੀਂ ਕਰ ਪਾਉਂਦੇ ਨੇ। ਮੀਨਸ ਇੱਕ ਮਿਕਤਾ ਮਨ ਵਿਕਸਦਾ ਨਹੀਂ ਹੈ ਨਾ। ਹੁਣ ਕਹਿੰਦੇ ਨੇ ਤੁਧ ਬਾਜ ਕੂੜੋ ਕੂੜ, ਕਿਸ ਤਰ੍ਹਾਂ ਮੈਂ ਛੁੱਟਾਂ, ਫਿਰ ਆਸਾ ਕੀ ਵਾਰੀ ਚਾਹਾਂਗੇ। ਮਹਿਲਾ ਪਹਿਲਾ ਸੱਤ ਚਿੱਤਾਂ ਪਰ ਜਾਣੀ ਹੈ ਜਾਂ ਰਿਦੈ ਸੱਚਾ ਹੋਏ, ਕੂੜ ਕੀ ਮਲ ਉਪਰੈ ਤਨ ਕਰੇ ਅੱਛਾ ਹੋਏ, ਸੱਚ ਚਿੱਤਾਂ ਪਰ ਜਾਣੀ ਹੈ ਜਾਂ ਸੱਚ ਤਰੇ ਪਿਆਰ, ਨਾਉ ਸੁਣ ਮਨ ਰਹਿਸੀ ਹੈ ਤਾਂ ਪਾਏ ਮੋਖ ਦੁਆਰ, ਸੱਚ ਤਾਂ ਪਰ ਜਾਣੀ ਹੈ ਜਾਂ ਜੁਗਤ ਜਾਣੈ ਜੀਓ, ਤਰਤ ਕਾਇਆ ਤਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਬੀਓ, ਸੱਚ ਤਾਂ ਪਰ ਜਾਣੀ ਹੈ ਜਾਂ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ, ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਤ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿਰੈ ਕਰੇ ਨਿਵਾਸ, ਸੱਚ ਸਭ ਨਾ ਹੋਏ ਦਾਰੂ ਪਾਪ ਕੱਢੇ ਤੋਏ, ਪਾਪ ਕੱਢੇ ਤੋਏ, ਨਾਨਕ ਵਖਾਣੈ ਬੇਨਤੀ, ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੈ ਹੋਏ। ਨਾਨਕ ਜੀ ਬੇਨਤੀ ਕਰਦੇ ਨੇ ਜਿਹਦੇ ਕੋਲ ਕੂੜ ਦੇ ਬਦਲੇ ਸੱਚ ਪੱਲੇ ਹੋਏ ਨਾ, ਉਹਦੇ ਵਾਸਤੇ ਕੂੜ ਰਾਜਾ ਕੂੜ ਪਰਜਾ ਸਭ ਕੁਛ ਖਤਮ ਹੋ ਜਾਂਦਾ ਔਰ ਸਭ ਕੁਛ ਸੱਚ ਹੋ ਜਾਂਦਾ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸਿੰਪਲੀ ਇਤਨੀ ਗੱਲ ਕਰਕੇ ਸਾਡੀ ਜਾਨ ਨਹੀਂ ਛੁੱਟੀ ਕਿਉਂਕਿ ਮੇਰੀ ਕੂੜ ਖਤਮ ਨਹੀਂ ਹੋਈ। ਭਗਵਾਨ ਸੱਚਾ ਹੈ, ਸ਼ੁਰੂ ਸੇ ਸੱਚਾ ਹੈ, ਜੁਗੋ ਸੇ ਸੱਚਾ ਹੈ, ਆਖੀਰ ਤੱਕ ਸੱਚਾ ਰਹੇਗਾ। ਪਰ ਮੈਂ ਸ਼ੁਰੂ ਸੇ ਝੂਠਾ ਹੂੰ, ਝੂਠਾ ਅੱਜ ਵੀ ਹੂੰ, ਝੂਠਾ ਥਾ ਔਰ ਝੂਠਾ ਰਹੂੰਗਾ। ਵਾਹ ਜੀ ਵਾਹ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸ਼ਾ। ਕਿੰਨਾ ਕੰਟਰਾਸਟ ਹੈ ਮੇਰਾ ਤੁਹਾਡਾ, ਤੁਮ ਕਰੋ ਭਲਾ, ਹਮ ਬੋਲੋ ਨਾ ਜਾਣ, ਹੈ ਨਾ। ਆਏ ਦਿਨ ਚਾਰੋ ਪਾਸੇ ਅਸੀਂ ਜਿਹੜਾ ਸਾਡਾ ਭਲਾ ਕਰਦਾ ਸੀ ਉਹਦੇ ਥੈਂਕਲੈਸ ਹੋ ਜਾਂਦੇ ਹਾਂ ਨਾ। ਤੁਮ ਕਰੋ ਭਲਾ, ਭਲੋ ਨਾ ਜਾਣ, ਤੁਮ ਸਦਾ ਸਦਾ ਦਿਆਲਾ, ਤੁਮ ਸੁਖਦਾਈ ਪੁਰਖ ਵਿਦਾਤੇ,
ਤੂੰ ਰੱਖੋ ਆਪਣੇ ਬਾਲਾ, ਮੈਂ ਤੁਹਾਡਾ ਬੱਚਾ, ਕਾਇੰਡਲੀ ਮੈਨੂੰ ਆਪਣੇ ਵਾਲੇ ਗੁਣ ਦੇ ਦਿਓ ਨਾ, ਆਪਣੇ ਦੇਸ਼ ਵਿੱਚ ਲੈ ਜਾਓ ਨਾ, ਤੁਹਾਡਾ ਨੀਕੋ ਠਾਕੁਰ ਦੇਸ਼ ਹੈ। ਫਰਕ ਹੈ ਨਾ ਬੜਾ, ਸੱਚ ਹੋ ਸਕਦਾ, ਸੱਚ ਤਾਂ ਉੱਪਰ ਜਾਣੀ ਹੈ ਜੇ ਹਿਰਦੇ ਸੱਚਾ ਹੋਏ। ਹਿਰਦੇ ਤਾਂ ਰੱਬ ਜੀ ਰਹਿੰਦੇ ਨੇ, ਪਰ ਮੇਰੇ ਮਨ ਨੂੰ ਕਹਿ ਰਹੇ, ਜੇ ਮਨ ਅੰਦਰ ਰੱਬ ਜੀ ਦੀ ਮੱਤ ਵਸਾ ਲਵੇ, ਹਿਰਦੇ ਸੱਚਾ ਹੋਏ। ਕੂੜ ਕੀ ਮਲ ਉਤਰ ਹੈ, ਸਾਰੀ ਉਤਰ ਸਕਦੀ ਹੈ। ਤਨ ਕਰੇ ਹੱਛਾ ਧੋਏ, ਇੱਥੇ ਤਨ ਦਾ ਮਤਲਬ ਇਹ ਸਰੀਰ ਨਹੀਂ ਹੈ, ਮਨ ਰੂਪੀ ਤਨ ਹੱਛਾ ਹੋ ਜਾਂਦਾ, ਕਾਂਗੋ ਹੰਸ ਹੋ ਜਾਈਦਾ। ਹੁਣ ਤੱਕ ਬਾਰੀਆਂ ਕਹਾਣੀਆਂ ਸੁਣੀਆਂ, ਕਹੀਂ ਪਰ ਇੱਕ ਕੌਆ ਨਹਾਇਆ ਥਾ ਔਰ ਹੰਸ ਹੋ ਗਿਆ ਥਾ। ਇਹ ਕਰਨੇ ਇੱਕ ਆਪਣੇ ਸਵਾਏ ਆਏ ਬਹਿ ਗੁਰ ਆ ਗਿਆ, ਜੋ ਬਗਲ ਸਮਾਧ ਲਗਾਈ ਹੈ। ਬਗਲਾ ਕਾਗ ਨੀਚ ਕੀ ਸੰਗਤ ਜਾਏ, ਕਰੰਗ ਬਿਖੂ ਮੁੱਖ ਲਾਈ ਹੈ। ਹੁਣ ਕਹਿੰਦੇ ਨਾਨਕ ਮੇਲ ਮੇਲ ਪ੍ਰਭ ਸੰਗਤ, ਸੱਚ ਦੀ ਸੰਗਤ ਨਾਲ ਮਿਲਾ ਲਓ, ਮਿਲ ਸੰਗਤ ਹੰਸ ਕਰਾਈ ਹੈ। ਅੱਛਾ, ਸੱਚ ਦੀ ਸੰਗਤ ਕਰਕੇ ਕਾਂ ਤੋਂ ਹੰਸ, ਬਗਲੇ ਤੋਂ ਹੰਸ ਬਣ ਜਾਈਦਾ। ਹਾਂ, ਮੇਰੇ ਗੁਰੂ ਪਾਤਸ਼ਾਹ ਕਹਿੰਦੇ ਨੇ, ਦਿਸ ਇਜ਼ ਕਾਡ ਸ਼ਰਧਾ, ਦਿਸ ਇਜ਼ ਕਾਡ ਵਿਸ਼ਵਾਸ, ਮੇਰਾ ਗੁਰੂ ਬੋਲਤਾ ਹੈ, ਕਾਂ ਬਿਰਤੀ ਹੈ ਤੇਰੀ, ਬਗਲਾ ਬਿਰਤੀ ਹੈ, ਤੂੰ ਹਿਪੋਕ੍ਰੇਟ ਹੈ, ਤੂੰ ਵੀ ਸੱਚਾ ਹੋ ਸਕਦਾ ਹੈ। ਸੱਚ ਤਾਂ ਪਰ ਜਾਣੀ ਹੈ ਜਾਂ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹਿਸੀ ਹੈ, ਟਿਕ ਜਾਂਦਾ ਹੈ, ਖੁਸ਼ ਹੋ ਜਾਂਦਾ ਹੈ, ਵਿਕਾਸ 'ਚ ਆ ਜਾਂਦਾ ਹੈ, ਤਾਂ ਪਾਏ ਮੁੱਖ ਦੁਆਰ। ਹੁਣ ਮੁਕਤੀ ਦਾ ਦਰ ਮਿਲਦਾ ਹੈ ਨਾ। ਸੱਚ ਤਾਂ ਪਰ ਜਾਣੀ ਹੈ, ਜੁਗਤ ਜਾਣੇ ਜੀਓ ਜਾਂ ਜੁਗਤ ਜਾਣੇ ਜੀਓ, ਜੁਗਤ ਸਤਿਗੁਰੂ ਸਮਝਾਉਂਦਾ ਉਹਨੂੰ ਜੁਗਤ ਕਹਿੰਦੇ ਨੇ। ਧਰਤ ਕਾਇਆ ਸਾਧਕ ਹੈ, ਮਨ ਦੀ ਧਰਤੀ ਨੂੰ ਠੀਕ ਕਰਦਾ, ਮਨ ਮੈਦਾਨ ਕਰਦਾ, ਟੋਏ ਟਿੱਬੇ ਬਰਾਬਰ ਕਰ ਦਿੰਦਾ। ਧਰਤ ਕਾਇਆ ਸਾਧਕ ਵਿੱਚ ਦੇਹ ਕਰਤਾ ਬੀਓ, ਕਿਹੜਾ ਬੀਜ ਬੀਂਦਾ? ਸਤਿਗੁਰ ਦੀ ਮੱਤ ਦਾ। ਸੱਚ ਤਾਂ ਪਰ ਜਾਣੀ ਹੈ ਜਾਂ ਸਿੱਖ ਸੱਚੀ ਲੈ ਸਤਿਗੁਰ ਦੀ ਮੱਤ ਨੂੰ ਲੈਂਦਾ, ਦਿਆ ਜਾਣੇ ਜੀ ਕੀ, ਆਪਣਾ ਜਿਹੜਾ ਸਾਰੀ ਖੁਆਰੀ ਹੋ ਰਹੀ ਸੀ ਨਾ, ਆਪਣੇ 'ਤੇ ਦਿਆ ਕਰਦਾ। ਹੁਣ ਤੱਕ ਲੋਕ ਬਾਹਰ ਕੁੱਤੇ ਬਿੱਲੀ ਕਬੂਤਰ ਔਰ ਕੀੜੀ ਉੱਤੇ ਦਿਆ ਕਰਦਾ ਸਿੱਖੇ ਸੀ, ਹੁਣ ਅੰਦਰ ਦੀ ਗੱਲ ਚੱਲ ਰਹੀ ਹੈ, ਸਭ ਤੋਂ ਪਹਿਲਾਂ ਆਪਣੇ 'ਤੇ ਦਿਆ ਕਰਦਾ। ਮੈਂ ਬੜਾ ਖੁਆਰ ਹੁੰਦਾ, ਮੈਂ ਬੜਾ ਅਪਸੈਟ ਰਹਿੰਦਾ, ਮਨ ਲੋਕਾਂ 'ਤੇ ਸ਼ੱਕ ਹੀ ਰਹਿੰਦਾ, ਮੈਂ ਹਮੇਸ਼ਾ ਲੋਕਾਂ ਨੂੰ ਭੈੜਾ ਹੀ ਸਮਝਦਾ, ਆਏ ਦਿਨ ਕਿਸੇ ਨਾਲ ਕਿਸੇ ਦਾ ਮੇਰਾ ਰੈਕਟ ਚੱਲਦਾ ਹੀ ਰਹਿੰਦਾ ਹੈ ਨਾ, ਮੇਰੀ ਕਿਸੇ ਨਾਲ ਮਨ ਮੁਟਾਵ ਬਣਿਆ ਹੀ ਰਹਿੰਦਾ। ਮੈਂ ਐਵੇਂ ਆਪਣੇ ਵਾਸਤੇ ਨਾ ਆਪਣੇ ਮੰਜੇ 'ਤੇ ਨਾ ਕਿੱਲਾਂ ਲਗਾਈਆਂ ਹੋਈਆਂ ਨੇ ਹਰ ਕਿਸੇ ਮਨੁੱਖ ਦੇ ਨਾਮ ਦੀਆਂ, ਅਤੇ ਮੈਂ ਰਾਤੀ ਉਹਨਾਂ ਕਿੱਲਾਂ 'ਤੇ ਬੇਚੈਨ ਸੌਂਦਾ ਹਾਂ, ਬੜਾ ਮਜ਼ਾ ਆਉਂਦਾ ਹੈ। ਉਹਨੂੰ ਪਤਾ ਕੀ ਕਹਿੰਦੇ ਨੇ? ਮੈਸੋਚਿਸਟ, ਸੈਡਿਸਟ। ਸੈਡਿਸਟ ਔਰ ਮੈਸੋਚਿਸਟ ਹੁੰਦੇ ਨੇ ਜਿਹੜੇ ਆਪਣੇ ਆਪ ਨੂੰ ਦੁੱਖ ਦਿੰਦੇ ਨੇ। ਆਪਣੇ 'ਤੇ ਦਿਆ ਕਰ, ਦਿਆ ਜਾਣੇ ਜੀ ਕੀ, ਕਿਛ ਪੁੰਨ ਦਾਨ ਕਰੇ, ਦਾਨ ਕਰਨਾ ਹੈ ਔਗੁਣਾ ਦਾ, ਪੁੰਨ ਕੀ ਕਰਨਾ? ਰੱਬ ਜੀ ਦੀ ਮੱਤ ਨੂੰ ਲੈਣਾ ਹੈ, ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰ ਨਿਵਾਸ, ਬਾਰਲਾ ਤੀਰਥਾਂ 'ਤੇ ਨਹੀਂ ਹੁਣ ਜਾਣਾ ਪਏਗਾ, ਬਾਰਲੇ ਤੀਰਥਾਂ 'ਤੇ ਹਾੜਾ ਜਾਂਦਾ, ਪਹਾੜੀਆਂ ਢਹਿ ਪੈਂਦੀਆਂ, ਬੱਸਾਂ ਢਹਿ ਪੈਂਦੀਆਂ, ਜਾਣ ਦੀ ਲੋੜ ਹੀ ਨਹੀਂ ਰਹੇਗੀ। ਕਿਉਂ? ਜੋ ਆਤਮਾ ਕੇ ਤੀਰਥ ਪਰ ਨਿਵਾਸ ਕਰਤਾ, ਉਹ ਬੋਲਤਾ ਉਹਾਂ ਤੋਂ ਜਾਈਏ ਜੋ ਨਾ ਹੋਏ, ਵਹਾਂ ਤੋਂ ਤਬ ਜਾਏ ਅਗਰ ਯਹਾਂ ਭਗਵਾਨ ਨਾ ਹੋ, ਭਗਵਾਨ ਤੋਂ ਸਭ ਜੀ ਹੈ, ਸਭ ਜਗ੍ਹਾ, ਸਭ ਜਗ੍ਹਾ ਹੀ ਨਹੀਂ, ਮੇਰੇ ਅੰਦਰ ਵਸਦੇ ਆ, ਤਾਂ ਮੈਂ ਅੰਦਰ ਕੇ ਤੀਰਥ ਪਰ ਕਿਉਂ ਨਾ ਜਾਊਂ? ਆਤਮ ਤੀਰਥ ਕਰ ਨਿਵਾਸ, ਇਹ ਵਾਲੀ ਵਿਚਾਰ ਸਾਨੂੰ ਹੁਣ ਕੰਮ ਆਏਗੀ। ਤੀਰਥ ਤਪ ਦਿਆ ਦੱਤ ਦਾਨ, ਜੇ ਕੋ ਪਾਵੈ ਤਿਲਕਾ ਮਨ, ਅੰਤਰਗਤ ਤੀਰਥ,
ਮਨ ਲਾਓ ਵਿਰਲਾ ਮਨ ਨੂੰ ਇਹ ਗੱਲ ਸਮਝ ਆਏਗੀ ਉੱਥੇ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ, ਟਿਕ ਜਾਂਦਾ ਹੈ ਸਤ ਸਭਨਾ ਹੋਏ ਦਾਰੂ। ਪਾਪ ਕੱਢੇ ਤੋਏ, ਪਾਪ ਕੀ ਹੈ? ਕੂੜ, ਕੂੜ ਕੀ ਮਲ ਉਤਰੇ? ਪਾਪ ਮੰਦੇ ਖਿਆਲਾਂ ਦੀ ਜੜ ਪੁੱਟ ਦਿੱਤੀ ਜਾਂਦੀ ਹੈ। ਨਾਨਕ ਵਖਾਣ ਹੈ ਬੇਨਤੀ ਜਿਨ ਸੱਚ ਪੱਲੇ ਹੋਏ, ਸ਼ਰਤ ਹੈ ਸੱਚ ਜੋ ਹੀ ਪੱਲੇ ਆਉਂਦਾ ਮਨ ਨੂੰ ਆਪਣੀ ਕੂੜੀ ਗੱਠੜੀ ਛੋੜਨੀ ਪੈਂਦੀ ਹੈ। ਔਗੁਣਾ ਕੀ ਬੰਨੇ ਗੰਠੜੀ ਦਾ ਭਾਰ ਹੁੰਦਾ ਹੈ। ਸਤਸੰਗ ਜੀ, ਇਹ ਭਾਰ ਨਾ ਮਨ ਦੇ ਮੰਦੇ ਖਿਆਲਾਂ ਦਾ ਹੁੰਦਾ ਹੈ। ਜਿਤਨਾ ਮਨ ਚੰਗੇ ਖਿਆਲ ਰੱਖੇਗਾ ਨਾ, ਇਹਨੂੰ ਭਾਰ ਕੋਈ ਨਹੀਂ ਰਹੇਗਾ। ਇਸ ਕਰਕੇ ਤੁਸੀਂ ਦੇਖੋਗੇ ਜਿਹੜੇ ਸੱਚ ਨਾਲ ਜੁੜੇ ਹੁੰਦੇ ਨੇ ਉਹ ਉੱਦਮੀ ਹੁੰਦੇ ਨੇ, ਸੱਚ ਨਾਲ ਜੁੜੇ ਹੁੰਦੇ ਨੇ ਅੰਮ੍ਰਿਤ ਵੇਲੇ ਉੱਠਦੇ ਨੇ, ਸੱਚ ਨਾਲ ਜੁੜੇ ਹੁੰਦੇ 24 ਘੰਟੇ ਤਪਦਾ ਪਰਉਪਕਾਰ ਲਈ ਤਤਪਰ ਰਹਿੰਦੇ ਨੇ। ਉਹਨਾਂ ਨੂੰ ਆਪਣੇ ਸੁੱਖ ਆਰਾਮਦਾਰ ਕੁਛ ਨਹੀਂ ਹੁੰਦਾ। ਦੇ ਲਿਵ ਫੋਰ ਅਦਰਸ, ਕੋਈ ਭਾਰ ਹੀ ਨਹੀਂ ਹੈ ਨਾ ਉਹਨਾਂ ਦੇ ਮਨ ਉੱਤੇ। ਭਾਰ ਰਹੀ ਹੈ ਮੈਂ ਵੀ ਤਾਂ ਸੋਣਾ, ਮਨ ਤਾਂ ਭਾਰ ਰਹੀ ਹੈ ਨਹੀਂ ਮੈਂ ਆਪਣੇ ਵੀ ਤਾਂ ਟੱਬਰ ਪਾਲਣਾ, ਮਨ ਤਾਂ ਭਾਰ ਰਹੀ ਹੈ ਮੈਨੂੰ ਵੀ ਤਾਂ ਰੋਟੀ ਖਾਣੀ ਹੈ, ਪਹਿਲਾਂ ਆਪਣਾ ਸਵਾਰੋ ਜੀ ਬਾਅਦ ਹੀ ਦੂਜਿਆਂ ਦਾ ਦੇਖਣਾ। ਨਹੀਂ ਰਹਿੰਦਾ ਹੀ ਨਹੀਂ, ਮਨ ਤਾਂ ਭਾਰ ਨਹੀਂ ਰਹਿੰਦਾ। ਔਗੁਣਾਂ ਦਾ ਭਾਰ ਰਹਿੰਦਾ, ਸੈਲਫਿਸ਼ਨੈਸ ਦਾ, ਖੁਦਗਰਜ਼ੀ ਦਾ ਭਾਰ ਰਹਿੰਦਾ। ਅਤੇ ਖੁਦਗਰਜ਼ੀ ਦੇ ਭਾਰ ਵਾਲੇ ਦੀ ਨਾ ਧਰਤੀ ਟਿਕਦੀ ਨਹੀਂ ਹੈ। ਜੇ ਉਸਦੀ ਧਰਤੀ 'ਤੇ ਭਾਰ ਹੀ ਨਾ ਹੋਵੇ, ਤਬਲਾ ਉੱਪਰ ਕੀਤਾ ਭਾਰ, ਭਾਰ ਰਹਿੰਦਾ ਹੀ ਨਹੀਂ। ਜੋ ਤੇਰੀ ਸ਼ਰਨਾਗਤੀ, ਤਿੰਨ ਨਾਹੀਂ ਭਾਰ, ਉਹਨਾਂ ਉੱਤੇ ਮੰਦੇ ਖਿਆਲਾਂ ਦਾ ਭਾਰ ਕੋਈ ਨਹੀਂ ਰਹਿੰਦਾ। ਨਾਨਕ ਵਖਾਣ ਹੈ ਬੇਨਤੀ ਜਿਨ ਸੱਚ ਪੱਲੇ ਹੋਏ, ਸੱਚ ਪੱਲੇ ਹੋ ਜਾਏ। ਹੁਣ ਕਿਵੇਂ ਹੋਏ ਸਾਧ ਸੰਗਤ? ਇਹ ਬਹੁਤ ਮੁਸ਼ਕਲ ਘਾਟੀ ਹੈ ਕਿ ਜੇ ਮੈਂ ਇਸ ਪਹਿਲੀ ਪੌੜੀ ਤੋਂ ਇੱਕ ਵਾਰੀ ਠੀਕ ਤਰੀਕੇ ਨਾਲ ਕੂੜ ਦੀ ਪਾਲ ਨੂੰ ਉਤਾਰਨ ਦੇ ਸਿਮਟਮਸ ਅਤੇ ਸੋਲੂਸ਼ਨ ਬਾਰੇ ਗੱਲ ਕਰ ਸਕਾਂ, ਤਾਂ ਕਿ ਅਗਲੀਆਂ 37 ਪੌੜੀਆਂ ਵਿੱਚ ਮੈਨੂੰ ਕੂੜ ਕੀ ਪਾਲ ਦੇ ਸਿਮਟਮਸ ਅਤੇ ਛੁੱਟਣ ਦੀ ਜਾਤ ਸਮਝ ਆਉਂਦੀ ਜਾਏ। ਉਹ ਕੌਣ ਹੈ? ਵਿਰਲਾ ਬਣਨ ਵਾਲਾ ਮਨ, ਜਿਸਦਾ ਨਾਂ ਅਸੀਂ ਰੱਖਿਆ ਵਿਰਲਾ ਮਨ। ਵਿਰਲਾ ਹਰ ਕੋਈ ਹੋ ਸਕਦਾ ਹੈ, ਇਹ ਨਹੀਂ ਕਿ ਕਰੋੜਾਂ ਪਿੱਛੇ ਕੋਈ ਇੱਕ ਹੁੰਦਾ। ਐਵਰੀਬਡੀ ਕੈਨ ਬੀ ਵਿਰਲਾ, ਬਸ਼ਰਤੇ ਇਫ ਯੂ ਵਾਂਟ ਟੂ ਬੀ ਵਿਰਲਾ। ਲੇਕਿਨ ਸਾਨੂੰ ਇਹ ਗੱਲ ਪਸੰਦ ਆਈ, ਉਹ ਜੀ ਇੱਕ ਸ਼ਹਿਰ ਅੰਦਰ ਲੱਖਾਂ ਇੰਜੀਨੀਅਰ ਰਹਿੰਦੇ ਨੇ, ਉਹਨਾਂ 'ਚੋਂ ਕੋਈ ਵਿਰਲਾ ਨਹੀਂ ਬਣਦਾ। ਇੱਕ ਸ਼ਹਿਰ 'ਚ ਕਰੋੜਾਂ ਡਾਕਟਰ ਰਹਿੰਦੇ ਨੇ, ਕੋਈ ਵਿਰਲਾ ਨਹੀਂ ਬਣਦਾ। ਇੱਕ ਸ਼ਹਿਰ ਅੰਦਰ ਢੇਰ ਸਾਰੇ ਵਕੀਲ ਰਹਿੰਦੇ ਨੇ, ਕੋਈ ਵਿਰਲਾ ਨਹੀਂ ਬਣਦਾ। ਵਿਰਲਾ ਅਤੇ ਲੱਖਾਂ ਕਰੋੜਾਂ ਪਿੱਛੇ ਕੋਈ ਬਣਦਾ, ਪੰਕਤੀ ਨਾਲ ਬੋਲਦੀ ਜਨ ਨਾਨਕ ਕੋਟਨ ਮੈਂ ਕੋ। ਪਰ ਸਾਧਸੰਗ, ਗੁਰੂ ਪਾਤਸ਼ਾਹ ਇਹ ਨਹੀਂ ਕਹਿ ਰਹੇ ਨੇ, ਗੁਰੂ ਪਾਤਸ਼ਾਹ ਕਹਿ ਰਹੇ ਨੇ ਨਹੀਂ, ਹਰ ਕੋਈ ਵਿਰਲਾ ਬਣ ਸਕਦਾ ਹੈ। ਸਭ ਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ। ਤੂੰ ਚਾਹੁੰਦਾ, ਤੂੰ ਆਪਣੀ ਖੁਆਰੀ ਅਤੇ ਉੱਤੇ ਆਪਣੇ ਉੱਤੇ ਦਇਆ ਕਰਨਾ ਚਾਹੁੰਦਾ? ਇਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨਾ ਆਇਆ? ਤੈਨੂੰ ਆਪਣੇ 'ਤੇ ਦਰਦ ਨਹੀਂ ਆ ਰਿਹਾ? ਵਿਚਾਰ ਕੇ ਦੇਖ ਅਤੇ ਆਪਣੇ 'ਤੇ ਦਇਆ ਕਰਕੇ ਖੜਾ ਹੋ ਜਾ। ਹੁਣ ਕਿਸ ਤਰ੍ਹਾਂ ਮੈਂ ਆਪਣੇ ਬਾਰੇ ਕਰਾਂ? ਹੁਣ ਇਹ ਵਾਲੀ ਪੌੜੀ ਅਸੀਂ ਵਿਚਾਰ ਕੇ, ਇਸ ਕਿਉਂਕਿ ਇਹ ਦੋਨੋਂ ਸ਼ਲੋਕ ਪੜ੍ਹੇ ਨੇ, ਆਸਾ ਕੀ ਵਾਰ ਰੋਜ਼ ਪੜ੍ਹਦੇ ਹਾਂ, ਇਹਦੀ ਇਸ ਪੌੜੀ ਨੂੰ ਵਿਚਾਰਨਾ ਪਏਗਾ ਸਾਨੂੰ ਅੱਜ। ਮੈਂ ਕੂੜ ਦੀ ਪਾਲ ਕਿਵੇਂ ਉਤਾਰਾਂ, ਸੱਚ ਪੱਲੇ ਕਿਵੇਂ ਲਵਾਂ, ਮੈਨੂੰ ਮਨ ਕੀ ਮਤ ਛੱਡਣੀ ਪਵੇਗੀ। ਹੁਣ ਇਸ ਦੇ ਅਰਥ ਬਦਲ ਗਏ, ਇਸ ਪੌੜੀ ਦੀ ਆਖਰੀ ਪੰਕਤੀ, ਆਖਰੀ ਪੰਕਤੀ ਦੇ ਅਰਥ ਕੀਤੇ ਜਾਂਦੇ ਨੇ, ਜੇ ਮਤ ਥੋੜ੍ਹੀ ਹੋਵੇ ਨਾ, ਮਤ ਘੱਟ ਹੋਵੇ ਨਾ, ਤਾਂ ਕੀਤੀ ਹੋਈ ਸੇਵਾ ਜ਼ਾਇਆ ਚਲੀ ਜਾਂਦੀ ਹੈ। ਪੰਕਤੀ ਦਾ ਉਚਾਰਨ ਕਰਦੇ ਹਾਂ, ਮਤ ਥੋੜ੍ਹੀ ਸੇਵ ਗਵਾਈ ਹੈ, ਕੀਤੀ ਹੋਈ ਸੇਵਾ ਬੇਕਾਰ ਚਲੀ ਜਾਂਦੀ ਹੈ। ਹੁਣ ਮੈਨੂੰ ਸਮਝਾਉਣ ਲੱਗੇ ਨੇ, ਕਹਿ ਕੁਛ ਹੋਰ ਰਹੇ ਨੇ ਗੁਰੂ ਪਾਤਸ਼ਾਹ। ਗੁਰੂ ਪਾਤਸ਼ਾਹ ਕਹਿ ਰਹੇ ਨੇ, ਅਸੀਂ ਉਸਨੂੰ ਨਿਖੇੜ ਕੇ ਪੜਾਂਗੇ ਮਤ, ਫਿਰ ਗੱਲ ਕਰਾਂਗੇ ਥੋੜ੍ਹੀ ਸੇਵ ਗਵਾਈ ਹੈ। ਮੇਰੀ ਭੈੜੀ ਮਤ ਦੀ ਗੱਲ ਕੀਤੀ ਜਾ ਰਹੀ, ਮਤ
ਮਤ ਮਤ ਥੋੜੀ ਸੇਵ ਗਵਾਈਏ ਮਤ ਥੋੜੀ ਸੇਵ ਗਵਾਈਏ ਮਤ ਜੇ ਹੋਵੇ ਪੂਰਬ ਲਿਖਿਆ ਜੇ ਹੋਵੇ ਪੂਰਬ ਲਿਖਿਆ ਤਾਂ ਤੂੜ ਤਿਨਾ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਦਾਨ ਮਹਿੰਦਾ ਤਲੀਖਾ ਦਾਨ ਮਹਿੰਦਾ ਤਲੀਖਾ ਜੇ ਮਿਲੇ ਤਾਂ ਮਸਤਕ ਲਾਈਏ ਜੇ ਮਿਲੇ ਤਾਂ ਕੂੜਾ ਲਾਲਚ ਛੱਡੀਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲਖ ਧਿਆਈਏ ਹੋਏ ਇੱਕ ਮਨ ਅਲਖ ਧਿਆਈਏ ਫਲ ਤੇ ਵੇਹੋ ਪਾਈਏ ਫਲ ਤੇ ਜਿਵੇਹੀ ਕਾਰ ਕਮਾਈਏ ਜਿਵੇਹੀ ਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਜੇ ਹੋਵੇ ਤੂੜ ਤਿਨਾ ਦੀ ਪਾਈਏ ਮਤ ਥੋੜੀ ਸੇਵ ਮਤ ਥੋੜੀ ਸੇਵ ਇਹ ਜਿਹੜੀ ਮੱਤ ਹੈ ਨਾ ਇਹ ਨਾ ਥੋੜੀ ਸੇਵ ਥੋੜੀ ਹੁੰਦਾ ਕੀਮਤੀ ਜੇ ਜਾਣਾ ਤਿਲ ਥੋੜੜੇ ਤੀ ਕੀਮਤੀ
ਕੀਮਤੀ ਸਤਿਗੁਰ ਦੀ ਮੱਤ ਸਭ ਤੋਂ ਵੈਲਿਊਏਬਲ ਹੈ, ਜੇ ਉਸਦੀ ਸੇਵ ਕਮਾਈ ਜਾਵੇ ਤਾਂ ਇਹ ਮੱਤ ਗਵਾਈ ਜਾਂਦੀ ਹੈ। ਮੱਤ ਥੋੜ੍ਹੀ ਸੇਵ, ਇਹ ਵਾਲੀ ਮੱਤ ਗਵਾਈ ਹੈ। ਕਿਵੇਂ ਗਵਾਈ ਹੈ? ਜੇ ਸਤਿਗੁਰ ਦੀ ਮੱਤ ਲਈ ਜਾਏ, ਸਤਿਗੁਰ ਦੀ ਮੱਤ ਲੈ ਕੇ ਉਸ ਅਨੁਸਾਰ ਜੀਣਾ, ਸੇਵਾ ਕਰ ਲੈਂਦਾ ਹੈ। ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ। ਮਨ ਮੰਨੇ ਮੀਨ ਸਤਿਗੁਰ ਦਾ ਕਿਹਾ ਮੰਨੋ। ਸਾ ਸੇਵਾ ਕੀਤੀ ਸਫਲ ਹੈ ਜੀ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਪੰਨੇ। ਸਤਿਗੁਰ ਦੀ ਗੱਲ ਨੂੰ ਸੁਣ ਕੇ ਮੰਨਣਾ, ਕੂੜ ਹਟਾਉਣਾ ਰੀਅਲ ਸੇਵਾ ਹੈ। ਮੱਤ ਥੋੜ੍ਹੀ ਸੇਵ ਗਵਾਈ ਹੈ। ਜੇ ਹੋਵੇ ਪੂਰਬ ਲਿਖਿਆ, ਪੂਰਬ ਲਿਖਿਆ ਵੀ ਜੇ ਮੱਤ ਲੈ ਕੇ ਤੂੰ ਉਹਦੇ 'ਤੇ ਮਿਹਨਤ ਕਰਦਾ ਤਾਂ ਤੂੜ ਦਿਨਾਂ ਦੀ ਪਾਈ ਹੈ, ਤਾਂ ਤੈਨੂੰ ਤੱਤ ਗਿਆਨ ਪ੍ਰਾਪਤ ਹੁੰਦਾ ਅਤੇ ਤੇਰੀ ਭੈੜੀ ਮੱਤ ਕੂੜ ਚਲੀ ਜਾਂਦੀ ਹੈ। ਉਹਨੂੰ ਕਿਹਾ ਦਾਨ ਮਹਿੰਡਾ ਤਲੀ ਖਾਕ। ਜੇ ਤੁਹਾਡੀ ਮੱਤ ਮੈਨੂੰ ਮਿਲੇ, ਜੇ ਮਿਲੇ ਤਾਂ ਮਸਤਕ ਲਾਈਏ, ਮੈਂ ਆਪਣੀ ਅਕਲ ਅੰਦਰ ਪਾਉਣਾ ਚਾਹੁੰਦਾ। ਮਸਤਕ ਲਾਈਏ ਇਸ ਫੋਰ ਹੈੱਡ 'ਤੇ ਲਗਾਉਣੇ ਕੀ ਬਾਤ ਨਹੀਂ ਚੱਲ ਰਹੀ ਹੈ, ਜੋ ਲੋਕ ਐਸੇ ਹੀ ਮਿੱਟੀ ਕੋ ਉਠਾ ਕੇ ਯਹਾਂ ਪਰ ਲਗਾਤੇ ਹੈ, ਉਹਦੀ ਗੱਲ ਨਹੀਂ ਚੱਲ ਰਹੀ ਹੈ। ਨਮਰਤਾ ਨਾਲ ਮਨ ਦਾ ਮੱਥਾ ਅਰਪਣ ਕਰਨਾ, ਮੇਰੇ ਮਾਥੇ ਪਰ, ਮੇਰੀ ਅਕਲ ਦੇ ਅੰਦਰ, ਮੇਰੀ ਬੁੱਧੀ ਸੁਰਤ ਮਤ ਬੁੱਧ ਦੇ ਅੰਦਰ, ਮੇਰੇ ਬ੍ਰੇਨ ਦੇ ਅੰਦਰ, ਮੇਰੇ ਸੋਚਣੀ ਦੇ ਢੰਗ ਦੇ ਅੰਦਰ ਪਾ ਦਿਓ। ਦਾਨ ਮਹਿੰਦਾ ਤਲੀਖਾ, ਜੇ ਮਿਲੇ ਤਾਂ ਮਸਤਕ ਲਾਈਏ। ਉਹਨੂੰ ਕਹਿੰਦੇ ਜਿਨ ਮਸਤਕ ਤੋਰਾ ਲਿਖਿਆ ਤਿੰਨ ਸਤਿਗੁਰ ਮਿਲਿਆ ਰਾਮ ਰਾਜੇ। ਕੂੜਾ ਲਾਲਚ ਛੱਡੀਐ, ਛੱਡਣਾ ਮੇਰੀ ਮੱਤ ਨੇ ਹੈ, ਮੇਰੇ ਮਨ ਨੇ ਹੈ। ਕੂੜਾ ਲਾਲਚ ਛੱਡੀਐ ਹੋਏ ਇੱਕ ਮਨ। ਅੱਛਾ, ਹਮ ਤੋ ਬਾਰ ਬਾਰ ਸੇ ਹੀ ਭਗਵਾਨ ਕਾ ਨਾਮ ਲਿਆ ਜਾ ਰਿਹਾ। ਹੋਏ ਇੱਕ ਮਨ ਅਲੱਖ ਤੇ ਆਈਐ, ਅਲੱਖ ਰੱਬ ਦਾ ਨਾਂ ਨਹੀਂ ਰੱਖ ਸਕਦੇ ਹਾਂ, ਅਲੱਖ ਰੱਬ ਨਾਲ ਜੁੜ ਸਕਦੇ ਹਾਂ, ਅਲੱਖ ਰੱਬ ਨੂੰ ਰਿਅਲਾਈਜ਼ ਕਰ ਸਕਦੇ ਹਾਂ। ਮੈਂ ਫਲ ਤੇਵੇਂ ਹੋ ਪਾਈ ਹੈ, ਫਲ ਮੈਂ ਇਹ ਮੰਗਦਾ ਸੀ, ਸੁਮਤ ਬਖਸ਼ੋ, ਕੂੜ ਛੁਡਾਓ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਲ। ਜੇ ਹੋਵੇ ਪੂਰਬ ਲਿਖਿਆ, ਜੇ ਤੁਹਾਡੀ ਮੱਤ ਮਿਲੇ ਔਰ ਉਸ ਅਨੁਸਾਰ ਮੈਂ ਮਿਹਨਤ ਕਰਾਂ, ਇਹਨੂੰ ਪੂਰਬ ਲਿਖਿਆ ਕਹਿੰਦੇ ਨੇ, ਪੂਰਬ ਲਿਖਿਆ ਕਮਾਵਣਾ ਕਹਿੰਦੇ ਨੇ। ਪਿਛਲੇ ਜਨਮ ਕਾ ਪੂਰਬ ਦੀ ਨਹੀਂ ਗੱਲ ਚੱਲ ਰਹੀ। ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈ ਹੈ, ਇਹ ਵਾਲੀ ਮੱਤ ਇੰਜ ਗਵਾਈ ਦਾ। ਕਿਵੇਂ? ਥੋੜ੍ਹੀ ਸੇਵ ਦੇ ਨਾਲ ਮੱਤ ਥੋੜ੍ਹੀ ਸੇਵ ਗਵਾਈ ਹੈ। ਜਦੋਂ ਇਹ ਕੂੜ ਦੀ ਮੱਤ ਗਵਾ ਲਈਦਾ ਤਾਂ ਸਭ ਕੁਛ ਸੱਚਾ ਹੋ ਜਾਂਦਾ ਹੈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਸੱਚ ਹੀ ਹੋ ਜਾਂਦਾ ਹੈ। ਕੂੜ ਛੁੱਟ ਗਈ, ਜੇ ਨਹੀਂ ਛੁੱਟਦੀ ਸੀ ਤਾਂ ਮੇਰਾ ਕੀ ਬਣਦਾ ਸੀ? ਮੈਂ ਹਿਰਨ ਵਾਂਗੂ ਤ੍ਰਿਸ਼ਨਾ ਨਾਲ ਦੁਖੀ ਦੁਖੀ ਰਹਿੰਦਾ ਸੀ, ਮੇਰੇ ਕੋਲ ਸੱਚ ਦਾ ਖਜ਼ਾਨਾ ਨਹੀਂ ਸੀ। ਉਹ ਅਸੀਂ ਫਿਰ ਗਾਵਾਂਗੇ। ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁੱਖ ਹੋ, ਤਨ ਖੋਟਾ ਹੋਏ, ਖੋਟੇ ਵਣਜ ਫ
ਫਾਹੀ ਫਾਥੇ ਮਿਰਗ ਜਿਉਂ ਤੂੰ ਕਣੋ ਨਿਤ ਰੋਏ ਫਾਹੀ ਫਾਥੇ ਮਿਰਗ ਜਿਉਂ ਕੋਲ ਸੱਚ ਦੀ ਰਾਸ ਨਹੀਂ ਸੀ, ਮੈਂ ਕੂੜ ਦੀ ਗੱਠੀਆਂ ਮੱਠੀਆਂ ਇਕੱਠੀ ਕੀਤੀ ਹੋਈ ਸੀ, ਮੈਂ ਕਾਚਾ ਧਨ ਇਕੱਠਾ ਕੀਤਾ ਹੋਇਆ ਸੀ। ਜਿੰਨਾ ਰਾਸ ਨਾ ਸੱਚ ਹੈ, ਮੇਰੇ ਕੋਲ ਸੱਚ ਦਾ ਕੈਪੀਟਲ ਹੀ ਨਹੀਂ ਸੀ। ਜਿਨ੍ਹਾਂ ਕੋਲੋਂ ਸੱਚ ਦਾ ਨਾ ਹੋਵੇ ਕੈਪੀਟਲ, ਜਿੰਨਾ ਰਾਸ ਨਾ ਸੱਚ ਹੈ, ਕਿਉਂ ਤਿੰਨਾ ਸੁੱਖ ਹੋਏ? ਹਾਊ ਕਮ ਦੇ ਕੈਨ ਬੀ ਸੁਖੀ? ਹੁਣ ਇਹ ਨਿਸ਼ਾਨੀ ਹੋਏਗੀ ਕਿ ਜੇ ਮੈਂ ਦੁਖੀ ਹਾਂ ਤਾਂ ਮੈਨੂੰ ਭੁਲੇਖਾ ਪੈ ਗਿਆ, ਮਨ ਜਾਣਦਾ ਸਭ ਬਾਤ। ਐਜ਼ ਇਫ ਆਈ ਨੋ ਐਵਰੀਥਿੰਗ, ਮੈਂ ਇਨੋਸੈਂਟ ਬਣ ਹੀ ਨਹੀਂ ਪਾ ਰਿਹਾ। ਤੁਸੀਂ ਕਦੀ ਦੇਖਣਾ ਧਾਰਮਿਕ ਦੁਨੀਆ ਵਿੱਚ ਜਿਹੜੇ ਮੇਰੇ ਵਾਂਗੂ ਸਟੇਜ 'ਤੇ ਬੈਠ ਜਾਂਦੇ ਨੇ ਨਾ, ਉਹਨਾਂ ਦਾ ਵਨ ਵੇ ਟਰੈਕ ਹੁੰਦਾ, ਓਨਲੀ ਤੁਮਕੋ ਸੁਣਾਨਾ ਹੈ, ਤੁਮਕੋ ਬਦਲਨੇ ਆਏ ਹੈ। ਮੈਨੇ ਕੁਛ ਸੁਣਨਾ ਹੀ ਨਹੀਂ ਹੈ, ਕਿਉਂ? ਮੇਰੇ ਕੋਲ ਸਭ ਕੁਛ ਪਤਾ ਹੈ। ਇੰਜ ਘਰ ਮਾਤਾ ਪਿਤਾ ਨੂੰ ਭੁਲੇਖਾ ਪੈ ਜਾਂਦਾ, ਹਾਮੇ ਸਭ ਕੁਛ ਪਤਾ ਹੈ ਬੱਚੇ, ਤੁਮ ਮਾਤਾ ਪਿਤਾ ਕੇ ਸਾਹਮਣੇ ਜ਼ਬਾਨ ਖੋਲਤੇ ਹੋ, ਬਾਤ ਤੱਕ ਮਾਲੂਮ ਹੈ ਕਿਸੇ ਕਰ ਰਹੇ ਹੋ। ਐਂਡ ਸਕੂਲ ਟੀਚਰ ਵੀ ਕਹਿੰਦੀ ਹੈ, ਬੇਟਾ ਮਾਲੂਮ ਹੈ ਕਿਸੇ ਬਾਤ ਕਰ ਰਹੇ ਹੋ, ਮੈਂ ਟੀਚਰ ਹੂੰ, ਛੋਲੇ ਵੇਚ ਕੇ ਨਹੀਂ ਆਈ ਹੂੰ। ਸਾਨੂੰ ਨਾ ਸਭ ਨੂੰ ਇੰਝ ਭੁਲੇਖਾ ਪੈ ਜਾਂਦਾ, ਮਨ ਜਾਣੈ ਸਭ ਬਾਤ। ਜਾਨਤੀ ਔਗੁਣ ਕਰੈ, ਕੀ ਔਗੁਣ ਕਰਦਾ? ਔਗੁਣ ਕੀ ਹੈ? ਸੱਚ ਮੈਂ ਸੁਣਨਾ ਹੀ ਨਹੀਂ, ਦਿਸ ਇਜ਼ ਔਗੁਣ। ਸਰੀਰਕ ਕੋਈ ਮਿਸਟੇਕਸ ਕਰਮ ਕਰ ਲੈਣਾ ਇਜ਼ ਨੋਟ ਔਗੁਣ, ਮਨ ਸੱਚ ਨਹੀਂ ਸੁਣਦਾ ਇਜ਼ ਔਗੁਣ। ਇਸਕੇ ਬਾਅਦ ਸਰੀਰ ਤੋਂ ਵਿਚਾਰਾ ਹੈ ਕਿਆ ਕਰੇਗਾ, ਇਸ ਕੋ ਤੋ ਅਕਲ ਹੈ ਨਹੀਂ ਨਾ। ਮਨ ਜਾਣੈ ਸਭ ਬਾਤ, ਜਾਨਤ ਹੀ ਔਗੁਣ ਕਰੈ। ਹੁਣ ਪੁੱਛਦੇ ਨੇ ਜੇ ਤੂੰ ਸੱਚ ਨੂੰ ਇਗਨੋਰ ਕਰੇਗਾ, ਕਾਹੇ ਕੀ ਕੁਛ ਲਾਤ? ਭਾਅ ਜੀ ਅਬ ਕੁਸ਼ਲ ਨਹੀਂ ਹੋ ਸਕਦੇ ਹੋ, ਤੁਮ ਸੁਖੀ ਨਹੀਂ ਹੋ ਸਕਦੇ ਹੋ। ਕਾਹੇ ਕੀ ਕੁਛ ਲਾਤ, ਹੱਥ ਦੀਪ ਕੂਏ ਪਰ ਹੈ। ਅੱਜ ਦਾ ਬੱਚਾ ਬੋਲਤਾ ਪਾਪਾ ਦੀਪ ਕਿਆ ਹੋਤਾ ਹੈ,
दीपक होता है वो जो मिट्टी का बना होता है, उसमें दीवा लगाते हैं, तेल पाते हैं। पापा मेरे हाथ में तो दीपक कोई है ही नहीं। इंज ही कहता ना बच्चा, जो तो बच्चा ऐसा सवाल करता है साढ़े अंदर दे कपाट खुल जाते हैं। ओ माई गॉड, अच्छा ये हाथ दीप का मतलब ये हाथ नहीं है और दीवा भी वो वाला नहीं है। हाथ दीप अंदर तेरे जोत बलदी है फिर भी तू खड्डे डिगदा रहना है। हाथ दीप कुएं पर है, खूह में डिगता रहता है, बेचैन रहता है, दुखी रहता है, अपसेट रहता है, लोगों नाल वैर दे उच्चे नीवे खड्डे बनाई रखना है। हाथ दीप कुशल नहीं तू हो सकता। जिन्ना रास ना सच है क्यों तिना सुख होए। वो की करते ने खोटे वणज वड़ंज, ओना खोट मंदे ख्याल कट्ठे करते रहते ने। जे मेरे मन का यह मंदा ख्याल है, एक बारी कोई बंदा मेरे नाल जरा जा झूठ बोले और धोखा करे ना, मैं मुड़ के उहदी शक्ल नहीं देखता सारी उम्र, मैं उन्हूं मूंह नहीं लांदा। जे मेरे मन का ख्याल है ना, ऐसियां गल्लां करन वाला कोई भी बंदा होएगा ना, वह मैनूं चंगा लगेगा। कोई कहेगा मैं अपनी सस नूं मूंह नहीं लाया, कोई कहेगा मैं अपनी साली नूं घर नहीं वड़न दिंदा, कोई कहिंदा साले नूं नहीं वड़न दिंदा, कोई कहिंदा मैं फलाणे दिया मूंह मुड़ के नहीं देखिया सारी उम्र। एक ही है खोटे वणज, खोटे वणज वड़नजे हैं। पता की होंदा इहदे नाल, तन मन खोटा होए सारी कूड़ी कूड़ वापर जाती है चारों पास। इस अवस्था जो कूड़ वापर जाती है ना, उन्हों कहते हैं फाही फाथे मिर्ग ज्यो, जिमें हिरन जाल विच फसाया होवे और दुखी होवे छटपटाए। फाही फाथे मिर्ग ज्यो दुख कणों कणों द टू मच अनलिमिटेड बहुत दुख, दुख कणों नित रोए हर वेले अपसेट रहिंदा है। खेड़ा खुशी आंदी नानक भगता सदा विकास आंदा ही नहीं, भवां चढ़ियां ही रहिंदियां मत्थे कुट्टे ही रहिंदे ने। इहदा मतलब मनुख दा मन कुछ चाहुंदा है, इस दे मन कोल जदों मन होर दी मंग करदा है, बाहरों भुख पर अंदरों शोर करता है, तद उस पास जो उसने अणदेखा कर दिता निज कर अंदर दा दीपक, मंगा दूसरिया नू वेख के इस दिया शुरू हो। सत्संग जे धरती ते कार ना आई होंदी, दूजिया कोल भी ना होंदी, मैनू सिर पीड़ होनी ही नहीं सी, पैदा ही नहीं सी होनी, इनके पास कार है हमारे पास नहीं है। जे धरती ते कंप्यूटर बनया ही ना होंदा, आईफोन बनया ही ना होंदा, मेरा बच्चा कहंदा ही ना पापा उनके पास है हमारे पास नहीं है। इहदा मतलब जिहड़ी मेरे मन दीआं मंगां शुरू होंदियां है दूजिआं नूं देख के, अते मनुख अज दा दुखी भी इस तरह ही है, अपने दुखां तों दुखी नहीं दूजिआं दे सुखां तों दुखी है। मनुख पास कोई वस्त पदार्थ जां परिवार दा कोई मैंबर इस कोल पहलां है सी, अते अज उह चीज़ां खुस गईआं हत्थों निकल गईआं, ਉਹ ਕਿਸੇ ਕਾਰਨ ਉਸ ਦੇ ਕੋਲੋਂ ਰੱਬੀ ਨਿਯਮ ਵਿੱਚ ਸਮਾਪਤ ਹੋ ਗਈਆਂ, ਹੁਣ ਨਹੀਂ ਹਨ ਉਸ ਦੀ
ਅੱਗੋਂ ਚਾਹਤ ਬਣਦੀ ਹੈ, ਉਹ ਸਭ ਕੁਛ ਮੇਰੇ ਹੱਥੋਂ ਜੋ ਨਿਕਲ ਗਿਆ ਸੀ ਮੈਨੂੰ ਵਾਪਸ ਮਿਲੇ। ਉਹ ਇਸ ਗੱਲ ਕਰਕੇ ਉਹ ਪੁਰਾਣੀਆਂ ਚੀਜ਼ਾਂ ਨੂੰ ਯਾਦ ਕਰ ਕਰਕੇ ਦੁਖੀ ਹੁੰਦਾ ਹੈ। ਉਸਦੀ ਭੁੱਖ, ਉਸਦੀ ਤ੍ਰਿਸ਼ਨਾ, ਉਹਦਾ ਲੋਭ ਉਹ ਪਦਾਰਥਾਂ ਦੇ ਸੁੱਖ ਪ੍ਰਾਪਤ ਕਰਨ ਵਾਸਤੇ ਦਿਨ ਰਾਤ ਉਸਨੂੰ ਟੱਕੇ ਖਵਾਉਂਦਾ ਹੈ। ਉਹ ਘੁੰਮੇਗਾ ਫਿਰੇਗਾ ਵੀ, ਸ਼ੋਪਿੰਗ ਵੀ ਜਾਏਗਾ, ਮੂਵੀਜ਼ ਵੀ ਦੇਖੇਗਾ, ਪਾਰਟੀਜ਼ ਵੀ ਅਟੈਂਡ ਕਰੇਗਾ ਅਤੇ ਪੁੱਤਰ ਪ੍ਰਾਪਤੀ ਕਰਨਾ ਚਾਹੇਗਾ। ਇਹ ਸਭ ਕੀ ਹੈ? ਉਸਦੀ ਹੋਮ ਹੈ, ਉਹਦੀ ਮੈਲ, ਅਤੇ ਇਹ ਉਸਦੀ ਤ੍ਰਿਸ਼ਨਾ ਹੈ। ਇਸ ਤ੍ਰਿਸ਼ਨਾ ਦੇ ਚੱਕਰ ਵਿੱਚ ਮ੍ਰਿਗ ਤ੍ਰਿਸ਼ਨਾ ਜਿਉਂ ਜਗ ਰਚਨਾ ਇਹ ਹੈ, ਦੇਖੋ ਹਿਰਦੈ ਵਿਚਾਰ। ਇਸ ਤ੍ਰਿਸ਼ਨਾ ਦੇ ਚੱਕਰ ਵਿੱਚ ਦਿਨ ਰਾਤ ਬਾਹਰਲੇ ਪਦਾਰਥਾਂ ਦੇ ਸੁੱਖ ਬਣੇ ਰਹਿਣ ਜਿਹੜੇ ਮੇਰੇ ਕੋਲ ਸਨ, ਉਹਨਾਂ ਸੁੱਖਾਂ ਨੂੰ ਪ੍ਰਾਪਤ ਕਰਨ ਵਾਸਤੇ ਮਨ ਕੁਛ ਕਰਦਾ ਹੈ, ਮਨ ਕੋਈ ਸਿਆਣਪਾਂ ਕਰਦਾ ਹੈ ਕਿ ਮੇਰੀ ਸਿਆਣਪਾਂ ਨਾਲ ਇਹ ਸੁੱਖ ਮੈਨੂੰ ਵਾਪਸ ਮਿਲ ਜਾਣ ਅਤੇ ਜੋ ਮੇਰੇ ਕੋਲ ਹਨ ਇਹ ਮੇਰੇ ਹੱਥੋਂ ਨਿਕਲ ਨਾ ਜਾਣ। ਇਹ ਧੀਆਂ ਪੁੱਤਰ ਮੇਰੇ ਥੱਲੇ ਹਨ, ਇਹ ਮੇਰੇ ਥੱਲੇ ਦਬੇ ਰਹਿਣ ਅਤੇ ਜੋ ਸੁੱਖ ਆਰਾਮ ਨੇ ਮੇਰੇ ਤੋਂ ਖੁਸ਼ ਨਾ ਜਾਣ। ਇਹਨੂੰ ਸਹਿਸ ਸਿਆਣਪਾਂ ਲੱਖ ਹੋਏ ਕਹਿੰਦੇ ਨੇ। ਹੁਣ ਇਸ ਦੀ ਕੂੜ ਸ਼ੁਰੂ ਹੋਈ। ਕੂੜ ਕੀ ਸ਼ੁਰੂ ਹੋਈ? ਧਾਰਮਿਕ ਦੁਨੀਆਂ ਵਿੱਚ ਜਾ ਕੇ ਮਨ ਦੀ ਕੂੜ ਹਟਾਉਣ ਦੇ ਬਦਲੇ ਇਸਨੇ ਸਰੀਰ ਉੱਤੋਂ ਮੈਲ ਸੁੱਚ ਪਿੱਠ ਉਤਾਰਨੀ ਸ਼ੁਰੂ ਕੀਤੀ। ਉਸ ਬਾਹਰਲੇ ਸਰੀਰ ਨੂੰ ਧੋਣ ਵਾਲੀ ਜਗ੍ਹਾ ਨੂੰ ਕਹਿੰਦੇ ਨੇ ਸ਼ੌਚਾਲਾ। ਸ਼ੌਚਾਲਾ ਜਿੱਥੇ ਅਸੀਂ ਆਪਣੀ ਸਫਾਈ ਕਰਕੇ ਆਉਂਦੇ ਹਾਂ, ਸ਼ੌਚਾਲਾ। ਸ਼ੌਚਾਲਾ ਤੋਂ ਬਣਿਆ ਸ਼ੌਚ, ਸ਼ੌਚ ਤੋਂ ਬਣਿਆ ਨਹਾਉਣਾ, ਸ਼ੌਚ ਤੋਂ ਬਣਿਆ ਪਵਿੱਤਰਤਾ ਪ੍ਰਾਪਤ ਕਰਨੀ ਬਾਹਰਲੀ, ਸ਼ੌਚ ਤੋਂ ਬਣਿਆ ਇਹ ਗੁਰਬਾਣੀ ਵਿੱਚ ਆਇਆ ਸੋਚੈ ਸੋਚ। ਨਾ ਹੋਵੇ ਜੇ ਸੋਚੀ ਲੱਖ ਵਾਰ, ਜੇ ਤੂੰ ਲੱਖਾਂ ਵਾਰੀ ਇਹ ਸੁੱਚ ਪਿੱਟ ਬਾਹਰੋਂ ਕਰ ਲਵੇ, ਲੱਖਾਂ ਵਾਰੀ ਤੂੰ ਬਾਹਰਲੀ ਪਵਿੱਤਰਤਾ ਕਰ ਲਵੇਂ, ਲੱਖਾਂ ਵਾਰੀ ਤੂੰ ਜਿਹੜੇ ਮਰਜ਼ੀ ਤੀਰਥਾਂ 'ਤੇ ਚਲਾ ਜਾਏ, ਸਾਰੀ ਦੁਨੀਆ ਵਿੱਚ ਸਾਰੇ ਮਨੁੱਖ ਨਾ ਦੁਖੀ ਹੋ ਕੇ ਅਲਟੀਮੇਟਲੀ ਧਰਮ ਦਾ ਪੱਲਾ ਫੜਦੇ ਨੇ, ਪਰ ਧਰਮ ਦੀ ਦੁਨੀਆ ਵਿੱਚ ਆ ਕੇ ਤੀਰਥਾਂ 'ਤੇ ਨਾਲ ਚਲੇ ਜਾਂਦੇ ਨੇ। ਇਹੀ ਹੁੰਦਾ ਨਾ, ਤੀਰਥਾਂ 'ਤੇ ਨਾ ਕੇ ਆਉਂਦੇ ਨੇ, ਸੋਚਦੇ ਨੇ ਜੀਵਨ ਪਵਿੱਤਰ ਹੋ ਗਿਆ। ਅਸੀਂ ਜਿਹੜੇ ਤੀਰਥਾਂ 'ਤੇ ਜਾਂਦੇ ਹਾਂ, ਜਦੋਂ ਤੀਰਥਾਂ 'ਤੇ ਜਾਂਦੇ ਹਾਂ, ਮੇਰੀ ਜਿਹੜੀ ਜੁਮਾ ਥੋੜ੍ਹੀ ਜਿਹੀ ਮੈਨੂੰ ਸੁਮਤ ਪ੍ਰਾਪਤ ਹੋਈ ਸੀ ਉਹ ਵੀ ਗੁਆਉਂਦੇ ਹਾਂ ਤੀਰਥਾਂ 'ਤੇ। ਕਿਉਂ? ਕਿਉਂਕਿ ਇੱਕ ਹੰਕਾਰ ਲੈ ਕੇ ਆ ਜਾਂਦੇ ਹਾਂ, ਉਹਨੂੰ ਗੁਰੂ ਪਾਤਸ਼ਾਹ ਕਹਿੰਦੇ ਤੀਰਥ ਵਰਤ ਅਰਦਾਨ ਕਰ। ਮਨ ਮੈਂ ਧਰਿਆ ਗੁਮਾਨ, ਲਓ ਜੀ ਮਤ ਦੀ ਧੋਤੀ ਉੱਥੇ ਗੁਆਏ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰਿਆ ਗੁਮਾਨ, ਨਾਨਕ ਨਿਫਲ ਜਾਤੇ। ਕੁਛ ਉਸ ਮੈਂ ਫਲ ਪ੍ਰਾਪਤ ਨਹੀਂ ਹੋਗਾ, ਉਹ ਬੇਕਾਰ ਗਿਆ ਤੇਰਾ ਨਾ ਨਾ। ਨਾਨਕ ਨਿਫਲ ਜਾਤੇ ਜਿਉਂ
कुंचर स्नान, जैसे हाथी नहाने के बाद सूंड से सारी मिट्टी ऊपर डाल लेता है, वैसे बुद्धिमान होता है, महा बेवकूफ होता है, नहा तो के मिट्टी पा लेता है। तीर्थ पे गया तो दुनिया को क्यों बता रहा है? अब दुनिया पूछ ही नहीं रही है, पता कर रहा है, प्रसाद दोगे? ए पंजीरी का, पंजीरी का, ए फिक्की फुलियां का, ए फलाना, वो पूछेगा कहाँ से आया, हम तीर्थ पे गए थे ना, प्रसाद मैंने बांटा ही इसीलिए है, दिस इज आईडी, मानो मैं गया था, मैनू पूछो मैं 10 दिन कितने गायब सी, 15 दिन कितने गायब सी, मैं तीर्थ पे गया था, नहीं पूछोगे मैं बताऊंगा हम तीर्थ पे जाते हैं, तुम जाते नहीं हो, माया में खचत रहते हो, हम तो टाइम काट लेते हैं महीने महीने के, साल साल में एक बारी नावण चले तीर्थी, मन खोटे तन चोर, दरअसल मेरा मन खोटा तन चोर है इस करके मैं नहा जाना वा, पर वो तो सर्टिफिकेट रिन्यू करांदा कि अगले साल की पूरी हेराफेरी मैं मुड़ के कर सकता क्योंकि दोबारा नहाना आ ही जावांगा। नावण चले तीर्थी मन खोटे तन चोर, तीर्थ बर्तर दान कर मन में तरे गुमान वाला, इस दा सुच ना होई। गुरु पातशाह कहंदे ने नाम कहत गोबिंद का सूची पई रसना, तू जेड़ा बाहरों नहाण नू सुचमता समझना है ना, सुचे इन आखिए बैंजे पिंडा तोए, सुचे से ही नानका, सुचे से ही नानका, जिन मन वस्या सोए, जिसके हृदय में भगवान जी वसते वो सुचा है, उसको बाहर से नहाने की सुचमता नहीं करनी पड़ती, नलके नहीं तोड़े पैते उसको, उसको स्वा मल मल के, ढेर सारे साबन मल मल के अपने शरीर की सुचमता नहीं करनी पड़ती है। जो शरीर के तल पर रहते हैं उनका धर्म कच्चा होता है, इसलिए वो किसी को टच कर जाए उनका धर्म बर्बाद हो जाता है, किसी की परछाई उनके ऊपर पड़ जाए तो उनका धर्म बर्बाद हो जाता है, इतना उनका धर्म कच्चा है। धर्म ना आया, हो गई मोमबत्ती, जरा जी आवाज चली बुझ गई बत्ती, वाह। हैरानगी दी गल है, पर तू तीरथ ते जाना बारलियां सुचमता करता है, एदे नाल मन सुचा नहीं होता, सोचे सोच ना हो गई, पर तू धर्म की दुनिया में आके मन साफ ना कर सकिया, कूड़ दी मैल उतारन की गल चल रही है। इस पौड़ी के अखीर ते ये सवाल उठाया गया है कि सचारा हुई है, मैं ते धर्म की दुनिया में आया था की होया, सो किछ कर जित मैल नला, सो किछ कर जित मैल नलागे, सो किछ कर जित मैल, हर कीर्तन मैं मन जा, हर कीर्तन मन जागे, सो कर जित मैल नला, सो किछ कर
एको सिमर न दूजा पाओ, एको सिमर न दूजा पाओ। संत संग जप केवल नाओ, संत जप केवल नाओ, संत संग जप केवल नाओ, सो किच कर कर जित। अगे ही मैल लगी हुई है, अगे ही कूड़ है, उस तो बाद तू धार्मिक दुनिया में आया, इतने तू कहता मैं पाठ करदा, मैं गुरुद्वारे जाता, मैं धार्मिक स्थान पर जाता, मैं तीर्थ पर जाता, मैं अमृत वेले उठदा, तुसी नहीं उठते हो, तुसी पापी हो सारे, तेन ते होर मैल लग गई, तीर्थ बर्त दान कर मन में तरह गुमान, होर मैल लग गई, तू तो इतने आया सी मैल उतरवान, तू जे अपनी जात पात बाहर छोड़ के नहीं आया, अंदर आके तेरी जात ही स्टेज पर माइक पर बोली जाती है, तेरी तो मैल लगी रही, सो किच कर जित मैल ना लग गए। मैल ना लगन वास्ते तेनों सुचेत रहना पेगा, हर कीर्तन में ये मन जाग है, रब्बी वड्याइयां दी जी विचार वाले गुणा वाले सुभा दे विच जागदा रह, एको सिमर ना दूजा पाओ, दूजी इंटेंशन ना रख, असी तो रब जी का ना ही गिणतियां लैके रखते हैं, 101 वारी 108 वारी 5 लाख वारी, ये वाला करो वो वाला करो, रब जी ये दात देंगे, दूजा पाओ हो गया हो, कहूँ फल की इच्छा नहीं बादशाह नहीं रहा, दूजा पाओ ना रख्या कर, सच नाल जुड़िया कर, दूजा पाओ रखना मन मैला हो गया, सोचे सोच ना हो गई, मन मैला हो गया, अपवित्रता स्टार्ट्स, मन की कूड़ स्टार्ट्स, हुन सिम्पटम्स दसी जाएंगे कब ये अपवित्रता शुरू हुई, बारली सुचमता करना है पर तेरे मन की झूठ शुरू हुई, हुन धार्मिक दुनिया में आ गए, चुप है चुप ना हो गई, जेड़े चुप कर जाते हैं ना उन्होंने मोनी कहते हैं, मोनी बाबे कहते हैं, मौन वर्त रख लेंगे, वो इस गेम फसे रहते हैं विकारी मत की, सुच नहीं होंगी बल्कि अपवित्रता शुरू हो जाती है, चुप है चुप ना हो गई, डिजायर्स का शोर पैंदा है, जो जो चीज़ा मेरे को नहीं सन, जो जो बंदे मेरे को खुश गए ने अते लोकी मेरे थले रहन, ये सारी डिजायर्स, भुखियाँ भुख ना उतरी, पंक्ति आएगी सोचै सोच ना हुई जे सोची लख वार, लखा वारी तू जतन कर लै, बारों तो लै, बारों इशनान प्या कर, सुचमता नहीं होएगी, सोच नहीं होएगी, चुप है चुप ना हो गई, तेरा मन डिजायर्स का शोर पाता चुप नहीं करेगा, चुप है चुप ना हो गई, जे लाए रहा लिवतार, लिव ला के वेख लै, मनु फिर एक बाबा जी की गल याद आई है, उन्होंने मौन वर्त रख लिया, तीन दिन के बदले एक ही दिन का रख लिया,
ਔਰ 21ਵੇਂ ਦਿਨ ਜਿਹੜੇ ਮਾਨਯੋਗ ਗਿਆਨੀ ਹਰਭਜਨ ਸਿੰਘ ਜੀ ਕਹਿੰਦੇ ਨੇ, ਅਸੀਂ 20ਵੇਂ ਦਿਨ ਉਹਨਾਂ ਕੋਲ ਗਏ ਵੀ ਕੱਲ੍ਹ ਹਮ ਯਹਾਂ ਪਰ ਨਹੀਂ ਹੋਵੇਗੇ, ਜਬ ਆਪ ਵਰਤ ਤੋੜੇਂਗੇ ਤੋ ਬਹੁਤ ਅਖਬਾਰੋਂ ਵਾਲੇ ਆਏਗੇ, ਬੜੀ ਦੁਨੀਆ ਕੋ ਪਤਾ ਲੱਗਿਆ ਤੁਮਨੇ ਵਰਤ ਤੋੜਾ, ਤੁਮਨੇ ਇਹ ਵਰਤ ਰੱਖਾ ਕਿਉਂ ਤਾ? ਹੁਣ ਬਾਬਾ ਉਹਨਾਂ ਵੱਲ ਵੇਖੇ, ਆਪਣੇ ਚੇਲਿਆਂ ਨੂੰ ਬੁਲਾਇਆ ਵੀ ਅਭੀ ਮੈਨੂੰ ਕੋ ਬੋਲ ਨਹੀਂ ਸਕਦਾ, 20 ਦਿਨ ਤੋਂ ਬੀਤ ਗਏ ਆ। ਫਿਰ ਉਸਨੇ ਕਾਗਜ਼ ਕੱਢਿਆ, ਕਾਗਜ਼ 'ਤੇ ਲਿਖਣ ਲੱਗਾ। ਇਹ ਗਿਆਨੀ ਹਰਭਜਨ ਸਿੰਘ ਜੀ ਉਹਨੂੰ ਕਹਿੰਦੇ ਨੇ, ਇਹ ਕਾਗਜ਼ 'ਤੇ ਜੋ ਮਨ ਲਿਖ ਰਿਹਾ ਨਾ, ਉਹ ਤਾਂ ਨਹੀਂ ਨਾ ਚੁੱਪ ਗਿਆ? ਮਨ ਚੁੱਪ ਨਹੀਂ ਕਰਦਾ, ਚੁੱਪ ਹੈ, ਚੁੱਪ ਨਾ ਹੋਵੇ ਹੀ, ਜੇ ਲਾਏ ਰਹਾਂ ਲਿਵਤਾਰ, ਲਗਾਤਾਰ ਚੁੱਪ ਰਹਿਣ ਨਾਲ ਨਹੀਂ ਹੁੰਦਾ। ਔਰ ਮੈਨੂੰ ਯਾਦ ਹੈ ਜਦੋਂ ਮੈਂ ਆਪਣੀ ਮਾਂ ਨਾਲ ਰੁਚਾਂਦਾ ਸੀ, ਮੈਂ ਰੋਟੀ ਨਹੀਂ ਖਾਵਾਂਗਾ, ਪਰ ਅੰਦਰੋਂ ਮੇਰਾ ਮਨ ਕਹਿ ਰਿਹਾ, ਮੰਮੀ ਕਦ ਬੁਲਾਏਗੀ? ਮੈਂ ਦੂਜੇ ਮਹੱਲੇ ਨੱਸ ਜਾਂਦਾ ਸੀ, ਦੂਜੇ ਮਹੱਲੇ ਤੋਂ ਆਪਣੇ ਮਹੱਲੇ 'ਚ ਆ ਜਾਂਦਾ ਸੀ, ਫਿਰ ਆਪਣੇ ਬੂਹੇ ਦੇ ਬਾਹਰ ਖੜਾ ਰਹਿੰਦਾ ਸੀ, ਮੰਮੀ ਬੁਲਾਵੇ, ਮਨ 'ਤੇ ਕਹਿ ਰਿਹਾ ਬੁਲਾਵੇ, ਮਨ 'ਤੇ ਨਹੀਂ ਨਾ ਚੁੱਪ ਕਰ ਰਿਹਾ, ਫਿਰ ਅੰਦਰ ਆ ਗਿਆ। ਹੁਣ ਮੰਮੀ ਪਾ ਨਹੀਂ ਰਹੀ, ਮੈਂ ਚੁੱਪਾਂ, ਪਰ ਅੰਦਰੋਂ ਦਿਲ ਕਰ ਰਿਹਾ, ਮੰਮੀ ਰੋ ਮਨ ਨਹੀਂ ਲਵੇ ਨਾ ਮੇਰੀ ਗੱਲ, ਅੰਦਰੋਂ ਨਹੀਂ ਚੁੱਪ ਹੁੰਦੀ, ਭੁੱਖਿਆ ਭੁੱਖ ਨਾ ਉਤਰੀਆਂ, ਜੇ ਭੁੱਖੇ ਰਹਿਣ ਨਾਲ ਭੁੱਖ ਨਹੀਂ ਮੁੱਕਦੀ, ਮੇਰਾ ਤਾਂ ਦਿਲ ਕਰ ਰਿਹਾ ਸੀ ਬੁਲਾਵੇ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾਂ ਪੂਰੀਆਂ ਪਾਰ, ਮੈਨੂੰ ਦੁਨੀਆ ਭਰ ਦਾ ਸਾਰੋ ਸਾਜੋ ਸਮਾਨ ਵੀ ਮਿਲ ਜਾਏ ਤਾਂ ਵੀ ਮੇਰੀ ਭੁੱਖ ਨਹੀਂ ਉਤਰਦੀ, ਕਿਉਂਕਿ ਮੇਰਾ ਮਨ ਭੁੱਖਾ ਹੈ। ਜਿਸ ਦਾ ਮਨ ਭੁੱਖਾ ਹੋਵੇ ਉਹ ਦਾਜ ਲੈਂਦੇ ਅਤੇ ਦਿੰਦੇ ਨੇ, ਉਹਨਾਂ ਦਾ ਸਹੁਰਿਆਂ ਵੱਲ ਧਿਆਨ ਰਹਿੰਦਾ, ਸਹੁਰੇ ਸਾਨੂੰ ਕੁਛ ਭੇਜਣ, ਹਮੇਸ਼ਾ ਭੁੱਖ ਰਹੇਗੀ। ਦਾਜ ਤੋਂ ਲੈ ਕੇ ਦੁਨੀਆ ਭਰ ਦੀ ਭੁੱਖਿਆ ਭੁੱਖ ਨਾ ਉਤਰੀ, ਜਿਨ੍ਹਾਂ ਦੀ ਆਤਮਾ ਕੰਗਾਲ ਹੋਏ ਨਾ ਉਹਨਾਂ ਦੀ ਭੁੱਖ ਕਦੇ ਨਹੀਂ ਮੁੱਕ ਸਕਦੀ ਹੈ, ਭਾਵੇਂ ਦੁਨੀਆ ਭਰ ਦਾ ਸਾਰੋ ਸਾਰਾ ਸਾਜੋ ਸਮਾਨ ਉਹਨਾਂ ਨੂੰ ਮਿਲੇ, ਭੁੱਖਿਆ ਭੁੱਖ ਨਾ ਉਤਰੀ। ਜੇ ਬੰਨਾ ਪੂਰੀਆਂ ਭਾਰ, ਪੂਰੀਆਂ ਭਾਰ ਮੀਨਸ ਦੁਨੀਆ ਭਰ ਦਾ ਜੇ ਸਭ ਕੁਛ ਉਹਨਾਂ ਦੇ ਕੋਲ ਹੋਵੇ, ਸਹਿਸ ਸਿਆਣ ਪਾ ਲੱਖ ਹੋਏ, ਇੱਕ ਹੈ ਸਾਰੇ ਕਰਮ ਕਾਂਡ ਵੀ ਸਹਿਸ ਸਿਆਣਪਾ ਕਹਿਲਾਉਂਦੇ ਨੇ, ਅਤੇ ਉਹ ਆਪਣੀ ਚਤਰਾਈ ਸਿਆਣਪਾਂ ਦੇ ਨਾਲ ਸੁੱਖ ਪਾਲਦਾ ਹੈ, ਕੁਸ਼ਲਤਾ ਲੱਭਦਾ। ਸਹਿ ਸਿਆਣ ਪਰ ਲੱਖ ਹੋਏ ਤਾਂ ਰੱਬ ਜੀ ਦੀ ਦਰਗਾਹ ਦੇ ਅੰਦਰ ਕਰ ਜਾਣ ਵਾਸਤੇ ਇੱਕ ਨਾ ਚੱਲੇ ਨਾਲ ਸੁੱਖ ਨਹੀਂ ਮਿਲੇਗਾ। ਜਿਸ ਮਨ ਨੂੰ ਇਹ ਗੱਲ ਸਮਝ ਆਈ ਹੈ ਕਿ ਅੱਛਾ ਇਹਨਾਂ ਨਾਲ ਨਹੀਂ ਹੁੰਦਾ, ਉਹੀ ਮਨ 'ਤੇ ਕਹਿ ਰਿਹਾ, ਫਿਰ ਦੱਸੋ ਕਿਉਂ ਸਚਿਆਰਾਂ ਹੋਈ ਹੈ। ਸਾਡੀ ਇੱਥੇ ਅੱਜ ਇਹ ਪਹਿਲੀ ਪੌੜੀ ਸ਼ੁਰੂ ਹੋਈ ਜਿੱਥੇ ਉਹਦੀ ਯਾਤਰਾ ਸ਼ੁਰੂ ਹੋਈ, ਉਹ ਕਹਿ ਰਿਹਾ ਮੇਰੇ ਚੁੱਪ ਰਹਿਣ ਨਾਲ ਨਹੀਂ ਗੱਲ ਬਣਦੀ, ਮੇਰੇ ਭੁੱਖੇ ਰਹਿਣ ਨਾਲ ਗੱਲ ਨਹੀਂ ਬਣਦੀ, ਮੇਰੇ ਬਾਹਰਲੀ ਸੁਚਮਤਾ ਕਰਨ ਨਾਲ ਗੱਲ ਨਹੀਂ ਬਣਦੀ, ਫਿਰ ਦੱਸੋ ਮੈਂ ਕੀ ਕਰਾਂ। ਉਹਨੂੰ ਕਹਿੰਦੇ ਨੇ ਕਿਉਂ ਸਚਿਆਰਾਂ ਹੋਈਏ, ਕਿਉਂ ਸਚਿਆਰਾਂ ਹੋਈ, ਕਿਉਂ ਕੂੜੇ ਕੂੜੇ ਟੁੱਟੇ ਪਾ, ਉਹਨਾਂ ਨੂੰ ਆਂਸਰ ਕਰਨਗੇ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾ, ਨਾਨਕ ਲਿਖਿਆ ਨਾ, ਸਚਿਆਰਾਂ ਹੋਈਏ, ਕਿਵੇਂ ਸਚਿਆਰਾਂ, ਕਿਵੇਂ ਸਚਿਆਰਾਂ ਹੋਈਏ।
ਸਚਿਆਰਾ ਫਿਰ ਕਿਵੇਂ ਬਣਾ, ਕਿਸ ਤਰ੍ਹਾਂ ਇਹ ਕੂੜ ਦੀ ਪਲ ਹੋਮੈ ਦੀ ਟੁੱਟੇ, ਮੇਰੇ ਮਨ ਦੀ ਕੂੜ ਸਾਰੀ ਖਤਮ ਕਰੋ। ਉਹ ਕਹਿੰਦੇ ਨੇ ਤੈਨੂੰ ਹੁਕਮ ਰਜ਼ਾਈ ਚੱਲਣਾ ਪਏਗਾ। ਸੋ ਹੁਣ ਅੱਜ ਰਾਤ ਅਸੀਂ ਹੁਕਮ ਸਮਝਾਂਗੇ ਕੀ ਹੁੰਦਾ, ਹੁਕਮ ਮੰਨਦਾ ਕੌਣ ਹੈ, ਹੁਕਮ ਮੰਨਣ ਵਾਲਾ, ਹੁਕਮ ਕਰਨ ਵਾਲਾ, ਅਤੇ ਹੁਕਮ ਕੀ ਹੁੰਦਾ, ਹੁਕਮ ਅਤੇ ਹੁਕਮੀ, ਇਹ ਅਸੀਂ ਅੱਜ ਰਾਤੀ ਸਮਝਾਂਗੇ। ਜੇ ਇਹ ਸਮਝ ਆ ਗਿਆ ਤਾਂ ਹੁਕਮ ਰਜ਼ਾਈ ਚੱਲਣਾ, ਰਜ਼ਾ ਵੀ ਚੱਲਣਾ ਇਹ ਸਮਝ ਲਾਂਗੇ ਤਾਂ ਅਗਲੀ ਪੌੜੀ ਅੰਦਰ ਐਂਟਰ ਕਰਨਾ ਸੌਖਾ ਹੋ ਜਾਏਗਾ। ਹੁਕਮੀ ਹੋਵਨ ਆਕਾਰ, ਇਸ ਤਰ੍ਹਾਂ 38 ਪੌੜੀਆਂ ਦੀ ਪਹਿਲੀ ਪੌੜੀ ਨੂੰ ਦੂਜੀ 'ਚ ਵੀਵ ਕੀਤਾ, ਦੂਜੀ ਨੂੰ ਤੀਜੀ ਵਿੱਚ ਲੈ ਕੇ ਗਏ, ਤੀਜੀ ਨੂੰ ਚੌਥੀ ਵਿੱਚ ਲੈ ਕੇ ਗਏ, ਕਰਦੇ ਕਰਦੇ 38 ਤੱਕ ਗਏ। ਸਾਨੂੰ ਯੂਨੀਕ ਇੱਕ ਲੜੀ ਪ੍ਰਾਪਤ ਹੋਈ ਕਿ ਜਪਜੀ ਸਾਹਿਬ ਇੱਕ ਯਾਤਰਾ ਹੈ। ਇਹ ਨਹੀਂ ਹੈ ਕਿ ਕੁਛ ਪੌੜੀਆਂ ਕਦੇ ਕਿੱਥੇ ਉਚਾਰੀਆਂ ਸੀ, ਕੁਛ ਪੌੜੀਆਂ ਕਦੇ ਸਿੱਧਾ ਜੋਗੀਆਂ ਵੇਲੇ ਉਚਾਰੀਆਂ ਸੀ, ਮੁੰਡਾ ਸੰਤੋਖ ਸਰੰਪਾ ਚੋਲੀ, ਕਦੇ ਕਿਸੇ ਨੇ ਪੁੱਛਿਆ ਸੀ ਧਰਤੀ ਕਿਤਨੀ ਆ, ਪਾਤਾਲ ਕਿਤਨੇ, ਤਾਂ ਉਹਨੂੰ ਕਿਹਾ ਪਾਤਾਲ ਆ, ਪਾਤਾਲ ਨਾ ਲੱਖ ਆਗਾਸ ਆਗਾਸ ਹੈ। ਸਾਧ ਪਤਾ ਲੱਗ ਰਿਹਾ ਸਾਰੀ ਮੇਰੇ ਮਨ ਦੀ ਕੂੜ ਹਟਾਉਣ ਦੀ ਹੁਣ ਯਾਤਰਾ ਸ਼ੁਰੂ ਕਰਨਗੇ, ਮੈਨੂੰ ਨਾਨਕ ਨਦਰੀ ਨਦਰ ਨਿਹਾਲ ਕਰਾਉਣਗੇ।